ਚਿੱਟਾ ਮੋਤੀ ਹੈ ਕਿ ਕਾਲਾ ਮੋਤੀ ਹੈ, ਹਨੇਰਾ ਹੀ ਹੋਇਆ ਪਿਆ। ਓ ਡਾਕਟਰ ਸਾਹਿਬ, ਪਹਿਲਾਂ ਟਾਰਚ ਤੇ ਆਨ ਕਰ ਲੋ। ਚਿੱਟੇ ਤੋਂ ਥੋੜਾ ਕਾਲਾ ਤੇ ਕਾਲੇ ਤੋਂ ਥੋੜਾ ਚਿੱਟਾ। ਡਾਕਟਰ ਸਾਹਿਬ, ਡੈਡੀ ਬਚਦਾ ਜਾਣਗੇ ਨਾ? ਓਏ ਪਤੰਦਰੋ, ਮੋਤੀਆਂ ਨਾਲ ਬੰਦਾ ਮਰਦਾ ਨਹੀਂ ਹੁੰਦਾ। ਬਾਪੂ ਤੈਨੂੰ ਤਾਂ ਹੁਣ ਦਿਸਦਾ ਨਹੀਂ, ਇਸ ਗੱਲ ਦਾ ਫਾਇਦਾ ਚੱਕ ਕੇ ਜੀ ਆਪਣੇ ਦੁਸ਼ਮਣ ਜਗਤਾਰ ਨੇ ਤੈਨੂੰ ਮਾਰ ਦਿੱਤਾ। ਦੇਖੋ ਡਾਕਟਰ ਸਾਹਿਬ, ਜਦੋਂ ਤੱਕ ਮੇਰੀਆਂ ਅੱਖਾਂ ਦਾ ਆਪਰੇਸ਼ਨ ਨਹੀਂ ਹੋ ਜਾਂਦਾ, ਮੈਨੂੰ ਹਸਪਤਾਲ 'ਚ ਹੀ ਰੱਖੋ। ਮੈਂ ਬਿਨਾਂ ਦੇਖੇ ਬਪਾਸ ਨਹੀਂ ਸੁਣ ਸਕਦਾ। ਵੀਰ ਜੀ, ਜਦੋਂ ਤੱਕ ਡੈਡੀ ਦੀ ਅੱਖਾਂ ਨਹੀਂ ਠੀਕ ਹੋ ਜਾਂਦੀਆਂ ਨਾ, ਕਿਸੇ ਨੂੰ ਪਤਾ ਨਹੀਂ ਲੱਗਣਾ ਚਾਹੀਦਾ ਕਿ ਇਹਨਾਂ ਨੂੰ ਕੁਝ ਨਹੀਂ ਦਿਖਦਾ। ਕੌਣ ਕਹਿੰਦਾ ਮੈਨੂੰ ਨਹੀਂ ਦਿਖਦਾ? ਆ ਕਹਿੰਦਾ। ਓਏ ਨਾਮ ਦੱਸੋ, ਮੈਨੂੰ ਦਿਖਦਾ ਨਹੀਂ। ਭਾਜੀ, ਮੈਂ ਲੁੱਟਿਆ ਗਿਆ। ਭਾਜੀ ਕੌਣ ਹੈ? ਭਾਜੀ ਮੈਨੂੰ ਬਚਾਲੋ, ਭਾਜੀ ਕਿਸੇ ਤੇ ਬਚਾਲੋ। ਭਾਜੀ ਮੈਨੂੰ ਕਿਹੜਾ? ਓਏ ਸਾਹਮਣੇ ਆ ਕੇ ਗੱਲ ਕਰ। ਓ ਡੈਡੀ, ਕਿਉਂ ਬੁੰਦਲਾਈ ਜਾਂਦੇ ਹੋ ਉਹਨੂੰ? ਸਾਹਮਣੇ ਤਾਂ ਖੜੋਤਾ ਹੈ। ਹਾਂਜੀ, ਔਰ ਤੂੰ ਦੱਸ ਕੀ ਹੋਇਆ ਤੈਨੂੰ? ਮੇਰਾ ਭਰਾ ਦਵਿੰਦਰ ਜਗਤਾਰ ਸਿੰਘ ਕੋਲ ਚਲੇ ਗਿਆ। ਫੇਰ ਮੇਰੀ ਜ਼ਮੀਨ ਤੇ ਕਬਜ਼ਾ ਕਰ ਲੈਣਗੇ ਜਨਾਬ। ਓਏ ਉਹ ਕਿਵੇਂ ਕਬਜ਼ਾ ਕਰ ਲੈਣਗੇ? ਮੈਂ ਦੇਖ ਲਾਂਗਾ ਸਾਰਿਆਂ ਨੂੰ। ਇੱਕ ਤਾਂ ਤੁਹਾਨੂੰ ਦਿਖਦਾ ਨਹੀਂ, ਸਾਰੇ ਸਵਾਹ ਦਿਖਨੇ ਕਿੰਨੇ ਕਿੰਨੇ ਕੁੱਟੇ, ਪਤਾ ਵੀ ਨਹੀਂ ਲੱਗਣਾ। ਓਏ ਭੈੜੀ ਔਲਾਦ, ਬਾਪ ਨੂੰ ਕੁੱਟਵਾਉਣ ਨੂੰ ਫਿਰਦੀ ਹੈ। ਉਸ ਪਾਸੇ ਖੜੋਤਾ ਹੋ, ਓਏ ਗੋਲੀ ਮਾਰ ਉਹਨੂੰ। ਤੁਸੀਂ ਦੱਸੋ ਜ਼ਮੀਨ ਦਾ ਕੀ ਕਰਨਾ? ਇਹ ਅੱਖਾਂ ਦਾ ਕਰਨਾ, ਜ਼ਮੀਨ ਵਾਲਾ ਉਹ ਹੈ। ਹਾਂ ਠੀਕ ਹੈ। ਉਹ ਗੱਲ ਸੁਣੋ, ਤੇਰੀ ਜ਼ਮੀਨ ਖਾਲੀ ਪਈ ਹੈ? ਤੂੰ ਆਏ ਕਰ ਉੱਥੇ ਜੰਬੋ ਸਰਕਸ ਲਵਾ ਦੇ, ਫਿਰ ਦੇਖਦੇ ਆ ਸ਼ੇਰਾਂ ਦੇ ਨੇੜੇ ਕੌਣ ਆਉਂਦਾ। ਪਿੰਡ ਚ ਸਰਕਸ? ਪਿੰਡ ਚ ਮੇਲਾ ਲੱਗ ਸਕਦਾ, ਸਰਕਸ ਨਹੀਂ ਲੱਗ ਸਕਦੀ। ਆਹੋ ਠੀਕ ਹੈ, ਜਵਾਕਾਂ ਨੇ ਪਹਿਲੀ ਵਾਰੀ ਢੰਗ ਦੀ ਗੱਲ ਕੀਤੀ ਹੈ। ਤੂੰ ਜਾ ਕੇ ਸਰਕਸ ਲਵਾ। ਤੁਸੀਂ ਸਾਰੇ ਮੇਰੀ ਜ਼ਮੀਨ ਤੇ ਚਲੋ, ਸਰਕਸ ਆਪੇ ਲੱਗ ਜਾਏ। ਓਹੋ, ਮੇਰਾ ਮਤਲਬ ਤੁਹਾਡੇ ਹੁੰਦੇ ਆਪਾਂ ਸ਼ੇਰ ਬਾਹਰੋਂ ਮੰਗਾਵਾਂਗੇ। ਠੀਕ ਹੈ, ਓਏ ਮੁੰਡਿਓ, ਚੱਕ ਲੋ ਬੰਦੂਕਾਂ ਤੇ ਪਾ ਲੋ ਘੋੜਿਆਂ ਤੇ ਕਾਠੀਆਂ। ਡੈਡੀ ਘੋੜੇ ਕਿੱਥੇ ਆਪਣੇ ਕੋਲ? ਓਏ ਪੁੱਤਰਾ, ਇਹ ਜੀਪਾਂ ਅੱਜ ਆਈਆਂ ਨੇ ਤੇ ਸਾਨੂੰ ਲਾਈਨਾਂ ਪਹਿਲਾਂ ਦੀਆਂ ਰੱਟੀਆਂ ਪਈਆਂ ਨੇ। ਚਲੋ ਸਾਲਿਓ, ਹੋਰ ਕਿੰਨਾ ਟਾਈਮ ਲੱਗੂ ਸੀਟ ਲਾਉਣ ਨੂੰ? ਮੇਰੀ ਹਾਲਤ ਖਰਾਬ ਹੋਈ ਪਈ ਹੈ, ਕੰਮ ਨੱਕੇ ਤੇ ਹੈ। ਸਰਦਾਰ ਜੀ, ਬਸ ਥੋੜਾ ਜਿਹਾ ਟਾਈਮ ਹੋਰ। ਓਏ ਸਾਲਿਆ, ਆ ਤੁਸੀਂ ਪੱਟ ਕੇ ਰੱਖਤੀ, ਨਵੀਂ ਦੋਤੋਂ ਲੱਗਦੀ ਨਹੀਂ। ਉਹ ਬੰਦਾ ਕਿੰਨੀ ਦੇਰ ਤੱਕ ਧੁੰਨੀ ਨੂੰ ਠੁੱਕ ਲਈ ਜਾਵੇ। ਸਰਦਾਰ ਜੀ, ਇੰਨਾ ਪ੍ਰੈਸ਼ਰ ਨਾ ਲਓ, ਕਈ ਵਾਰੀ ਮਾਮਲਾ ਹੱਥੋਂ ਨਿਕਲ ਜਾਂਦਾ ਜੀ। ਉਦੋਂ ਛੇਤੀ ਕਰੋ, ਛੇਤੀ ਲਾ ਸਰ ਜੀ, ਬਸ ਲੱਗੀ ਸਮਝੋ। ਉਹ ਲੱਗਦੀ ਤੇ ਲੱਗਦੀ ਆ ਸਰਦਾਰ, ਉਹਨਾਂ ਨੂੰ ਲੱਗੀਆਂ ਪਈਆਂ ਨੇ, ਜਲਦੀ ਕਰ। ਹਾਂਜੀ ਹਾਂਜੀ। ਉਹ ਬਿੱਲਿਆ, ਓਏ ਸਾਲਿਆ, ਰਾਤ ਨੂੰ ਦੱਸਣੀ ਸੀ ਹੁੰਦਾ ਬਈ, ਸਵੇਰੇ ਮਿਸਤਰੀ ਲਾਉਣਾ, ਆਦਮੀ ਪਰਹੇਜ਼ ਨਾਲ ਖਾ ਲੈਂਦਾ। ਸਰਦਾਰ ਜੀ, ਇਹ ਕੰਮ ਬਾਅਦ ਚੋਂ ਕਰ ਲਿਓ, ਉੱਥੇ ਚਰਨ ਦੇ ਬੰਦਿਆਂ ਨੇ ਨਾ ਜ਼ਮੀਨ ਤੇ ਕਬਜ਼ਾ ਕਰ ਲੈਣਾ। ਓਏ 4 ਦਿਨਾਂ ਬਾਅਦ ਮਸਾ ਕਬਜ਼ੀ ਖੁੱਲੀ ਆ, ਤੈਨੂੰ ਕਬਜ਼ੇ ਦੀ ਪਈ ਆ, ਉਹ ਤੁਹਾਡੀ ਭਰਨ ਨੂੰ ਛੇਤੀ ਕਰ। ਓਏ ਛੇਤੀ ਕਰ। ਓਏ ਸਰਦਾਰ ਜੀ, ਬੜੇ ਔਖੇ ਲੱਗਦੇ ਹੋ, ਏਦਾਂ ਕਰੋ ਸੀਟ ਦੇ ਉੱਤੇ ਬਹਿ ਜਾਓ, ਆਪਾਂ ਤੁਹਾਡੀ ਸਮੇਤੀ ਨੂੰ ਚੱਕ ਕੇ ਫਿੱਟ ਕਰ ਦਿੰਦੇ ਆ। ਥੋੜੀ ਦੇਰ ਹੋਰ ਰੁਕ ਲਓ, ਫਿਰ ਮੈਨੂੰ ਸੀਟ ਤੇ ਬਿਠਾ ਕੇ ਚੌਂਕ ਤੇ ਲਿਆ ਕੇ ਮੇਰਾ ਬੋਤਲ ਵਾ ਦਿਓ, ਤਾਂ ਕਿ ਲੋਕਾਂ ਨੂੰ ਪਤਾ ਤਾਂ ਚੱਲੇ ਕਿ ਜਗਤਾਰ ਸਿੰਘ ਕਿਹੜੇ ਕੇਸ 'ਚ ਮਰਿਆ। ਸਰਦਾਰ ਜੀ, ਦੇਸੀ ਨੇ ਵੀ ਅੰਗਰੇਜ਼ੀ ਵਾਲਾ ਕੰਮ ਹੀ ਕਰਨਾ ਸੀ। ਓਏ ਹਾਂ ਹਾਂ ਠੀਕ ਹੈ, ਪਰ ਉਹ ਸਾਲਾ ਚਰਨ ਸਿੰਘ ਅੰਗਰੇਜ਼ੀ ਸੀਟ ਲਵਾਵੇ, ਉਹ ਬੈਠੇ ਨਵਾਬਾਂ ਦੀ ਤਰ੍ਹਾਂ, ਤੇ ਅਸੀਂ ਦੇਸੀ ਦੇ ਬਹਿ ਕੇ ਆਪਣੇ ਪੈਰ ਸੁੰਨ ਕਰਾਈ ਜਾਈਏ। ਥੋੜਾ ਜਲਦੀ ਕਰ ਲੋ, ਉਹਨਾਂ ਨੇ ਜ਼ਮੀਨ ਤੇ ਕਬਜ਼ਾ ਕਰ ਲੈਣਾ ਜੇ। ਆਹ ਛੋਟਾ ਮੋਟਾ ਕੰਮ ਤਾਂ ਮੇਰਾ ਸ਼ੇਰ ਪੁੱਤ ਜੀਤਾ ਹੀ ਕਰ ਲੂਗਾ। ਜੀਤ ਕੱਲਾ ਕੀ ਕਰ ਲੂ, 10-12 ਜਾਣੇ ਨੇ। ਓਏ ਫੈਂਟਣ ਲੱਗਿਆ ਜੱਟ ਬੰਦੇ ਨਹੀਂ ਗਿਣਦਾ, ਬਸ ਫੈਂਟਦਾ। ਜੀਤੇ ਨੂੰ ਕਹਿ ਉੱਥੇ ਪਹੁੰਚੇ, ਮੈਂ ਇਹ ਕੰਮ ਨਿਪਟਾ ਕੇ ਆਇਆ। ਵੈਸੇ ਜੀਤਾ ਹੈ ਕਿੱਥੇ?
ਪੈਰੀਆਂ ਨੇ ਬਿਲਾਲ ਦੇ ਇਹਨਾਂ ਨੂੰ ਪੈਰੀਆਂ ਜੀ ਹੈ ਕੀ ਜ਼ਮਾਨਾ ਆ ਗਿਆ ਕਦੇ ਖੁਦ ਲੜਾਈਆਂ ਲੜਦੇ ਹੁੰਦੇ ਸੀ ਹੁਣ ਲੜਾਈ ਦੇਖਣ ਤੋਂ ਵੀ ਗਏ ਘਬਰਾਓ ਨਾ ਪਾਪਾ ਟਾਈਮ ਸਦਾ ਇੱਕੋ ਜਿਹਾ ਨਹੀਂ ਰਹਿੰਦਾ ਹਾਂ ਮੈਂ ਤਾਂ ਕਹਿੰਦਾ ਡੈਡ ਜੀ ਹੁਣ ਹੀ ਨਿਕਲ ਲਈਏ ਇੱਕਦਮ ਤੁਹਾਡੇ ਤੋਂ ਭੱਜਿਆ ਵੀ ਨਹੀਂ ਜਾਣਾ ਸਾਰੇ ਪੈਣੀ ਔਲਾ ਜਦੋਂ ਦੀ ਜੰਮੀ ਆ ਬਾਪ ਨੂੰ ਡਰਾਪੇ ਦਿੰਦੀ ਆਈ ਹੈ ਮੈਂ ਦੇਖ ਲੂੰਗਾ ਇਕੱਲੇ ਇਕੱਲੇ ਨੂੰ ਕਹੋ ਸੁਣ ਲੂੰਗਾ ਇਕੱਲੇ ਇਕੱਲੇ ਨੂੰ ਥੱਪੜ ਕਰੂੰਗਾ ਸਾਰੇ ਤੇ ਕੰਡੇ ਦਾ ਬੋਲੀ ਜਾਂਦਾ ਚੁੱਪ ਕਰ टायर ने भी हुणे फटना सी गोली फुटी है हैं ਜਗਤਾਰ ਸਿੰਘ ਚਰਨ ਸਿੰਘ ਤੁਹਾਡੇ ਦੋਹਾਂ ਦੀ ਦੁਸ਼ਮਣੀ ਕਰਕੇ ਪਿੰਡ ਦੇ ਵਿੱਚ ਪੁਲਿਸ ਦੀ ਇੱਕ ਪੱਕੀ ਚੌਂਕੀ ਬਣਾਉਣੀ ਪੈ ਗਈ ਥਾਣੇਦਾਰਾ ਇੱਕ ਮਿਆਨ ਦੇ ਵਿੱਚ ਦੋ ਤਲਵਾਰਾਂ ਨਹੀਂ ਰਹਿ ਸਕਦੀਆਂ ਕਿਉਂ ਨਹੀਂ ਰਹਿ ਸਕਦੀਆਂ ਜੇ ਮਿਆਨ ਹੀ ਥੋੜੀ ਵੱਡੀ ਹੋ ਜਾਏ ਕੀ ਮਤਲਬ ਹੈ ਥਾਣੇਦਾਰਾ ਓਏ ਦਿਲ ਵੱਡੇ ਕਰੋ ਰੋਜ਼ ਰੋਜ਼ ਇਹ ਬੰਦੂਕਾਂ ਚੋਂ ਧੂਏ ਕੱਢਣ ਨਾਲੋਂ ਚੰਗਾ ਇੱਕ ਵਾਰੀ ਬੈਠ ਕੇ ਦਿਲਾਂ ਦੇ ਗੁਬਾਰ ਕੱਢ ਹੀ ਲਓ ਥਾਣੇਦਾਰ ਸਾਹਿਬ ਇਹ ਗੱਲ ਤੁਸੀਂ ਸਿਆਣੇ ਤੇ ਪੜ੍ਹੇ ਲਿਖੇ ਅਫਸਰਾਂ ਵਾਲੀ ਕੀਤੀ ਹੈ ਇਸ ਰਾਹ ਤੇ ਮੈਨੂੰ ਵੀ ਅੱਗੇ ਹਨੇਰਾ ਹੀ ਦਿਸਦਾ ਹੈ ਅੱਗੇ ਜਿਵੇਂ ਜਗਤਾਰ ਸਿੰਘ ਦੀ ਮਰਜ਼ੀ ਓਏ ਖਸਮਾ ਨਾਲੇ ਪਿਆਰ ਪਾਉਣ ਦੀ ਗੱਲ ਕਰਦਾ ਨਾਲੇ ਮੂੰਹ ਫੇਰੀ ਖੜਾ ਓਏ ਮੇਰੇ ਵੱਲ ਦੇਖ ਕੇ ਤਾਂ ਗੱਲ ਕਰ ਆਪਣੇ ਵੱਲੋਂ ਤਾਂ ਮੈਂ ਤੇਰੇ ਵੱਲ ਹੀ ਦੇਖ ਕੇ ਗੱਲ ਕਰ ਰਿਹਾ ਰੱਸੀ ਜਲ ਗਈ ਪਰ ਬਲ ਨਹੀਂ ਗਿਆ ਬਈ ਆਪਸ ਚ ਬਹਿ ਕੇ ਵਿਚਾਰ ਕਰ ਲੋ ਨਹੀਂ ਤਾਂ ਐਸੀ ਧਾਰਾ ਲਗਾ ਕੇ ਅੰਦਰ ਤੁੰਨਾਗਾ ਨਾ ਕਿ ਤੁਹਾਡੇ ਨਿਆਣਿਆਂ ਦੇ ਵਿਆਹ ਵੀ ਤਿਹਾੜ ਜੇਲ੍ਹ ਚ ਹੋਣਗੇ ਦੁਸ਼ਮਣ 15 ਮਿੰਟ ਚ ਖੁੜ ਗੋ ਖੁੜ ਗਏ ਹੋਗੇ ਚਰਨ ਸਿੰਘ ਦੀ ਧੀ ਰੂਪ ਦਾ ਵਿਆਹ ਮੇਰੇ ਪੁੱਤ ਜੀਤੇ ਨਾਲ ਹੋਏਗਾ ਕੀ 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 ਤੇ ਜਿਸ ਦਿਨ ਮੈਂ ਦਾਦਾ ਬਣੂਗਾ ਉਸੇ ਦਿਨ ਮੈਂ ਨਾਨਾ ਬਣੂਗਾ ਨਹੀਂ ਇਹ ਨਹੀਂ ਹੋ ਸਕਦਾ ਮੈਂ ਤਾਂ ਤੁਹਾਨੂੰ ਸਮਝੌਤਾ ਕਰਨ ਨੂੰ ਕਿਹਾ ਸੀ ਰਿਸ਼ਤਾ ਕਰਨ ਨੂੰ ਨਹੀਂ ਪਰ ਰਿਸ਼ਤਾ ਤਾਂ ਹੁਣ ਹੋ ਗਿਆ ਥਾਣੇਦਾਰ ਸਾਹਿਬ ਹਾਂ ਰਿਸ਼ਤਾ ਤਾਂ ਹੁਣ ਹੋ ਹੀ ਗਿਆ ਕਿੰਨੀ ਵਧੀਆ ਗੱਲ ਹੈ ਇਸੇ ਬਹਾਨੇ ਪਿੰਡ ਚੋਂ ਤੁਹਾਡੀ ਚੌਕੀ ਚੱਕੀ ਜਾਊਗੀ ਪਰ ਇਹ ਗੱਲ ਤੂੰ ਥਾਣੇਦਾਰ ਸਾਹਿਬ ਕੋਲੋਂ ਨਜ਼ਰਾਂ ਚੁਰਾ ਕੇ ਕਿਉਂ ਕਰ ਰਹੇ ਆਪਾਂ ਕੋਈ ਚੋਰੀ ਥੋੜੀ ਕੀਤੀ ਹੈ ਅੱਖਾਂ 'ਚ ਅੱਖਾਂ ਪਾ ਕੇ ਗੱਲ ਕਰ ਹਾਂ ਠੀਕ ਹੈ ਨਾ ਪਰ ਤੂੰ ਵੀ ਇੱਕ ਗੱਲ ਯਾਦ ਰੱਖੀ ਜੇ ਤੂੰ ਇਸ ਰਿਸ਼ਤੇ ਤੋਂ ਮੁੱਕ ਰਿਹਾ ਮੇਰੇ ਇੱਜ਼ਤ ਦਾ ਮਜ਼ਾਕ ਉਡਾਇਆ ਤਾਂ ਇਸ ਪਿੰਡ ਦੀ ਧਰਤੀ ਪੁੱਟਿਆ ਪਾਣੀ ਨਹੀਂ ਖੂਨ ਨਿਕਲੇਗਾ ਓਏ ਪਰ ਇਹ ਗੱਲ ਤੂੰ ਮੇਰੇ ਨਾਲ ਕਰ ਚਰਨ ਸਿਆ ਇਸ ਗੱਲ ਦਾ ਥਾਣੇਦਾਰ ਸਾਹਿਬ ਨਾਲ ਕੀ ਲੈਣਾ ਦੇਣਾ ਨਹੀਂ ਜੀ ਉਹ ਕਹਿੰਦੇ ਆ ਨਾ ਕਹਿਣਾ ਧੀ ਨੂੰ ਸੁਣਾਉਣਾ ਨੂੰਹ ਨੂੰ ਪਰ ਸਾਡੀ ਤਾਂ ਹੁਣ ਧੀ ਵੀ ਰੂਪ ਹੈ ਤੇ ਨੂੰਹ ਵੀ ਰੂਪ ਹੀ ਹੈ ਸਮਝੌਤਾ ਚੰਗਾ ਕਰਵਾਤਾ ਲੈ ਰੂਪ ਮੈਂ ਤਾਂ ਡਰ ਹੀ ਗਿਆ ਸੀਗਾ ਕਿ ਤੈਨੂੰ ਬੁਰਾ ਲੱਗਿਆ ਹੋਣਾ ਕੀ ਲੋੜ ਸੀ ਉਹਨੇ ਦੀਆਂ ਜੱਫੀਆਂ ਪਵਾਉਣ ਦੀ ਤੇ ਹੋਰ ਆਪਣੇ ਸਹੁਰੇ ਦੇ ਮੈਂ ਕੇਸ ਪਵਾ ਦਿੰਦਾ ਮੈਂ ਤੇ ਉਹਨਾਂ ਨੂੰ ਦੁਸ਼ਮਣੀ ਖਤਮ ਕਰਨ ਨੂੰ ਕਿਹਾ ਸੀ ਨਾ ਕਿ ਕੁੜਮਾਚਾਰੀ ਸ਼ੁਰੂ ਕਰਨ ਨੂੰ ਪੇਪਰ ਤੋਂ ਥਾਣੇਦਾਰ ਦੇ ਦਿੱਤੇ ਤੇ ਬੜੇ ਜੱਜ ਫਿਰਦਾ 57 ਚ ਦੋਨੇ ਧਿਰਾਂ ਅੰਦਰ ਹੋਣੀਆਂ ਸੀ ਜਗਤਾਰ ਸਿੰਘ ਦੇ ਤਲਿੱਤਰ ਫੇਰ ਵੀ ਦਿੰਦਾ ਆਪਣੇ ਸਹੁਰੇ ਨੂੰ ਫੈਂਟਦਾ ਚੰਗਾ ਲੱਗਣਾ ਸੀ ਕੱਲ ਨੂੰ ਤੇਰੇ ਮੇਰੇ ਵਿਆਹ ਤੋਂ ਮੁੱਕਰ ਜਾਂਦੇ ਫੇਰ ਹੁਣ ਬੜਾ ਮੁੰਦਰੀ ਪਾ ਕੇ ਭੇਜਿਆ ਨਾ ਉਹਨਾਂ ਨੇ ਠੀਕ ਹੋ ਲੈਂਦੇ ਮੇਰਾ ਵਿਆਹ ਉੱਥੇ ਮੈਂ ਵੀ ਆਪਣੇ ਕਾਕੇ ਨੂੰ ਕਿਹਾ ਕਰਨਾ ਪੁੱਤ ਸਤਿ ਸ਼੍ਰੀ ਅਕਾਲ ਕਰ ਤੇਰਾ ਕਨਵਰਟਿਡ ਮਾਮਾ ਹੈ ਸ਼ੁਭ ਸ਼ੁਭ ਬੋਲ ਹਲੇ ਗੱਲ ਹੀ ਹੋਈ ਹੈ ਕਿਹੜਾ ਛੁਹਾਰਾ ਲੱਗ ਗਿਆ ਜਾਂ ਫੇਰੇ ਹੋ ਗਏ ਨੇ ਹਾਏ ਹਾਏ ਕਿੱਡੀ ਕਾਲੀ ਪਈ ਹੈ ਤੈਨੂੰ ਕਾਕੇ ਦੀ ਲੱਭ ਲੈਂਦੇ ਕੋਈ ਨਾ ਕੋਈ ਹੱਲ ਸਬਰ ਰੱਖ ਜੇ ਤੂੰ ਕੋਈ ਹੱਲ ਨਾ ਲੱਭਿਆ ਨਾ ਮੈਂ ਵੀ ਜਾਣ ਕੇ ਆਪਣੀ ਡੋਲੀ ਨਾ ਤੇਰੇ ਠਾਣੇ ਅੱਗੋਂ ਦੀ ਕੱਢੂੰਗੀ ਨਹੀਂ ਰੂਹ ਇਹ ਨਹੀਂ ਹੋ ਸਕਦਾ ਇਸ ਤੋਂ ਪਹਿਲਾਂ ਕਿ ਤੇਰੀ ਡੋਲੀ ਮੇਰੇ ਥਾਣੇ ਅੱਗੋਂ ਲੰਘੇ ਮੈਂ ਆਪਣੀ ਬਦਲੀ ਕਰਾ ਲਾਂ ਉਤ ਜੱਟਾਂ ਦੇ ਵਲੋਂ ਦੇ ਬੱਕਰੇ ਉਤ ਜੱਟਾਂ ਕਿੱਥੇ ਚੱਲਿਆ ਘਰ ਛੱਡ ਕੇ ਸ਼ਹਿਰ ਚੱਲਿਆ ਕਿਉਂ
ਪਿਓ ਦੀ ਮਰਜ਼ੀ ਨਾਲ ਰਿਸ਼ਤਾ ਕਰਨ ਤੋਂ ਤਾਂ ਚੰਗਾ ਮੈਂ ਸ਼ਹਿਰ 'ਚ ਜਾ ਕੇ ਬੂਟ ਪਾਲਿਸ਼ਾਂ ਕਰਕੇ ਰੋਟੀ ਖਾ ਲੂੰਗਾ। ਮੈਂ ਪਿਓ ਸਾਰੀ ਜ਼ਿੰਦਗੀ ਰੋਟੀਆਂ ਖਾਂਦਾ ਮਰ ਗਿਆ, ਉਹਦੇ ਬੂਟ ਤਾਂ ਕਦੇ ਪਾਲਿਸ਼ ਕੀਤੇ ਨਹੀਂ, ਨਾਲੇ ਮੈਂ ਚਰਨ ਸਿੰਘ ਨੂੰ ਕੀ ਜਵਾਬ ਦਊਂ ਕਿੱਥੇ ਹੋ। ਕਹਿ ਦਿਓ ਇੱਥੇ ਦਾਰੂ ਪੀ ਪੀ ਕੇ ਕਿੰਨੀ ਦੇਰ ਸੈੱਟ ਹੁੰਦਾ ਰਹੂ, ਸ਼ਹਿਰ ਗਿਆ ਕੰਮ ਕਾਰ ਸੈੱਟ ਕਰਨ ਦੇ ਲਈ। ਹਾਂ ਅਗਲਾ ਕਹੂ ਇੱਥੇ ਕੰਮ ਕਰ ਲੈ, ਇੱਥੇ ਮੌਂ ਲੜਦੇ ਤੇਰਾ। ਇਹਨੂੰ ਕੰਮ ਕਹਿੰਦੇ ਹੋ ਤੁਸੀਂ? ਉਹ ਲੋਕ ਖੂਨ ਪਸੀਨੇ ਦੀ ਕਮਾਈ ਖਾਂਦੇ ਆ ਤੇ ਅਸੀਂ ਖੂਨ ਵਹਾਉਣ ਦੀ ਤੇ ਹੱਡੀਆਂ ਤੋੜਨ ਦੀ? ਲੋਕ ਹੱਡੀਆਂ ਚੱਬ ਜਾਂਦੇ ਨੇ, ਤੇਰੇ ਕੋਲੋਂ ਹੱਡੀਆਂ ਤੋੜਨ ਦੀ ਕਮਾਈ ਨਹੀਂ ਖਾਂਦੇ ਆਂਦੀ? ਉੱਥੇ ਜਾ ਕੇ ਰਹਿਗਾ ਕਿੱਥੇ? ਬੱਲੀ ਮਾਮਾ ਮਰ ਗਿਆ। ਕਦੋਂ? ਉਹ ਮੈਂ ਕਹਿ ਰਿਹਾ ਵੀ ਬੱਲੀ ਮਾਮਾ ਮਰ ਗਿਆ, ਉਹਦੇ ਕੋਲੇ ਜਾ ਕੇ ਰਹੂੰਗਾ ਮੈਂ। ਉਹ ਮੇਰਾ ਸਾਲਾ ਡਰਾਮੇਬਾਜ਼ ਹੈ, ਉਹਦੀ ਆਪਣੀ ਜ਼ਿੰਦਗੀ ਤਾਂ ਸਾਲੀ ਭੰਡ ਭਣੇ ਨਿਕਲ ਗਈ। ਮੈਂ ਤੈਨੂੰ ਤਹਿਸੀਲਦਾਰ ਲਾ ਦੂੰ। ਹਾਂ ਤੁਸੀਂ ਤਾਂ ਬੜਾ ਮੈਨੂੰ ਐਸਐਚਓ ਲਵਾਤਾ ਵੀ ਜਿਹੜਾ ਮੈਂ ਛੁੱਟੀਆਂ ਲੈ ਕੇ ਚੱਲਿਆ ਵਾਂ। ਇੱਥੇ ਤਾਂ ਸਾਲਾ ਸੜਕ ਤੇ ਵੀ ਪੈਦਲ ਤੁਰਨਾ ਹੁੰਦਾ ਨਾ, ਸਿਰ ਤੇ ਹੈਲਮਟ ਪਾਉਣਾ ਪੈਂਦਾ, ਪਤਾ ਨਹੀਂ ਸਾਲੀ ਕਿਹੜੇ ਪਾਸੇ ਆ ਕੇ ਸਿਰ 'ਚ ਡਾਂਗ ਵੱਜਣੀ ਆ। ਗੱਲ ਸੁਣ, ਜੇ ਤੂੰ ਸਾਲੇ ਨੌਟੰਕੀ ਕੋਲ ਗਿਆ ਨਾ ਤੇ ਮੇਰੇ ਤੋਂ ਬੁਰਾ ਕੋਈ ਨਹੀਂ ਹੋਊਗਾ। ਸਾਲੇ ਨੇ ਆਪਣੇ ਤਾਂ ਅੱਧੀ ਉਮਰ ਵਾਲੀ ਆਰਕੈਸਟਰਾ ਡਾਂਸਰ ਨਾਲ ਵਿਆਹ ਕਰਾਇਆ ਹੋਇਆ। ਹਾਂ ਤਾਂ ਇਸ ਗੱਲ ਦਾ ਸਾੜਾ ਬਾਪੂ ਨੂੰ। ਲੱਪੜ ਮਾਰੂ ਸਾਲੇ ਦੇ ਖਿੱਚ ਕੇ, ਦਫਾ ਹੋ ਜਾਏ ਤੋ। ਜਦੋਂ ਚਾਰ ਦਿਨ ਪੈਸੇ ਮੁੱਕੇ ਨਾ ਇੱਥੇ ਬੂਥੀ ਲਟਕਾਈ ਆਏਗਾ ਮੇਰੇ ਕੋਲ। ਚੱਲਿਆ ਚੱਲਿਆ ਮੈਂ, ਨਾਲੇ ਕਹਿ ਦਿਓ ਚਰਨ ਸਿੰਘ ਦੀ ਕੁੜੀ ਨੂੰ ਇਸ ਤੋਂ ਪਹਿਲਾਂ ਮੈਨੂੰ ਉਡੀਕਦੀ ਦੀ ਉਮਰ ਨਿਕਲ ਜੇ, ਆਵੇ ਨਿਕਲ ਜੇ ਕਿਸੇ ਨਾਲ, ਮੈਂ ਨਿਕਲਣ ਲੱਗਿਆ ਬੱਲੀ ਮਾਮੇ ਲਈ। ਇੰਨੇ ਸਾਲਾਂ ਬਾਅਦ ਮੈਨੂੰ ਦੇਖ ਕੇ ਬੱਲੀ ਮਾਮਾ ਕਿੰਨਾ ਖੁਸ਼ ਹੋਇਆ। ਇੱਥੋਂ ਸੂਰਜਾ ਪੁੱਤਰਾ, ਆਪਣੀ ਮਨਹੂਸ ਸ਼ਕਲ ਵਿਖਾਈ ਮੈਨੂੰ। ਇਸ ਤਰ੍ਹਾਂ ਸਟਰੈਂਥ ਨਾਲ ਬੋਲੀਦਾ ਬੇਟਾ। ਰਾਈਟਰ ਤਾਂ ਸਿਰਫ ਲਿਖ ਦਿੰਦਾ, ਉਹ ਜ਼ਰੂਰ ਤਾਂ ਐਕਟਰ ਪਾਉਂਦਾ। ਚਲੋ ਬੱਚੋ 15 ਮਿੰਟ ਦਾ ਬ੍ਰੇਕ ਲੈ ਲਓ, ਮੈਂ ਆਪਣੇ ਭੈਣ ਜੀ ਨੂੰ ਮਿਲਣਾ। ਮਾਮਾ ਜੀ ਜੁੱਤੀ ਪਾਉਣਾ ਜੀ। ਹਾਂ ਕੁਛ ਰਹਿ ਕੁਛ ਰਹਿ। ਓਏ ਤੇਰੇ ਪਿਓ ਨੇ ਰੱਸਾ ਕਿਵੇਂ ਖੋਲਤਾ ਅੱਜ? ਉਹ ਕਿੱਥੇ ਖੋਲਦੇ ਜੀ ਰੱਸਾ, ਹਾਂ ਅੱਜ ਤਾਂ ਮੈਂ ਰੱਸਾ ਤੁੜਾ ਕੇ ਭੱਜਿਆ ਆ ਵੀ। ਚੱਲ ਚੰਗਾ ਹੋਇਆ, ਤੁਹਾਡੇ ਇਲਾਕੇ ਦੀ ਪੁਲਿਸ ਨੂੰ ਥੋੜਾ ਜਿਹਾ ਆਰਾਮ ਤਾਂ ਮਿਲੂ। ਸਹੀ ਗੱਲ ਹੈ ਜੀ, ਉੱਥੇ ਤਾਂ ਰੋਟੀ ਖਾਣ ਤੋਂ ਲੈ ਕੇ ਜੀ ਟਾਇਲਟ ਜਾਣ ਤੱਕ ਡੈਡੀ ਦੀ ਮਰਜ਼ੀ ਚੱਲਦੀ ਆ। ਆ ਹੁਣ ਦੇਖ ਲਓ, ਮੈਨੂੰ ਕਹਿੰਦੇ ਤੇਰਾ ਵਿਆਹ ਵੀ ਮੇਰੀ ਮਰਜ਼ੀ ਨਾਲ ਹੋਊਗਾ, ਦੱਸ। ਸਾਡੀ ਭੈਣ ਵੀ ਆਪਣੀ ਮਰਜ਼ੀ ਨਾਲ ਵਿਆਹ ਕਰਾ ਲੈਂਦੀ ਤਾਂ ਨੌਬਤ ਨਹੀਂ ਸੀ ਆਉਣੀ। ਕਿੱਦਾਂ ਦੀ ਗੱਲ ਕਰਦੇ ਹੋ ਮਾਮਾ ਜੀ, ਫਿਰ ਤਾਂ ਮੈਂ ਵੀ ਨਹੀਂ ਸੀ ਆਉਣਾ। ਉਹ ਚੱਲ ਜੋ ਹੋ ਗਿਆ ਸੋ ਹੋ ਗਿਆ, ਪਰ ਇਹ ਗਲਤ ਹੈ ਯਾਰ। ਸਹੀ ਗੱਲ, ਤੇਰਾ ਪਿਓ ਤੇਰੀ ਮਰਜ਼ੀ ਤੋਂ ਬਿਨਾਂ ਤੇਰਾ ਵਿਆਹ ਕਿਵੇਂ ਕਰ ਸਕਦਾ ਹੈ? ਸਾਲਾ ਵਿਆਹ ਤਾਂ ਇਹੋ ਜਿਹੀ ਚੀਜ਼ ਹੈ ਜਿਹੜਾ ਬੰਦਾ ਆਪਣੀ ਮਰਜ਼ੀ ਨਾਲ ਕਰੇ ਤਾਂ ਹੀ ਮਜ਼ਾ ਆਉਂਦਾ ਹੈ। ਸਹੀ ਗੱਲ ਹੈ ਜੀ, ਨਹੀਂ ਤਾਂ ਸਾਲੇ ਲੋਕ ਹੀ ਮਜ਼ਾ ਲੈਂਦੇ ਆ ਤੁਹਾਡੇ ਕੁੱਤਕੜੇ ਦਾ। ਬੰਦ ਕਰ, ਮਾਮੀ ਆ ਰਹੀ ਹੈ ਤੇਰੀ। ਅੱਛਾ ਜੀ, ਹਾਂਜੀ, ਚੱਲ ਮੱਥਾ ਟੇਕ ਮਾਮੀ ਨੂੰ। ਹੋ ਤੇਰੀ, ਇਹ ਤਾਂ ਸਵੀਟੀ ਆ, ਬੁਲ ਬੁਲ ਆਰਕੈਸਟਰਾ ਦੀ ਡਾਂਸਰ ਹੈ। ਇਹ ਕਿੱਥੇ ਲੈ ਗਿਆ ਬਈ? ਡਾਂਸਰ ਕਿਸੇ ਦੀ ਮਾਮੀ ਨਹੀਂ ਹੋ ਸਕਦੀ। ਹਾਂ ਨਹੀਂ ਨਹੀਂ, ਇਹ ਤਾਂ ਬਹੁਤ ਅੱਛੀ ਹੈ ਮਾਮੀ, ਮਤਲਬ ਬਹੁਤ ਅੱਛਾ ਡਾਂਸ ਕਰਦੀ ਹੈ ਮਾਮੀ। ਜੀ ਜੀ, ਉਹ ਕਿਹੜਾ ਕਿਹੜਾ ਮਸ਼ਹੂਰ ਜਿਹਾ ਮਾਮੀ ਜੀ ਦਾ। ਅੱਜ ਰਾ ਲਿਖੀ ਗੁਜ਼ਾਰਾਂਗੇ ਰਾਤ ਕਿ ਅੱਲਾ ਕਰੇ ਦਿਨ ਨਾ ਚੜੇ। ਬਈ ਮਾਮਾ ਜੀ ਯਕੀਨ ਮੰਨਿਓ, ਆ ਰਲ ਕੇ ਗੁਜ਼ਾਰਾਂਗੇ ਰਾਤ ਵਾਲੇ ਰਿਕਾਰਡ ਦੇ ਉੱਤੇ ਜਦੋਂ ਮਾਮੀ ਠੁਮਕੇ ਲਾਉਂਦੀਆਂ ਨਾ, ਮੁੰਡੇ ਤਾਂ ਸਾਲੇ ਲਿਟ ਲਿਟ ਜਾਂਦੇ ਆ ਬਈ। ਉਹਨਾਂ ਤਾਂ ਲਾੜੇ ਨੂੰ ਸ਼ਗਨ ਨਹੀਂ ਇਕੱਠਾ ਹੁੰਦਾ ਜਿੰਨਾ ਮਾਮੀ ਨੂੰ ਚੜਾਵਾ ਚੜ ਜਾਂਦਾ। ਮੈਂ ਤੁਹਾਨੂੰ ਕਿਤੇ ਦੇਖਿਆ ਲੱਗਦਾ ਲੁਧਿਆਣਾ ਭੁੱਲ ਗਏ? ਇੱਕ ਘੁੱਟਪਲਾ ਦੇ ਜ਼ਾਕੀਆ ਵਾਕੇ ਮੇਰੇ ਤੇ ਰੋੜ ਦੇ। ਇੱਕ ਘੁੱਟ ਨਹੀਂ ਹੁੰਦਾ ਓਏ, ਦੋ ਘੁੱਟ ਹੁੰਦੇ ਆ। ਘੁੱਟ ਤਾਂ ਦੋ ਹੀ ਹੁੰਦੇ ਆ ਮਾਮਾ ਜੀ, ਮਾਮੀ ਜੀ ਦੀ ਰਿਸਪੈਕਟ ਕਰਕੇ ਇੱਕ ਘੁੱਟ ਘਟਾ ਲਿਆ ਆਪਾਂ। ਯਾਦ ਆ ਤੁਹਾਨੂੰ ਜਦੋਂ ਤੁਸੀਂ ਇਸ ਗਾਣੇ ਦੇ ਉੱਤੇ ਮੁਜਰਾ ਕਰ ਰਹੇ ਸੀ, ਮੈਂ ਆਪਦੀ ਰੈਡੋ ਦੀ ਘੜੀ ਮਾਰਤੀ ਸੀ ਤੁਹਾਡੇ ਤੋਂ। ਵਾਰੀ ਥੋੜਾ ਸੀ ਉਹ, ਹੁਣ ਮਾਮਾ ਜੀ ਸਾਹਮਣੇ ਤਾਂ ਵਾਰੀ ਹੋ ਕਹਿਣਾ ਵਾ। ਪਰ ਉਹ ਲੈਣ ਤੁਸੀਂ ਹੁਸ਼ਿਆਰਪੁਰ ਵਾਪਸ ਨਹੀਂ ਤਾਂ ਆ ਗਏ ਸੀ? ਉਹ ਤਾਂ ਜੀ ਰਾਤ ਨੂੰ ਪੀਤੀ ਖਾਧੀ ਚ ਵਾਰੀ ਗਏ, ਜਦੋਂ ਸਵੇਰੇ ਹੋਸ਼ ਆਇਆ ਪਤਾ ਲੱਗਿਆ ਵੀ 1.5 ਲੱਖ ਦੀ ਆ ਤਾਂ ਲੈਣ ਆ ਗਏ। ਚਲੋ ਛੱਡੋ ਜੀ ਘੜੀ ਨੂੰ, ਇਹ ਭਾਣਜਾ ਜੀ ਆਪਣਾ ਆਪਣੇ ਕੋਲ ਹੀ ਰਹੂ ਹੁਣ। ਹਾਂਜੀ ਓਏ ਪਤੰਦਰਾ, ਮੱਥਾ ਤਾਂ ਟੇਕ ਲੈ ਮਾਮੀ ਨੂੰ, ਉਮਰ ਦੀ ਛੋਟੀ ਹੈ, ਰਿਸ਼ਤੇ ਦੀ ਰਿਸਪੈਕਟ ਰਹਿੰਦੀ ਹੈ। ਚੱਲ ਚੁੱਕ ਥੱਲੇ। ਹਾਂਜੀ ਚੱਲ ਹੁਣ ਦੱਸ ਕਰੇਗਾ ਕੀ? ਕੁਛ ਵੀ ਕਰ ਲਾਂਗੇ ਮਾਮਾ ਜੀ, ਭੰਡਗਿਰੀ ਨੂੰ ਛੱਡ ਕੇ ਜੀ। ਆ ਗਿਆ ਨਾ ਆਪਣੇ ਪਿਓ ਵਾਲੀਆਂ ਹਰਕਤਾਂ ਤੇ? ਨਹੀਂ ਨਹੀਂ ਜੀ, ਕੰਮ ਤਾਂ ਬਹੁਤ ਵਧੀਆ ਜੀ, ਪਰ ਔਖਾ ਮਾਮਾ ਜੀ, ਹੁਣ ਸਾਰੇ ਬੰਦੇ ਤੁਹਾਡੇ ਵਰਗੇ ਟੈਲੈਂਟਡ ਸੋਨਾ ਹੁੰਦੇ ਆ ਜੀ। ਉਹ ਤਾਂ ਹੈ, ਚੱਲ ਠੀਕ ਹੈ, ਮੈਂ ਕਰੂੰ ਕੋਈ ਜੁਗਾੜ। ਮੇਰਾ ਇੱਕ ਦੋਸਤ ਹੈ ਸੰਦੀਪ, ਉਹਨੂੰ ਕਹੂੰਗਾ, ਉਹ ਕਿਤੇ ਨਾ ਕਿਤੇ ਤੈਨੂੰ ਫਿੱਟ ਜ਼ਰੂਰ ਕਰੂਗਾ। ਠੀਕ ਹੈ ਜੀ, ਉਹ ਹੀ ਕਰਦਾ। ਉਹ ਫਿਲਹਾਲ ਤਾਂ ਦੋ ਦੋ ਪ੍ਰੋਜੈਕਟ ਸੰਭਾਲ ਰਿਹਾ। ਦੋ ਦੋ ਪ੍ਰੋਜੈਕਟ? ਮੈਂ ਉੱਜੜ ਗਈ ਹੈ, ਉੱਜੜ ਗਈ। ਤੇ ਤੁਹਾਡੇ ਦੋਵਾਂ 'ਚ ਮੈਂ ਉੱਧੜ ਗਿਆ। ਮੇਰੀ ਵੀ ਗੱਲ ਸੁਣੋ ਯਾਰ ਜਸਮੀਤ, ਅਨੂ ਮੈਂ ਸੋਚਾ ਇਹੋ ਜੀ ਕਿਹੜੀ ਨੌਕਰੀ ਹੈ, ਸੋਮਵਾਰ ਤੋਂ ਵੀਰਵਾਰ ਬੰਦੇ ਦੀ ਸ਼ਕਲ ਹੀ ਨਹੀਂ ਦਿਸਦੀ। ਮੈਂ ਵੀ ਸੋਚਾ ਇਹ ਕਿਹੜੀ ਨੌਕਰੀ ਹੈ, ਬੰਦਾ ਸ਼ੁੱਕਰਵਾਰ ਸ਼ਨੀਵਾਰ ਛੁਮੰਤਰ ਹੀ ਹੋਇਆ ਰਹਿੰਦਾ। ਤੁਸੀਂ ਘਰ ਚਲੋ, ਤੁਹਾਨੂੰ ਮੈਂ ਦੱਸਦੀ, ਘਰ ਚਲੋ। ਚਲੋ ਸੁਣੋ ਸਰ, ਦੱਸਣ ਵਾਲੀ ਹੁੰਦੀ ਹੈ। ਅੱਜ ਮੈਂ ਕੁਝ ਖਾ ਕੇ ਮਰਾਂਗੀ, ਅੱਜ ਮੈਂ
ਸਰਕਾਰੀ ਨੌਕਰੀ ਜਿਹੜੀ ਮੈਨੂੰ ਮਿਲੀ ਸੀ ਤੇ ਮੇਰੀ ਦੁਕਾਨ ਹੈ ਜਿਹੜੀ ਮੈਂ ਖੁਦ ਪਾਈ। ਲਗਾਓ ਭਲਾ ਕਿਹਦੇ ਬਾਰੇ ਪੁੱਛਣ ਲੱਗਾ ਸੀ ਮੈਂ? ਨਾ ਭਲਾ ਅਸੀਂ ਕਿਵੇਂ ਅਨੁਮਾਨ ਲਗਾਈਏ? ਮੈਂ ਪੁੱਛਣਾ ਸੀ ਆਪਣੀ ਉਹ ਕੰਮ ਵਾਲੀ ਨੀ ਆਈ? ਕੰਮ ਵਾਲੀ? ਕੰਮ ਵਾਲੀ ਨਾਲ ਤੁਹਾਨੂੰ ਕੀ ਕੰਮ ਹੈ? ਮੈਂ ਉਹਨੂੰ ਕਿਹਾ ਸੀ ਮੈਨੂੰ 8 ਵਜੇ ਉਠਾ ਦੇ, ਮੈਨੂੰ ਲੱਗਦਾ ਲੇਟ ਹੋ ਗਿਆ ਮੈਂ। ਉਹ ਜੀਜਾ ਜੀ ਉਹ ਤਾਂ ਆਪ 10 ਵਜੇ ਆਉਂਦੀ ਹੈ, ਤੁਹਾਨੂੰ 8 ਵਜੇ ਕਿਵੇਂ ਠਾਦੂ? ਉਹ ਰਾਤੀ ਘੱਟ ਪੀ ਕੇ ਤਾਂ ਨਹੀਂ ਸੁੱਤੇ? ਯਾਰ ਤੈਨੂੰ ਕਿੰਨੀ ਵਾਰੀ ਕਿਹਾ ਸਾਡੀ ਮੀਆਂ ਬੀਵੀ ਦੀ ਦਾਲ 'ਚ ਆਪਣੀ ਕੱਚੀ ਨਾ ਮਾਰਿਆ ਕਰ, ਫਿਰ ਇਸੇ ਦਖਲ ਕਰਕੇ ਸਾਡੀ ਦਾਲ ਨੂੰ ਅੱਜ ਤੱਕ ਤੜਕਾ ਨਹੀਂ ਲੱਗਾ, ਵਰਨਾ ਤੈਨੂੰ ਇਸ ਘਰ 'ਚ ਮਾਮਾ ਜੀ ਹੁੰਦੀ ਹੋਣੀ ਸੀ ਉਹਨੂੰ। ਮੈਂ ਪਹਿਲਾਂ ਬੋਲ ਲਿਆ ਹੋਰ ਦਿਮਾਗ ਨਾ ਖਰਾਬ ਕਰਿਆ। ਇਹ ਜਿਹੜਾ ਤੁਸੀਂ ਸੋਮਵਾਰ ਤੋਂ ਵੀਰਵਾਰ ਟੂਰ ਕਰਦੇ ਹੋ ਨਾ, ਇਹ ਉਹਦਾ ਅਸਰ ਹੈ। ਪਲੀਜ਼ ਅੱਜ ਨਾ ਜਾ, ਇਸ ਹਫ਼ਤੇ ਛੁੱਟੀ ਲੈ ਲਓ। ਜਿੰਨਾ ਬਰਡਨ ਹੈ ਨਾ ਮੇਰੇ ਤੇ ਕੰਮ ਦਾ, ਮੈਂ ਸਿਰਫ ਫਾਹ ਲੈ ਸਕਦਾ, ਛੁੱਟੀ ਨਹੀਂ ਲੈ ਸਕਦਾ। ਉੱਠ ਕੇ ਪਾਣੀ ਗਰਮ ਕਰ, ਮੈਂ ਨਹਾ ਕੇ ਜਾਣਾ। ਇੰਨੀ ਗਰਮੀ 'ਚ ਗਰਮ ਪਾਣੀ ਬੌਂਦਲੇ ਕਿਉਂ ਪਿਓ? ਠੀਕ ਤਾਂ ਹੋ? ਆਹੋ ਗਰਮ ਪਾਣੀ, ਮੇਰੇ ਟੌਨਸਿਲਸ ਹੋਇਆ, ਮੈਂ ਗਰਾਰੇ ਕਰਕੇ ਜਾਣਾ, ਨਹਾਉਣਾ ਠੰਡੇ ਪਾਣੀ ਨਾਲ ਹੀ ਆ। ਗੱਲ ਸੁਣ, ਇਹਨੇ ਹੋਰ ਤੇ ਕਿਤੇ ਜਾਣਾ ਨਹੀਂ ਹੁੰਦਾ, ਇਹਨੂੰ ਸਕੂਲ ਹੀ ਦਾਖਲ ਕਰਾ ਦੇ ਦੁਬਾਰਾ। ਲੋਕਾਂ ਕਤੂਰੇ ਰੱਖੇ ਹੁੰਦੇ, ਅਸੀਂ ਸੂਰ ਰੱਖੇ ਆ। ਤੇਰੇ ਜੀਜਾ ਜੀ ਮੈਨੂੰ ਢਿੱਲੇ ਲੱਗਦੇ। ਦੀਦੀ ਤੈਨੂੰ ਢਿੱਲੇ ਲੱਗਦੇ, ਮੈਨੂੰ ਹਿੱਲੇ ਲੱਗਦੇ ਆ। ਧਿਆਨ ਨਾਲ ਜਾਣਾ। ਆਓ ਠੀਕ ਹੈ, ਬਾਏ 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 ਬਾਏ। ਬੋਲਦੇ ਹੁਣ ਖੱਟਾ ਡੀਕਦੇ। ਨਾਟਕਾਂ ਚ ਇੰਨਾ ਨਾਂ ਚੱਲਦਾ ਮੇਰਾ, 6 ਮਹੀਨੇ ਚ ਇੱਕ ਵਾਰੀ ਤਾਂ ਅਖਬਾਰ ਚ ਫੋਟੋ ਛਪਦੀ ਹੈ। ਰਹਿਣ ਦੇ ਨਾ ਸ਼ਾਦੀ ਦੇ ਫੰਕਸ਼ਨਾਂ ਨੂੰ। ਹਾਂਜੀ, ਤੁਹਾਡਾ ਤਾਂ ਸਿਰਫ ਨਾਂ ਹੀ ਚੱਲਦਾ ਆ, ਘਰ ਤਾਂ ਆਰਕੈਸਟਰਾ ਨਾਲ ਹੀ ਚੱਲਦਾ ਆ ਨਾ। ਵੈਸੇ ਭਾਬੀ ਜੀ ਕੰਮ ਤੇ ਤੁਹਾਡੇ ਵਾਲਾ ਵੀ ਔਖਾ ਹੀ ਹੈ, ਸ਼ਰਾਬੀ ਇੱਕ ਵਾਰੀ ਦੰਦਾਂ 'ਚ ਨੋਟ ਫਸਾ ਕੇ ਪਤੰਦਰ ਛੱਡਦੇ ਤੇ ਨਹੀਂ ਹੋਣੇ ਛੇਤੀ, ਦੰਦਾਂ ਨਾਲ ਹੀ ਖਿੱਚਣਾ ਪੈਂਦਾ ਹੁਣ। ਹਾਂਜੀ, ਸਤਾਰਿਆਂ ਵਾਲਾ ਘੱਗਰਾ ਪਾਤਾ ਜੀ ਟੈਚੀ 'ਚ, ਉਹ ਜਲੇਬੀ ਬਾਈ ਵਾਲੀ ਸੀਡੀ ਵੀ ਪਾ ਦੀ। ਸ਼ੀਲਾ ਦੀ ਜਵਾਨੀ ਵੀ ਪਾ ਦੂੰਗੀ। ਉਹ ਕਾਕਾ, ਹਾਂਜੀ, ਅੰਦਰ ਟੇਬਲ ਤੇ ਕਾਰ ਦੀ ਚਾਬੀ ਵੀ ਚੱਕ ਲਿਆ। ਅੱਛਾ ਜੀ, ਸੁੱਕ ਗਿਆ। ਹਾਂਜੀ, ਆ ਕੀ ਕੰਮ ਕੀਤਾ ਤੁਸੀਂ? ਕੰਮ ਤੁਹਾਡਾ ਇੱਕ ਨਹੀਂ ਚੱਲਦਾ, ਨੌਕਰ ਤੁਸੀਂ ਦੋ ਦੋ ਰੱਖੇ ਨੇ, ਇਹ ਮੁੰਡਾ ਨਵਾਂ ਰੱਖਿਆ ਹੁਣ? ਭਾਣਜਾ ਹੈ ਮੇਰਾ, ਭਾਣਜਾ ਕਾਹਦਾ ਹੋਈ ਹੈ। ਜੀਜਾ ਸਾਡਾ ਬਦਮਾਸ਼, ਇਹ ਆਪਣੇ ਪਿਓ ਦਾ ਵੀ ਪਿਓ ਹੈ, ਲੋਕਾਂ ਦੀਆਂ ਹੱਡੀਆਂ ਤੋੜਨ ਤੋਂ ਸਿਵਾਏ ਡੱਕਾ ਨਹੀਂ ਤੋੜਦਾ ਵੇਲਾ। ਹਾਂਜੀ, ਤੇਰੀ ਮੌਜ ਹੈ ਕਾਕਾ, ਹੈ 3 ਦਿਨ ਇੱਧਰ 4 ਦਿਨ ਉੱਧਰ। ਤੁਸੀਂ ਲੈ ਲਓ ਇਹੋ ਜਿਹੀਆਂ ਮੌਜਾਂ, ਇੱਕ ਵਿਆਹ ਕਰਾ ਕੇ ਬੰਦਾ 2 ਪੈਰਾਂ ਤੇ ਭੱਜਿਆ ਫਿਰਦਾ, ਤੇ 2 ਵਿਆਹ ਕਰਾ ਕੇ ਤੇ ਫਿਰ ਹੱਥ ਵੀ ਥੱਲੇ ਲਾਉਣੇ ਪੈਂਦੇ ਆ, ਆ ਪੂਛ ਹੀ ਨਹੀਂ ਉਗਦੀ ਬੰਦੇ ਦੇ, ਹਾਲਤ ਕੁੱਤੇ ਵਾਲੀ ਹੋ ਜਾਂਦੀ ਬੰਦੇ ਦੀ। ਮਾਮਾ ਜੀ, ਹਾਂਜੀ, ਚਾਬੀ ਲਿਆ, ਆ ਲੈ ਵੀ ਫੜ, ਆ ਲਿਓ ਜੀ, ਆ ਲੋ ਫੜ। ਅੱਛਾ ਵੀ ਉਹ ਸੌਰੀ, ਤੈਨੂੰ ਗੇਟ ਖੋਲਣ ਨੂੰ ਕਹਿ ਤਾ ਸੀ। ਉਹ ਨਾ ਨਾ ਜੀ, ਕੋਈ ਗੱਲੇ ਨਹੀਂ, ਤੁਸੀਂ ਮਾਮਾ ਜੀ ਦੇ ਗੈਸਟ ਹੋ, ਨਹੀਂ ਤਾਂ ਗੇਟ ਵਾਲੀ ਕਿਹੜੀ ਗੱਲ ਆ, ਮੈਂ ਤਾਂ 1 ਮਿੰਟ ਤੋਂ ਪਹਿਲਾਂ ਤੇਰੇ ਵਰਗਾ ਬੰਦਾ ਖੋਲ ਕੇ ਰੱਖਦਾ। ਠੀਕ ਹੈ ਟਿੰਗਰਾ ਸਾਹਿਬ, ਮੈਂ ਚੱਲਦਾ, ਚੰਗਾ ਛੁੱਟੀ। ਜਿਹਨੇ ਮੈਨੂੰ ਕੰਮ ਦਵਾਉਣਾ ਜੀ। ਉਹ ਯਾਰ ਕਾਹਦਾ ਹੋਈ ਹੈ, ਫੁਕਰਾ ਦੋ ਦੋ ਜਨਾਨੀਆਂ ਰੱਖੀ ਫਿਰਦਾ। ਹਾਂਜੀ ਫੁਕਰਾ, ਹਾਂਜੀ ਆ ਗਏ ਜੀ। ਨਹੀਂ, ਰਾਹ ਚ ਹੀ ਆ ਜੀ। ਵੈਸੇ ਇਹਨਾਂ ਤੇਲ ਕਿਤੇ ਮੇਰੀਆਂ ਪੁੜਪੜੀਆਂ 'ਚ ਚਸਿਆ ਕਰੇ ਨਾ, ਤਰਾਵਟ ਆ ਜੇ ਸਿਰ 'ਚ ਮੇਰੇ। ਮੇਰੀ ਮਾਂ ਨੇ ਦੱਸਿਆ ਸੀ ਕਿ ਬੰਦਾ ਜਦੋਂ ਕਮਾਈਆਂ ਕਰਕੇ ਘਰ ਮੁੜੇ ਨਾ, ਤਾਂ ਤੇਲ ਚੋਗੇ ਘਰ ਵਾੜੀ ਦਾ। ਵੀਰ ਜੀ, 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 ਵੀਰ
ਵੇਖਾਂ ਜਿੱਦਾਂ 에ਅਰਪੋਰਟ ਤੇ ਲੈਣ ਆਈ ਹੁੰਦੀ ਮੈਨੂੰ ਇੱਥੇ ਰਹਿਣਾ ਮੈਂ ਭਰਾ ਪਾਵੇਂ ਦਹੀਂ ਲੈਣ ਗਿਆ ਹੋਇਆ 20 ਮਿੰਟਾਂ ਬਾਅਦ ਮੁੜ ਆਵੇ ਪੈਣਾ ਨੂੰ ਤੇ ਚਾ ਚੜਦਾ ਹੈ ਨਾ ਹਾਏ ਹਾਏ ਕੁੜੀ ਨਾਲ ਪਿਆਰ ਨਾ ਤਾਂ ਬੋਲੋ ਅੱਛਾ ਹੁਣ ਪੁਰਾਣੀਆਂ ਫਿਲਮਾਂ ਵਾਂਗੂ ਸ਼ੁਰੂ ਹੋ ਜਾਵਾਂ ਮੈਂ ਵਾ ਵਾ ਤਿੰਨਾਂ ਦਿਨਾਂ ਵਿੱਚ ਕਿੰਨੀ ਜਵਾਨ ਹੋ ਗਈ ਹੈ ਮੇਰੀ ਲਾੜੋ ਭੈਣ ਕਿੰਨੀ ਸੋਹਣੀ ਨਿਕਲੀ ਆ ਮਰ ਜਾਣੀ ਓਹੋ ਗੱਲਾਂ ਛੱਡੋ ਅੰਦਰ ਭਾਵਲਪੁਰੀਆ ਜੁਲਰ ਆਇਆ ਦੁਕਾਨ ਦਾ ਕਿਰਾਇਆ ਦੇਣ ਮੇਹਰ ਸਿੰਘ ਜੀ ਅੱਗੇ ਅਰਜ਼ ਕੀਤਾ ਹੈ ਕਿ ਫੁੱਲਾਂ ਦੀ ਮਹਿਕ ਤੇ ਗੁਲਾਬਾਂ ਦੀ ਖੁਸ਼ਬੂ ਗੁਲਾਬ ਦੇ ਫੁੱਲ ਨਹੀਂ ਹੁੰਦੇ ਨਾਲੇ ਮਹਿਕ ਤੇ ਖੁਸ਼ਬੂ ਮੇਹਰ ਸਿੰਘ ਜੀ ਪਹਿਲਾਂ ਪੂਰਾ ਸੁਣ ਲਿਆ ਕਰੋ ਠੀਕ ਹੈ ਸੁਣਾਓ ਫੁੱਲਾਂ ਦੀ ਮਹਿਕ ਤੇ ਗੁਲਾਬਾਂ ਦੀ ਖੁਸ਼ਬੂ ਬਾਬਾ ਦੋਵੇਂ ਇੱਕੋ ਹੀ ਨੇ ਮੈਂ ਕਿੱਥੇ ਕਿਹਾ ਦੋ ਅੱਗੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਲੜੀ ਸਤਿ ਸ਼੍ਰੀ ਅਕਾਲ ਜੀ ਜਿਉਂਦੇ ਰਹੋ ਬੇਟਾ ਕਦੋਂ ਆਏ ਬਸ 8 ਕੁ ਕਵਿਤਾਵਾਂ ਤਾਂ ਹੋ ਹੀ ਗਈਆਂ ਮੇਰੇ ਆਏ ਨੂੰ ਤੁਸੀਂ ਡਾਕਟਰ ਆ ਲਈ ਗਏ ਅੱਜ ਦਵਾਈ ਲੈਣ ਪੁੱਤਰ ਜੀ ਡਾਕਟਰ ਕਹਿੰਦਾ ਮੈਂ ਦਵਾਈ ਘਰੇ ਪਹੁੰਚਾ ਦਿਆ ਕਰਾਂਗਾ ਤੁਸੀਂ ਆਉਣ ਦੀ ਖੇਚਲ ਨਾ ਕਰਿਆ ਕਰੋ ਕਵਿਤਾਵਾਂ ਤਾਂ ਘੱਟ ਸ਼ਕੀਨ ਹੋਣਾ ਹੈ ਡਾਕਟਰ ਖੈਰ ਮੈਂ ਸੋਚਿਆ ਹੁਣ ਟਾਈਮ ਹੋ ਗਿਆ ਬਈ ਸਾਲ ਭਰ ਦਾ ਇਕੱਠਾ ਕਿਰਾਇਆ ਦੇ ਦਈਏ ਦਿਮਾਗ ਤੋਂ ਬੋਝ ਉਤਰ ਜਾਂਦਾ ਹੈ 50 ਰੁਪਏ ਮਹੀਨੇ ਦੇ ਹਿਸਾਬ ਨਾਲ ਅਪੂਰੇ ਇਹ ਬਣਦੇ ਆ ਤੁਹਾਡੇ 600 ਰੁਪਏ ਗਿਣ ਲਓ ਆ ਤੁਸੀਂ ਚੰਗਾ ਕੀਤਾ ਵੈਸੇ ਇਸ ਕੰਮ ਲਈ ਜਿਹੜਾ ਅਟੈਚੀ ਰੱਖ ਲਿਆ ਨਾ ਵਰਨਾ ਇੰਨੀ ਪੇਮੈਂਟ ਬੰਦਾ ਜੇਬ 'ਚ ਲੈ ਕੇ ਘੁੰਮੇ ਖਤਰਾ ਹੀ ਹੁੰਦਾ ਲੁੱਟ ਖੋਹ ਦਾ ਡਰ ਰਹਿੰਦਾ ਨਾ ਘਰੋਂ ਅੱਡੇ ਤੇ ਜਾਈਏ ਨਾ ਆਟੋ ਵਾਲਾ 100 ਰੁਪਇਆ ਲੈ ਲੈਂਦਾ ਉੱਥੋਂ ਤੱਕ ਦਾ ਤੇ ਤੁਸੀਂ 50 ਰੁਪਏ ਮਹੀਨੇ ਤੇ ਸਾਡੀ ਦੁਕਾਨ ਦਾ ਵੀ ਬੈਠੇ ਹੋ ਦੱਬੀ ਨਹੀਂ ਹੋਈ ਸਨ 1943 ਵਿੱਚ ਮੇਰੇ ਪਿਤਾ ਜੀ ਨੇ 10 ਰੁਪਏ ਮਹੀਨੇ ਤੇ ਲਈ ਸੀ ਉਹ ਦੁਕਾਨ ਤੁਹਾਡੇ ਬਜ਼ੁਰਗਾਂ ਤੋਂ ਕੀ ਹੁੰਦੇ ਆ 10 ਰੁਪਈਏ ਅਸੀਂ ਸਿੱਧਾ ਜੰਪ ਮਾਰ ਕੇ 50 ਰੁਪਏ ਕਰ ਦਿੱਤਾ ਮਹੀਨੇ ਦਾ ਕਮਾਈਆਂ ਕਮਾਈਆਂ ਕਿੱਥੇ ਰਹਿ ਗਈਆਂ ਅੱਜ ਕੱਲ ਕੀ ਡਰਾਮੇਬਾਜ਼ੀ ਹੈ ਵੈਸੇ ਹੈ 2000 ਰੁਪਈਆ ਮਹੀਨੇ ਦਾ ਉਹ ਗੋਲ ਗੱਪੇ ਵਾਲੇ ਕੋਲੋਂ ਲੈਨੇ ਹੋ ਤੁਸੀਂ ਜਿਹੜਾ ਸਾਡੀ ਦੁਕਾਨ ਦੇ ਬਾਹਰ ਖੜਾ ਕੀਤਾ ਹੋਇਆ ਨਾ ਨਾ ਦੋਨੇ ਨਹੀਂ ਦਿੰਦਾ ਜੀ ਸਾਨੂੰ ਹੀ ਪਤਾ ਕਿੱਦਾਂ ਗੋਲ ਗੱਪੇ ਖਾ ਖੂ ਕੇ ਮਸੀ ਪੈਸੇ ਪੂਰੇ ਕਰੀਦੇ ਆ ਹੱਥ ਜੋੜੇ ਤੁਹਾਡੇ ਅੱਗੇ ਕਿਰਾਇਆ ਵਧਾ ਦਿਓ ਕਿ ਖਰਚੇ ਬੜੇ ਨੇ ਕੁੜੀ ਦਾ ਵਿਆਹ ਵੀ ਕਰਨਾ ਸੀ ਦੇਖ ਲਓ ਜੀ ਹੁਣ ਕੁੜੀਆਂ ਦਾ ਵਿਆਹ ਵੀ ਕਿਰਾਏਦਾਰਾਂ ਦੇ ਸਿਰੋਂ ਹੀ ਕਰੋਗੇ ਸਤਿ ਸ਼੍ਰੀ ਅਕਾਲ ਜੀ ਪੈਸੇ ਨਾਲ ਨਹੀਂ ਰੱਜਦਾ ਇਹ ਟੱਬਰ ਲੁੱਟ ਕੇ ਖਾ ਲਿਆ ਸਾਨੂੰ ਤਾਂ ਸ਼ਰਮ ਕਰੋ ਸਾਲਾ ਕਮੀਨਾ ਕਮੀਨਾ ਤਾਂ ਹੈ ਪਰ ਕਵਿਤਾ ਦਾ ਪ੍ਰੇਮੀ ਹੈ ਇੱਕ ਨਵੀਂ ਕਵਿਤਾ ਹੈ ਬੇਟਾ ਮੈਂ ਸਾਹ ਤੇ ਲੈ ਲੈਂਦਾ ਮੈਂ ਤੇ ਪਾਣੀ ਵੀ ਨਹੀਂ ਪੀਤਾ ਅਜੇ ਮੇਰੇ ਸਿਰ 'ਚ ਪਾ ਦਿਓ ਕਵਿਤਾ ਮੁੰਡੇ ਨੂੰ ਦੱਸਿਆ ਜੀ ਜਿਹੜਾ ਰਿਸ਼ਤਾ ਆਪਾਂ ਅਖਬਾਰ 'ਚ ਪਸੰਦ ਕੀਤਾ ਕੀ ਗੱਲ ਮੇਰਾ ਹੁਣ ਤੀਜਾ ਵਿਆਹ ਕਰਨਾ ਜੇ ਤੀਜਾ ਨਹੀਂ ਮੈਂ ਕਿਹਾ ਸੁੱਖ ਨਾ ਰੱਬ ਨੇ ਆ ਦੋਵਾਂ ਜਿੱਡੀ ਇੱਕ ਦਿੱਤੀ ਤੋਈ ਮੈਨੂੰ ਅੱਗੇ ਫਿਟੇ ਮੂੰਹ ਤੇਰਾ ਓਏ ਕਮਲਿਆ ਆਪਣੀ ਪ੍ਰੀਤ ਲਈ ਹਾਏ ਹਾਏ ਕਿਹੜੀ ਸ਼ਰਮ ਆ ਗਈ ਯਾਰ ਮੈਂ ਕਹਿੰਦਾ ਜੇ ਰਿਸ਼ਤਾ ਠੀਕ ਹੈ ਨਾ ਫਿਰ ਝੱਟ ਮੰਗਣੀ ਤੇ ਪੱਟ ਵਿਆਹ ਵਾਲੀ ਗੱਲ ਕਰਿਓ ਬਿਲਕੁਲ ਓਏ ਹੱਥ ਜੋੜੇ ਤੁਹਾਡੇ ਅੱਗੇ ਡੈਡੀ ਜੀ ਜੇ ਗੱਲ ਬਣਦੀ ਹੋਈ ਤੇ ਤੁਸੀਂ ਆਪਣੀ ਸ਼ਾਇਰੀ ਤੇ ਕੰਟਰੋਲ ਰੱਖਿਓ ਨਾਬੇ ਵਾਲਿਆਂ ਨੇ ਵੀ ਡੈਡੀ ਦਾ ਫੋਨ ਚੁੱਕਣਾ ਬੰਦ ਕਰਤਾ ਸੀ ਅਨੂ ਮੁੰਡੇ ਦਾ ਨੰਬਰ ਤਾਂ ਦੱਸ ਪੁੱਤਰ ਸੁਣ ਜੀ ਮੈਂ ਨੰਬਰ ਦੇਣੀ ਤੁਸੀਂ ਜ਼ਰਾ ਫੋਨ ਮਾਰਿਓ ਹੁਣੇ ਮਾਰ ਦਿੰਨੇ ਆ ਕਿਹਦੇ ਮਾਰਨਾ ਫੋਨ ਓਏ ਹੋਏ ਓਹੋ ਨੰਬਰ ਲਗਾਉਣਾ ਲਾ ਲਓ ਨੰਬਰ 98 72 211 342 ਜਸਮੀਤ ਨਹੀਂ ਨਹੀਂ ਮੇਰੇ ਕਹਿੰਦਾ ਮਤਲਬ ਜਸਟ ਮੀਟ ਮਿਲ ਕੇ ਦੇਖਦੇ ਹਾਂ ਲੈਟਸ ਮੀਟ 'ਚ ਗੱਲ ਬਣਦੀ ਤਾਂ ਨੰਬਰ 'ਤੇ ਲੱਗਿਆ ਪਹਿਲਾਂ ਆਪਣਾ ਨੈਟਵਰਕ ਹੀ ਨਹੀਂ ਆ ਰਿਹਾ ਮੈਨੂੰ ਤਾਂ ਲੱਗਦਾ ਮੁਸ਼ਕਿਲ ਹੀ ਲੱਗਣਾ ਲੱਗ ਹੀ ਨਹੀਂ ਰਿਹਾ ਨਹੀਂ ਲੱਗ ਰਿਹਾ ਨੈਟਵਰਕ ਹੀ ਨਹੀਂ ਲੱਗ ਰਿਹਾ ਲਓ ਜੀ ਫੋਨ ਨਹੀਂ ਲੱਗ ਰਿਹਾ ਤੇ ਛੁਆਰਾ ਕਿੱਥੋਂ ਲੱਗਣਾ ਤੁਹਾਡਾ ਨਹੀਂ ਲੱਗ ਰਿਹਾ ਮੇਰਾ ਲੱਗ ਗਿਆ ਹੈਲੋ ਹੈਲੋ ਮੈਡੀ ਸਤਿ ਸ਼੍ਰੀ ਅਕਾਲ ਸਾਡੀ ਕੁੜੀ ਦਾ ਨਾਮ ਪ੍ਰੀਤ ਹੈ ਜੀ ਹਾਂਜੀ ਚੰਗਾ ਫਿਰ ਆਪਾਂ ਦੋਨੇ ਪਰਿਵਾਰ ਮਿਲ ਕੇ ਗੱਲ ਕਰਦੇ ਹਾਂ ਜੀ ਬਿਲਕੁਲ ਬਸ ਐਕਚੁਅਲੀ ਮੇਰੇ ਹਸਬੈਂਡ ਹੁਣੇ ਟੂਰ ਤੇ ਗਏ ਵੀਰਵਾਰ ਉਹ ਆ ਜਾਂਦੇ ਮੈਂ ਉਹਨਾਂ ਤੇ ਗੱਲ ਕਰ ਲੈਣੀ ਆ ਲਓ ਜੀ ਮੇਰੇ ਹਸਬੈਂਡ ਵੀ ਟੂਰ ਤੋਂ ਹੁਣੇ ਵਾਪਸ ਆਏ ਨੇ ਮੈਂ ਉਹਨਾਂ ਨਾਲ ਗੱਲ ਕਰ ਲੈਣੀ ਆ ਤੇ ਫਿਰ ਆਪਾਂ ਮਿਲਦੇ ਹਾਂ ਹਾਂਜੀ ਇਹਨੇ ਰਿਸ਼ਤਾ ਕਿੱਥੇ ਹੋਣ ਦੇਣਾ ਇਹਨੇ ਤੇ ਪਹਿਲੇ ਵੀ ਕੈਨਸਲ ਕਰਾ ਦੇਣੇ ਤੁਹਾਨੂੰ ਮੈਂ ਦੱਸਾਂ ਇਹਨੂੰ ਚੁੱਪ ਕਰਾ ਲਓ ਅਸੀਂ ਨਹੀਂ ਆਗੇ ਯਾਰ ਕਿਉਂ ਚੌਧਰਾਨੀਆਂ ਬਣਦੀਆਂ ਜਨਾਨੀਆਂ ਤੁਹਾਨੂੰ ਮੈਂ ਦੱਸਾਂ ਓਕੇ ਮੈਨੂੰ ਸੁਣੋ ਗੱਲ ਇਹ ਰਿਸ਼ਤਾ ਹੋ ਜਾਣਾ ਮੈਨੂੰ ਵਾਈਬਸ ਆ ਰਹੀਆਂ ਰਿਸ਼ਤਾ ਹੋ ਜਾਣਾ ਮੁੰਡੇ ਦੀ ਗੱਲ ਤਾਂ ਸਿਆਣੀ ਹੈ ਗੱਲ ਤਾਂ ਬਿਲਕੁਲ ਸਿਆਣੀ ਹੈ ਜੀ ਹੋਇਆ ਵੇਖੋ ਤੁਹਾਡੇ ਹੱਥ ਜੋੜੇ ਮੈਂ ਪੈਰ ਫੜੇ ਤੁਹਾਡੇ ਤੁਸੀਂ ਵਿੱਚ ਇਨਵੋਲਵ ਨਹੀਂ ਹੋਣਾ ਇਸ ਗੱਲ ਦੇ ਵਿੱਚ ਔਰ ਖਾਸ ਤੌਰ ਤੇ ਤੂੰ ਮੇਰੀ ਗੱਲ ਸੁਣ ਲੈ ਉਹਨੂੰ ਘੱਟੋ ਘੱਟ ਤੂੰ ਨਹੀਂ ਇਸ ਮਾਮਲੇ 'ਚ ਬੋਲਣਾ ਤੁਸੀਂ ਨਹੀਂ ਇਨਵੋਲਵ ਹੋਣਾ ਮੈਂ ਡੀਲ ਕਰਾਂਗਾ ਯਾਰ ਉਹਦਾ ਹਸਬੈਂਡ ਟੂਰ ਤੇ ਗਿਆ ਨਾ ਉਹਨੂੰ ਆ ਲੈਂਦੇ ਇਧਰੋਂ ਮੈਂ ਹਸਬੈਂਡ ਉਧਰੋਂ ਉਹ ਹਸਬੈਂਡ ਹਸਬੈਂਡ ਉਹ ਹਸਬੈਂਡ ਨਹੀਂ ਹੋਣ ਦਿਓ ਸਾਨੂੰ ਇਹ ਹਸਬੈਂਡ ਟੂ ਹਸਬੈਂਡ ਗੱਲ ਹੋਏਗੀ ਤਾਂ ਇਹ ਰਿਸ਼ਤਾ ਹੋਣਾ ਜੇ ਮੈਂ ਹੱਥ ਜੋੜੇ ਤੁਹਾਡੇ ਅੱਗੇ ਤੁਸੀਂ ਕਿਸੇ ਨੇ ਵਿੱਚ ਨਹੀਂ ਬੋਲਣਾ ਮੇਰਾ ਮਰੇ ਦਾ ਮੂੰਹ ਵੇਖੋਗੇ ਜਿਸ ਰਿਸ਼ਤੇ 'ਚ ਆਇਆ ਕੋਈ ਜਣਾ ਠੀਕ ਹੈ ਨਾ ਇਹ ਰਿਸ਼ਤਾ ਵਰਕਾ ਪਾਰ ਦੇ
ਵਰਕਾ ਪਾੜ ਦਿਓ ਵਰਕਾ ਪਾੜ ਦਿਓ ਡੈਰੀ ਮੈਨੂੰ ਫੜਾਓ ਫੜਾਇਆ ਤਾਂ ਡੈਰੀ ਮੈਨੂੰ ਇਹਦੇ ਵਿੱਚ ਵਰਕਾ ਪਾੜ ਕੇ ਦਿਓ ਕਿੱਥੇ ਨੰਬਰ ਓਕੇ ਮੈਂ ਕਰਦਾ ਸਾਰਾ ਕੁਝ ਸੈੱਟ ਟੈਨਸ਼ਨ ਨਹੀਂ ਲੈਣੀ ਕਿਸੇ ਨੇ ਰਿਸ਼ਤਾ ਹੋ ਜਾਣਾ ਵੀਰ ਜੀ ਇਸ ਰਿਸ਼ਤੇ ਵਾਸਤੇ ਕਿੰਨੇ ਐਕਸਾਈਟਿਡ ਲੱਗ ਰਹੇ ਨੇ ਸਮਝ ਗਿਆ ਨੋ ਪ੍ਰੋਬਲਮ ਹੋ ਲੈਣ ਦੇ ਰਿਸ਼ਤਾ ਇਹ ਪਹਿਲਾ ਵਿਆਹ ਹੋ ਜਿਹਦੇ ਚ ਦਾਜ ਘਰ ਦਾ ਘਰ ਚ ਹੀ ਰਹਿ ਜਾਣਾ ਇੱਥੋਂ ਚੁੱਕਿਆ ਇੱਥੇ ਰੱਖਤਾ ਦਾਜ ਘਰੇ ਰਹਿ ਜਾਣਾ ਅਗਲਿਆਂ ਜੀਜਾ ਘਰੋਂ ਕੱਢ ਦੇਣਾ ਇਸ ਵਿਆਹ ਦੇ ਕਾਰਡ ਛਪਣ ਤੋਂ ਪਹਿਲਾਂ ਮੇਰੇ ਭੋਗ ਦੇ ਕਾਰਡ ਛਪ ਜਾਣੇ ਆ ਉਹ ਇਹ ਵੀ ਤਾਂ ਹੋ ਸਕਦਾ ਹੈ ਕਿ ਰਿਸ਼ਤਾ ਤੇਰੀ ਦੋਵੇਂ ਜਨਾਨੀਆਂ ਨੂੰ ਜੱਪੀਆਂ ਪਵਾ ਦੇਵੇ ਤੇ ਤੇਰੀ ਨਲੱਕੀ ਮਾਫ ਹੋ ਜੇ ਹਾਂਜੀ ਹਾਂਜੀ ਤੇ ਲੋਕਾਂ ਨੂੰ ਮੈਂ ਭੰਬਲ ਭੂਸੇ ਚ ਪਾ ਦਿਆਂ ਬਈ ਇਧਰੋਂ ਭਰਾ ਦੀ ਮਿਲਣੀ ਕਰਕੇ ਕੰਬਲ ਦੇ ਗਿਆ ਉਧਰੋਂ ਜੀਜੇ ਦੀ ਮਿਲਣੀ ਕਰਕੇ ਮੁੰਦਰੀ ਲੈ ਗਿਆ ਸਮਝ ਨਹੀਂ ਆਈ ਉਹ ਤੂੰ ਆਪਦਾ ਦੇਖ ਤੂੰ ਲੋਕਾਂ ਤੋਂ ਕੀ ਲੈਣਾ ਹਾਂਜੀ ਕਿਉਂ ਨਹੀਂ ਲੈਣਾ ਲੋਕਾਂ ਕੋਲੋਂ ਮੇਰੀਆਂ ਵੋਟੀਆਂ ਲੋਕਾਂ ਨੂੰ ਕੀ ਕਹਿਣਗੀਆਂ ਬਈ ਅਸੀਂ ਆਪਸ ਚ ਦੋਵੇਂ ਸਕੀਆਂ ਸੌਂਕਣਾ ਵਾ ਉਹ ਗੱਲ ਸੁਣ ਤੇਰੇ ਸਾਲੇ ਨੂੰ ਕੋਈ ਢੰਗ ਦਾ ਰਿਸ਼ਤਾ ਭੇਜ ਦਿਆਂ ਉਹਨੇ ਤੇਰੀ ਭੈਣ ਨੂੰ ਦੇਖਣ ਹੀ ਨਹੀਂ ਜਾਣਾ ਹਾਂਜੀ ਟਿੰਗਰਾ ਸਾਹਿਬ 60 ਸਾਲ ਦੇ ਹੋ ਗਏ ਹੋ 59 ਭਾਈ 59 ਚੱਲ ਇੱਕ ਬਚਿਆ ਵਿੱਚੋਂ ਜਿਹੜਾ ਇੱਕ ਰਹਿ ਗਿਆ ਉਹਦੇ ਚ ਕੋਈ ਇੱਕ ਅਕਲ ਦੀ ਗੱਲ ਕਰ ਲਓ ਜਿਵੇਂ ਇੱਕ ਕੰਮ ਹੋ ਸਕਦਾ ਕੀ ਤੇਰੇ ਸਾਲੇ ਨੂੰ ਤੇਰੀ ਭੈਣ ਦੀ ਥਾਂ ਕੋਈ ਹੋਰ ਕੁੜੀ ਦਿਖਾਈਏ ਜਿਹਨੂੰ ਦੇਖ ਕੇ ਉਹ ਦੁਖੀ ਹੋ ਜਾਵੇ ਪਰਫੈਕਟ ਬਿਲਕੁਲ ਠੀਕ ਹੈ ਤੇ ਫਿਰ ਇਹਦਾ ਮਤਲਬ ਮੇਰੇ ਸਾਲੇ ਦੀ ਥਾਂ ਤੇ ਮੇਰੇ ਘਰਦਿਆਂ ਨੂੰ ਕੋਈ ਹੋਰ ਮੁੰਡਾ ਵਿਖਾਈਏ ਵਿਖਾਈਏ ਐਸਾ ਜਿਹਨੂੰ ਵੇਖ ਕੇ ਮੇਰੇ ਘਰਦਿਆਂ ਦੀਆਂ ਚੀਕਾਂ ਨਿਕਲ ਜਾਣ ਹਾਂਜੀ ਇਹਦਾ ਮਤਲਬ ਆਪਾਂ ਨੂੰ ਹੁਣ ਇੱਕ ਘਟੀਆ ਜਿਹਾ ਮੁੰਡਾ ਚਾਹੀਦਾ ਤੇ ਇੱਕ ਬੈਡ ਇੰਪ੍ਰੈਸ਼ਨ ਪਾਉਣ ਵਾਲੀ ਕੁੜੀ ਚਾਹੀਦੀ ਬਸ ਹਾਂਜੀ ਮੇਰੇ ਕੋਲ ਇੱਕ ਜ਼ਬਰਦਸਤ ਕੁੜੀ ਹੈ ਇੰਨੀ ਚੰਗੀ ਹੈ ਜਿੰਨਾ ਮਰਜ਼ੀ ਬੈਡ ਇੰਪ੍ਰੈਸ਼ਨ ਪਵਾ ਲਓ ਹਾਂਜੀ ਹੋ ਜੂ ਤੂੰ ਆਪਣੇ ਸਾਲੇ ਨੂੰ ਕੱਲ ਸਵੇਰੇ ਕੋਠੀ ਨੰਬਰ 4140 ਸੈਕਟਰ 5 ਚ ਭੇਜ ਵਾਹ ਜੀ ਵਾਹ ਵੀਆਈਪੀ ਸੈਕਟਰ ਚ ਰਹਿੰਦੇ ਹੋ ਜੀ ਵੈਸੇ ਤੁਹਾਡਾ ਘਰ ਬਹੁਤ ਹੀ ਵਧੀਆ ਆਪਣਾ ਜਾਂ ਕਿਰਾਏ ਤੇ ਕਿਰਾਏ ਤੇ ਸੀ ਜੀ ਪਰ ਆਪਾਂ ਦੱਬ ਲਿਆ ਕਿਹੜਾ ਸਾਲਾ ਛਡਾ ਲੂ ਹਾਂਜੀ ਉਹ ਜੀ ਲੜਕੀ ਉਹ ਜੀ ਡਿਨਰ ਲਈ ਮੁਰਗੇ ਦਾ ਇੰਤਜ਼ਾਮ ਕਰ ਰਹੀ ਹੈ ਹਾਂਜੀ ਮੁਰਗਾ ਆਪ ਬਣਾਓ ਨਾ ਨਾ ਬਣਾਉਣਾ ਤਾਂ ਮੈਂ ਆ ਉਹ ਤਾਂ ਬਸ ਵੱਢ ਰਹੀ ਹੈ ਕੁੜੀ ਵੱਢ ਰਹੀ ਹੈ ਜੀ ਮੁਰਗਾ ਮੁਰਗੇ ਚ ਕਿਹੜੀ ਗੱਲ ਹੈ ਉਹਦਾ ਤਾਂ ਬੱਕਰੇ ਤੇ ਹੱਥ ਬਹੁਤ ਸਾਫ਼ ਹੈ ਭਾਈ ਹਾਂਜੀ ਇਹ ਜੀ ਸਾਡੇ ਘਰੇ ਸਭ ਮੁਰਗੇ ਵੱਢਣ ਵਾਲੇ ਕੰਮ ਕੁੰਮ ਨਾ ਥੋੜੇ ਵਿਆਹ ਤੋਂ ਬਾਅਦ ਨਹੀਂ ਵੱਢਿਆ ਕਰੂ ਜਿਉਂਦੇ ਮੁਰਗੇ ਨੂੰ ਸਿੱਧਾ ਸੀਟੀ ਮਰਵਾ ਦਿਆ ਕਰੂ ਮਨਿੰਦਰ ਸਾਡੀ ਬਸ ਨਿਕਲ ਜਾਣੀ ਹੈ ਹੈਨਾ ਗੱਲ ਸੁਣੋ ਜੀ ਬਸ ਦੀ ਚਿੰਤਾ ਨਾ ਕਰੋ ਤੁਸੀਂ ਹਾਂ ਸਾਡੀ ਬਿਟੀਆ ਲੰਡੀ ਜੀਤ ਤੁਹਾਨੂੰ ਆਪ ਛੱਡ ਕੇ ਆਊਗੀ ਜੇ ਛੱਡਣ ਗਈ ਲੇਟ ਹੋ ਗਈ ਜੀ ਕੱਲੀ ਕੁੜੀ ਰਾਤ ਦਾ ਟਾਈਮ ਚੋਰ ਚੱਕੇ ਪੁਲਿਸ ਬਿਲਕੁਲ ਚਿੰਤਾ ਨਾ ਕਰੋ ਜੀ ਚੋਰ ਪੁਲਿਸ ਦੀ ਉਹਦੀ ਤਾਂ ਸਿੱਧੀ ਦੋਵੇਂ ਪਾਸੇ ਸੈਟਿੰਗ ਹੈ ਹਾਂਜੀ ਮਨਿੰਦਰ ਸਾਡੀ ਆਖਰੀ ਬਸ ਤਾਂ ਨਿਕਲ ਜਾ ਅਸੀਂ ਚੱਲੀਏ ਅਸਤ ਸ਼੍ਰੀ ਅਕਾਲ ਕੁੜੀ ਨੂੰ ਮਿਲ ਕੇ ਜਾਓ ਕੁੜੀ ਪ੍ਰੀਤ ਮਨਿੰਦਰ ਦੇ ਦੇ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬੇਟਾ ਗਲੇ ਮਿਲੋ ਨਾ How are you? ਉਹ ਭੈਣ ਜੀ ਨੂੰ ਗਲੇ ਮਿਲੋ ਜਿੱਦੀ ਮੁੰਡਿਆਂ ਨੂੰ ਪੈ ਜਾਂਦੀ ਹੈ ਸੌਰੀ ਬਹੁਤ ਭੋਲੀ ਹੈ ਨਹੀਂ ਨਹੀਂ ਬਸ ਠੀਕ ਹੈ ਠੀਕ ਹੈ ਮਨਿੰਦਰ ਚੱਲ ਸਾਡੀ ਬਸ ਨਿਕਲ ਜਾਣੀ ਹੈ ਬੜੇ ਹਿੰਮਤ ਵਾਲੇ ਹੋ ਜੀ ਬੱਕਰੇ ਮੁਰਗੇ ਆਪ ਹੀ ਓ ਜੀ ਬੜੀ ਫਨੀ ਸਟੋਰੀ ਹੈ ਓਕੇ ਚਲਿਓ ਇੱਕ ਵਾਰੀ ਕੀ ਹੋਇਆ ਸਾਡੇ ਘਰ ਨਾ ਪਿੰਡੋਂ ਬੜੇ ਸਾਰੇ ਮਹਿਮਾਨ ਆ ਗਏ ਡੈਡੀ ਘਰੇ ਹੈਗੇ ਨਹੀਂ ਸੀ ਮੈਂ ਸੋਚਾਂ ਚ ਪੈ ਗਈ ਮੈਂ ਕੀ ਕਰਾਂ ਮੈਂ ਕੀ ਕਰਾਂ ਮੈਂ ਕੀ ਕਰਾਂ ਮਟਨ ਮਟਨ ਅਸੀਂ ਬਾਹਰੋਂ ਤਾਂ ਮੰਗਾਉਂਦੇ ਹੈਗੇ ਨਹੀਂ ਤਾਂ ਮੈਂ ਕੀ ਕੀਤਾ ਫਰਸਟ ਟਾਈਮ ਲਾਈਫ ਚ ਪਹਿਲੀ ਵਾਰੀ ਡੈਡੀ ਦੀ ਬੋਤਲ ਚੋਂ ਇੱਕ ਮੋਟਾ ਜਿਹਾ ਪੈਗ ਲਾ ਲਿਆ ਅੱਛਾ ਪੈਗ ਲਾ ਕੇ ਚੜ ਗਈ ਮੈਨੂੰ ਫਿਰ ਤੇ ਹਿੰਮਤ ਆ ਗਈ ਮੈਂ ਪਿੱਛੋਂ ਹਵੇਲੀ ਚੋਂ ਬੱਕਰਾ ਫੜ ਕੇ ਲਿਆਈ ਮੈਂ ਬੱਕਰੇ ਨੂੰ ਫੜਾਂ ਬੱਕਰਾ ਮੇਰੇ ਹੱਥ ਚੋਂ ਨਿਕਲ ਨਿਕਲ ਜਾਵੇ ਨਿਕਲ ਨਿਕਲ ਜਾਵੇ ਮੈਂ ਵੀ ਫੜ ਕੇ ਝੜਕਾਤਾ ਫਿਰ ਕੀ ਬਸ ਇੱਕਦਮ ਤਾਜ਼ਾ ਤਾਜ਼ਾ ਮਟਨ ਫੜਾ ਕੇ ਵਰਤਾਤਾ ਫਿਰ ਮੈਂ ਹੱਸ ਹੱਸ ਕੇ ਕਮਲੀ ਹੋ ਗਈ ਜਦ ਮੈਂ ਵੇਖਿਆ ਬੱਕਰਾ ਸਾਡੀ ਹਵੇਲੀ ਚ ਤੁਰਦਾ ਫਿਰ ਤੂੰ ਕੁੱਤਾ ਸਾਡਾ ਗਾਇਬ ਸ਼ਰਾਬ ਕਰੀ ਹੋਈ ਸੀ ਨਾ ਪਰ ਤੂੰ ਜੋ ਪ੍ਰਾਹੁਣਿਆਂ ਨਾਲ ਕੀਤਾ ਹੈ ਨਾ ਉਹਨੂੰ ਕਹਿੰਦੇ ਆ ਕੁੱਤੇ ਖਾਣੀ ਸਾਡੀ ਬਸ ਨਿਕਲ ਜਾਣੀ ਮੈਂ ਤਾਂ ਚਲਦੀ ਆ ਪਰ ਤੂੰ ਬਾਚੋ ਅਜੀ ਸਤਿ ਸ਼੍ਰੀ ਅਕਾਲ ਜੀ ਅੱਛਾ ਭੈਣ ਜੀ ਤੇਰੀ ਮੈਂ ਤੈਨੂੰ ਨਾਲ ਲੈ ਜਾ ਭੈਣ ਜੀ ਜਵਾਬ ਤਾਂ ਦਿੰਦੇ ਜਾਂਦੇ ਬਸ ਜਵਾਬ ਹੀ ਸਮਝੋ ਉਹ ਕੁੜੀ ਵਿਚਾਰੀ ਤਾਂ ਰਾਤ ਨੂੰ ਕਛੂਆ ਛਾਪ ਨਹੀਂ ਬਾਲਦੀ ਕਿ ਕਿਤੇ ਕੋਈ ਮੱਛਰ ਨਾ ਮਰ ਜਾਵੇ ਤੇ ਅਸੀਂ ਉਸ ਤੋਂ ਕੁੱਤੇ ਬੱਕਰੇ ਮੁਰਗੇ ਸਭ ਢਾ ਦੇ ਬਸ ਹੁਣ ਆਪਾਂ ਨੂੰ ਨਾ ਇੱਕ ਵਾਹ ਯਾਦ ਜਿਹਾ ਮੁੰਡਾ ਚਾਹੀਦਾ ਜੋ ਚੰਗੀ ਤਰ੍ਹਾਂ ਜ਼ਲਾਲਤ ਖਲਾਰੇ ਮੇਰੇ ਘਰ ਦਿਆਂ ਸਾਹਮਣੇ ਉਹ ਵਾਲਾ ਹੀ ਕੁਝ ਨਹੀਂ ਜੀ ਸਮਝੋ ਹੋ ਗਿਆ ਹਾਂਜੀ ਕੀ ਬਾਤ ਹੈ ਬਲੀ ਸਾਹਿਬ ਹਾਂਜੀ ਮਾਮਾ ਜੀ ਆ ਜਾ ਮੇਰੇ ਸ਼ੇਰ ਹਾਂਜੀ ਹੈਲੋ ਜੀ ਕਾਕਾ ਇੱਕ ਕੰਮ ਕਰੇਗਾ ਕਰਾਂਗੇ ਮਾਮਾ ਜੀ ਮਿਹਨਤ ਤੋਂ ਤਾਂ ਆਪਾਂ ਭੋਰਾ ਨਹੀਂ ਡਰਦੇ ਸ਼ਾਬਾਸ਼ ਇਹਨਾਂ ਦੇ ਘਰ ਮੁੰਡਾ ਬਣ ਕੇ ਜਾਣਾ ਕਮਾਲ ਦੀ ਗੱਲ ਆ ਉਹ ਮੇਰੇ ਝਾਂਜਰਾ ਪਾਈਆਂ ਦੇਖ ਲਈਆ ਮੈਂ ਤਾਂ ਪਹਿਲੇ ਹੀ ਮੁੰਡਾ ਉਹ ਨਹੀਂ ਉਹ ਗੱਲ ਨਹੀਂ ਹੈ ਇਹਦੀ ਭੈਣ ਲਈ ਰਿਸ਼ਤਾ ਆ ਰਿਹਾ ਅੱਛਾ ਪਰ ਉਹ ਮੁੰਡਾ ਕਰੈਕਟਰਲੈਸ ਹੈ ਪਰ ਇਹਦੇ ਘਰ ਵਾਲੇ ਅੜੇ ਹੋਏ ਐ ਉੱਥੇ ਹੀ ਰਿਸ਼ਤਾ ਕਰਨਾ ਸਮਝ ਗਿਆ ਜਿਹੜ ਕੇ ਮੁੰਡਾ ਦਾ ਖੜਕੈਂਤਾ ਲਾਉਣਾ ਉਹ ਪਾ ਦੇਾਂਗੇ 6 ਮਹੀਨੇ ਲਈ ਬੈਠ ਤੇ ਮਾਮਾ ਜੀ ਮੈਂ ਬੈਠਾ ਟੈਨਸ਼ਨ ਨਾ ਲਓ ਉਹ ਤੂੰ ਆਪਣੇ ਪਿਓ ਦੀ ਚੈਰਿਟੀ ਚੋਂ ਬਾਹਰ ਨਿਕਲ ਅੱਛਾ ਜੀ ਤੂੰ ਉਸ ਮੁੰਡੇ ਦੀ ਥਾਂ ਸਾਡੇ ਨਾਲ ਜਾ ਕੇ
ਬੈਡ ਇੰਪ੍ਰੈਸ਼ਨ ਪਾਉਣਾ ਹੈ। ਠੀਕ ਕਹਿੰਦੇ ਸੀ ਬਾਪੂ ਜੀ, ਜਿਹੋ ਜਿਹਾ ਭੰਡ ਤੇਰਾ ਮਾਮਾ ਆਪ ਹੈ ਉਹੋ ਜਿਹਾ ਭੰਡ ਤੈਨੂੰ ਬਣਾ ਦੂਗਾ। ਯਾਰ ਬੱਲੀ ਸਾਹਿਬ, ਇਹ ਮੁੰਡਾ ਬੈਡ ਇੰਪ੍ਰੈਸ਼ਨ ਪਾਲੂਗਾ? ਉਹ ਇਹਦਾ ਤਾਂ ਪੈਂਦਾ ਹੀ ਬੈਡ ਇੰਪ੍ਰੈਸ਼ਨ ਹੈ। ਕਿਉਂ? ਮੇਰੇ ਗੱਲ ਕਰਦੇ ਤੇ ਮੂੰਹ ਝੋਲਾਂ ਲੱਗਦੀਆਂ ਨੇ ਜਾਂ ਮੈਂ ਹਕਲਾ ਕੇ ਬੋਲਦਾ ਵਾਂ? ਸੁਣ ਦਿਓ ਮੈਥੋਂ। ਵੈਰੀ ਗੁੱਡ, ਬਸ ਇਦਾਂ ਹੀ ਟੁੱਟ ਟੁੱਟ ਕੇ ਪਈ ਮੇਰੇ ਘਰਦਿਆਂ ਨੂੰ, ਮੇਰੇ ਘਰਦਿਆਂ ਦੇ ਤਾਂ ਡੇਲੇ ਬਾਹਰ ਆ ਜਾਣੇ ਆ। ਹੋਰ ਦੱਸੋ ਬੇਟਾ ਜੀ, ਰੁਚੀ ਕੀ ਹੈ ਆਪਣੀ? ਹੁਣ ਰੁਚੀ ਕਾਹਦੀ ਆਪਣੀ ਜੀ, ਉਹ ਤਾਂ ਸਾਲੀ ਬੀਏ ਚ ਛੱਡ ਦਿੱਤੀ ਸੀ ਜੀ। ਐਕਚੁਅਲੀ ਨਾ ਜੀ, ਬਾਹਲੀ ਜਗ੍ਹਾ ਹੀ ਪੇਚੇ ਪਾਏ ਹੋਏ ਸੀ ਜੀ ਰੁਚੀ ਸ਼ਰਮਾ ਨੇ ਤਾਂ। ਓਹੋ, ਪਾਣੀ ਤਾਂ ਪੀ ਲੈਣ ਦੇ ਮੁੰਡੇ ਨੂੰ। ਉਹ ਮੈਂ ਮੁੰਡੇ ਦੇ ਅੱਗੋਂ ਪਾਣੀ ਚੁੱਕ ਲਿਆ, ਗੱਲ ਕਰਾਂਗੇ ਤਾਂ ਗੱਲ ਖੁੱਲੇਗੀ ਨਾ। ਅੱਛਾ ਪੁੱਤਰ ਜੀ, ਕਵਿਤਾ ਨੂੰ ਕਿੰਨਾ ਗੁਲਾਈ ਕਰਦੇ ਹੋ ਤੁਸੀਂ? ਕਵਿਤਾ? ਓਹੋ, ਅੱਛਾ ਅੱਛਾ, ਉਹ ਬਾਲ ਕਿਸ਼ਨ ਦੀ ਕੁੜੀ ਦੀ ਗੱਲ ਕਰਦੇ ਆ? ਉਹ ਜੀ, ਲੋਕ ਤਾਂ ਐਵੇਂ ਗੱਲਾਂ ਬਣਾ ਦਿੰਦੇ ਆ, ਇਹ ਤਾਂ ਮੁਸ਼ਕਿਲ ਨਾਲ ਦੋ ਤਿੰਨ ਵਾਰੀ ਮਿਲਿਆ ਹੋਊ ਬਸ। ਤੁਸੀਂ ਦਵਾਈ ਖਾ ਕੇ ਸੌਂ ਜਾਓ ਥੋੜੀ ਦੇਰ। ਅੱਛਾ, ਉਪਰ ਮੈਂ ਆਪਾਂ ਨੂੰ ਕੁੜੀ ਪਸੰਦ ਆ, ਪਰ ਕੁੜੀ ਤੇ ਤੁਸੀਂ ਅਜੇ ਦੇਖੀ ਨਹੀਂ। ਓ ਜੀ, ਇਹ ਤਾਂ ਸ਼ਹਿਰ ਦੀ ਹਰ ਆਂਦੀ ਜਾਂਦੀ ਕੁੜੀ ਨੂੰ ਦੇਖਦਾ ਮੇਰਾ ਸ਼ੇਰ। ਹਾਂਜੀ, ਉਹਨਾਂ ਚੋਂ ਹੀ ਕੋਈ ਕਹੋ। ਹਾਂਜੀ, ਸਮਝਾ ਦੇਖ ਲਈ ਜੀ। ਕਾਲੇ ਜਵਾਨ, ਤੇਰੀਆਂ ਸੱਤ ਪੁਸ਼ਤਾਂ ਵੀ ਮੇਰਾ ਕੁਝ ਨਹੀਂ ਵਿਗਾੜ ਸਕਦੀਆਂ। ਦਫਾ ਹੋ ਜਾ, ਦਫਾ ਹੋ ਜਾ, ਦਫਾ ਹੋ ਜਾ। ਬੈਜਾ ਪੁੱਤ, ਬੈਜਾ, ਦਫਾ ਹੋ ਜੂ। ਕੀ ਗੱਲ ਹੋ ਗਈ ਕਾਕਾ ਜੀ? ਹਾਂ ਕਾਕਾ, ਬਗਾਨੀ ਥਾਂ ਆਏ ਆ, ਇੱਥੇ ਤੇ ਸਾਡਾ ਜਲੂਸ ਨਾ ਕੱਢ ਤੂੰ। ਸਾਲਿਆ, ਕਦੇ ਤਾਂ ਖੜਾ ਛੱਡਿਆ ਕਰ, ਨੀਂਦੀ ਦਾ ਚੱਲ ਦਫਾਓ। ਕੀ ਹੋ ਗਿਆ ਭੈਣ ਜੀ? ਭੈਣ ਜੀ, ਪਿਛਲੇ 4 ਸਾਲ ਤੋਂ ਪਤਾ ਨਹੀਂ ਕਿਹੜਾ ਕਾਲੀ ਚਰਨ ਹੈ, ਹਵਾ ਚੜੇ ਨਾਲ ਪੰਗੇ ਲੈਂਦਾ ਰਹਿੰਦਾ ਵਿਚਾਰੇ ਨਾਲ। ਇਹ ਮਤਲਬ ਕਾਲੀ ਚਰਨ ਸਿਰਫ ਇਹਨਾਂ ਨੂੰ ਦਿਸਦਾ ਕਿ ਤੁਹਾਨੂੰ ਵੀ ਕਦੇ ਦਰਸ਼ਨ ਹੋਏ? ਮੈਨੂੰ ਨਾ, ਇਹਨੂੰ ਹੀ ਦਿਸਦਾ ਬੇਟਾ, ਸਾਨੂੰ ਤੇ ਬਸ ਕਦੇ ਕਦੇ ਹਵਾ 'ਚ ਕਾਲਾ ਕਾਲਾ ਗੋਲਾ ਹੀ ਦਿਸਦਾ ਹੈ। ਇਹਦਾ ਕੰਟਰੋਲ ਨਹੀਂ ਰਹਿੰਦਾ ਜੀ, ਇਹ ਤਾਂ 2-3 ਵਾਰੀ ਪੱਖੇ 'ਚ ਹੱਥ ਦੇ ਚੁੱਕਿਆ। ਕਾਲੀ ਚਰਨ ਦਾ ਕੀ ਚੱਕਰ ਹੈ? ਕਾਲੀ ਚਰਨ ਅੰਕਲ? ਕਿਹੜੇ ਕਾਲੀ ਚਰਨ ਜੀ? ਸੁਣ ਲਓ, ਜਿਹੜਾ ਆਪਣੇ ਉੱਪਰ ਆਇਆ ਸੀ। ਮੈਂ ਤਾਂ ਜਦੋਂ ਦਾ ਇੱਥੇ ਹੀ ਬੈਠਾ ਜੀ, ਮੈਨੂੰ ਕੀ ਪਤਾ ਤੁਹਾਡੇ ਉੱਪਰ ਕੌਣ ਆਉਂਦਾ ਤੇ ਕੌਣ ਜਾਂਦਾ। ਹਾਂਜੀ, ਤੂੰ ਹੁਣ ਦੁਬਾਰਾ ਮਰ ਗਿਆ ਮੇਰੇ ਹੱਥੋਂ। ਭਾਈ ਸਾਹਿਬ, ਉਹ ਕਾਲੀ ਚਰਨ ਦੁਬਾਰਾ ਪ੍ਰਗਟ ਹੋਏ ਸੀ? ਕੌਣ ਨੇ ਜੀ ਇਹ ਕਾਲੀ ਚਰਨ ਜੀ? ਸ਼ੁਕਰ ਕਰੋ ਕਾਕਾ ਜੀ, ਕਾਲੀ ਚਰਨ ਜੀ ਛੇਤੀ ਚਲੇ ਗਏ, ਨਹੀਂ ਤਾਂ ਤੁਸੀਂ ਤਾਂ ਫੇਰ ਪੱਖੇ ਛਾ ਦੇਣ ਲੱਗੇ ਸੀ। ਤੁਸੀਂ ਪੱਖਾ ਹੀ ਬੰਦ ਕਰ ਦਿਓ, ਕਾਲੀ ਚਰਨ ਨੇ ਤਾਂ ਆਉਂਦੇ ਜਾਂਦੇ ਰਹਿਣਾ, ਫੇਰ ਟੰਟਾ ਪੈ ਜੂ। ਮੈਂ ਕਹਿੰਦੀ ਹਾਂ ਕੁੜੀ ਨੂੰ ਬੁਲਾ ਹੀ ਲੈਣੇ ਆਪਾਂ। ਨਹੀਂ ਨਹੀਂ, ਉਹ ਤਾਂ ਤਿਆਰ ਹੀ ਨਹੀਂ ਹੋਈ ਹੋਣੀ ਹਲੇ। ਉਹ ਤਾਂ ਜੀ ਹਲੇ 100 ਕੇ ਨਹੀਂ ਉੱਠੀ ਹੋਣੀ। ਆ ਜਾ। ਲਓ ਜੀ, ਪ੍ਰੀਤਾ ਆ ਹੀ ਗਈ। ਲੈ ਬਈ ਮਨਿੰਦਰ, ਦੇਖ ਲੈ ਕੁੜੀ। ਉਹ ਸਾਲੇ ਕਾਲੀ ਚਰਨ ਦਾ ਪਤਾ ਨਹੀਂ ਕਦੋਂ ਆ ਜਾਵੇ। ਕਾਲੀ ਚਰਨ ਹੁਣ ਨਹੀਂ ਆਉਂਦਾ ਜੀ। ਕਾਲੀ ਚਰਨ ਇਹੋ ਜਿਹੀਆਂ ਚੀਜ਼ਾਂ ਭਲਾ ਦੱਸ ਕੇ ਆਉਂਦੀਆਂ ਹੁੰਦੀਆਂ, ਕਦੋਂ ਉਹਨੇ ਆ ਜਾਣਾ ਕੀ ਪਤਾ। ਹੁਣ ਤਾਂ ਔਖਾ ਹੀ ਆਊਗਾ ਜੀ। ਮਨਿੰਦਰ, ਇੰਨੀ ਗੌਰ ਨਾਲ ਨਹੀਂ ਦੇਖੀਦਾ, ਐਵੇਂ ਕੋਈ ਨੁਕਸ ਹੀ ਦਿਸ ਪੈਂਦਾ। ਹੁਣ ਤਾਂ ਸਾਰੇ ਨੁਕਸ ਦੂਰ ਹੋ ਗਏ ਲੱਗਦੇ ਆ। ਉੱਪਰ ਕੁਝ ਹੈ ਕਿ ਮੈਨੂੰ ਭੁਲੇਖਾ ਜਿਹਾ ਪਈ ਜਾਂਦਾ? ਹਾਂ, ਉੱਪਰ ਤਾਂ ਮਾਮਾ ਪੱਖਾ ਹੀ ਆ। ਨਹੀਂ, ਉਹ ਫੇਰ ਵੀ ਜ਼ਰਾ ਗੌਰ ਨਾਲ ਵੇਖ ਲਓ, ਕਿਤੇ ਕਾਲੀ ਚਰਨ ਆਇਆ ਹੋਵੇ ਉੱਤੇ। ਆਉਂਦੀਆਂ ਤਾਂ ਉਹ ਚੀਜ਼ਾਂ ਨੇ ਬਾਈ ਜੀ, ਜਿਹੜੀਆਂ ਹੋਣ। ਸਾਫ਼ ਸਾਫ਼ ਗੱਲ ਕਰੋ ਕਾਕਾ ਜੀ, ਇਹ ਤਾਂ ਅੱਗੇ ਠੀਕ ਨਹੀਂ ਰਹਿੰਦਾ। ਮੈਂ ਦੱਸਦਾ ਜੀ ਸਾਰੀ ਗੱਲ ਸਾਫ਼ ਸਾਫ਼। ਵੇਖੀ, ਸਾਫ਼ ਕਰਨ ਲੱਗਾ ਕਿਤੇ ਗੰਦ ਹੀ ਨਾ ਪਾ ਦੇਈਂ ਵੀਰ। ਅਖ਼ਬਾਰ 'ਚ ਪੜ੍ਹ ਕੇ ਜੀ ਅਸੀਂ ਕੁੜੀ ਦੇਖਣ ਤਾਂ ਆ ਗਏ, ਪਰ ਤੁਹਾਡੀ ਅਮੀਰੀ ਦੇਖ ਕੇ ਸਾਨੂੰ ਲੱਗਿਆ ਕਿ ਸਾਡੀ ਹੈਸੀਅਤ ਤੁਹਾਡੇ ਅੱਗੇ ਬੜੀ ਛੋਟੀ ਹੈ। ਅਸੀਂ ਐਡੇ ਵੱਡੇ ਘਰ ਨਾਲ ਮੱਥਾ ਨਹੀਂ ਲਾ ਸਕਦੇ, ਤੇ ਅਸੀਂ ਆਉਂਦਿਆਂ ਨੇ ਇਹ ਪਲੈਨਿੰਗ ਕੀਤੀ ਕਿ ਇਸ ਰਿਸ਼ਤੇ ਦੇ ਲਈ ਅਸੀਂ ਤੁਹਾਡੇ ਤੋਂ ਹੀ ਨਾਂਹ ਕਰਵਾ ਦੇਣੀ ਆ। ਸੱਚਾਈ ਤਾਂ ਇਹ ਆ ਕਿ ਮੈਂ ਤਾਂ ਕਦੇ ਕਾਲੀ ਚਰਨ ਨੂੰ ਦੇਖਿਆ ਵੀ ਨਹੀਂ, ਤੇ ਨਾ ਹੀ ਮੇਰਾ ਇਹ ਹੱਥ ਕਦੇ ਪੱਖੇ 'ਚ ਆਇਆ। ਮੰਮੀ ਜੀ, ਡੈਡੀ ਜੀ, ਮੈਨੂੰ ਮਾਫ ਕਰ ਦਿਓ, ਮੈਂ ਇਹਨਾਂ ਦੀ ਸ਼ਰੀਫੀ, ਸਾਦਗੀ, ਲੜਕੀ ਦੀ ਮਾਸੂਮੀਅਤ ਤੇ ਭਾਈ ਸਾਹਿਬ ਉਹਨਾਂ ਦਾ ਭੋਲਾਪਣ ਦੇਖ ਕੇ ਇਹ ਝੂਠ ਦਾ ਹੋਰ ਡਰਾਮਾ ਨਹੀਂ ਕਰ ਸਕਦਾ। ਇਹੀ ਸੱਚਾਈ ਹੈ। ਹੁਣ ਤੁਸੀਂ ਭਾਵੇਂ ਇਸ ਰਿਸ਼ਤੇ ਲਈ ਹਾਂ ਕਰੋ ਤੇ ਭਾਵੇਂ ਨਾ। ਬੇਟਾ ਜੀ, ਖੜੇ ਹੋਵੋ, ਇੱਧਰ ਆਓ ਮੇਰੇ ਕੋਲ। ਅਰਜ਼ ਕੀਤਾ ਪੁੱਤਰ ਜੀ, ਇੰਨਾ ਸੱਚ, ਇੰਨੀ ਸ਼ਰਾਫਤ, ਇੰਨੀ ਸਾਫ਼ ਗੋਈ, ਇੱਦਾਂ ਦਾ ਪੁੱਤਰ ਤੇ ਵਿਰਲਾ ਹੀ ਜੰਮਦਾ ਕੋਈ। ਕੀ ਡਰਾਮਾ ਹੋ ਰਿਹਾ ਯਾਰ ਵੈਸੇ? ਹੈ, ਸਾਨੂੰ ਕੀ ਪਤਾ ਯਾਰ, ਪਹਿਲਾਂ ਝੂਠ ਸੀਗਾ ਕਿ ਹੁਣ ਝੂਠ ਹੈ। ਸ਼ਾਂਤ ਰਹਿ ਪੁੱਤਰ, ਅਸੀਂ ਉਮਰ ਖਾਧੀ,
मैं इस मुंडे दी अखा देख के दस सकदी हां के हुन सच बोल रहा है। ओए मनिंदर ए की पागलपन कर रहे हैं। हां जे सख्त ते पैरा तड़ा पागलपन है ते मैं पागल हां। जे किसे नु सही गल दसना पागलपन है ते मैं पागल हां। हां मैं पागल हां मैं पागल हां एदा ना बोलो जीजा जी। ओ पुत्र तू घबरा ना साडी अमीरी भी सिर्फ विखावे दी है। कोठी साडी बैंक कोल प्लेज होई पई है। गड्डियां साडियां किस्तां ते ने ते कमेटी चुके ता पिछले महीने सारे जने सी मनी करन हो के आए हां। सानू ता रिश्ता मंजूर है जी। तू की कहनी है पुत्र? तेनू प्यार करदा कुड़ी रख के चपेड़ मार दी है। बल्लीबाजी कटो नु फरार पांजे नु बाहर अपने नु। ओ की हो गया तो बड़ी पता की होया? ठंडा हो यार। की ठंडा हुआ तोड़े सामने गंद पिया सारा जेड़ा पाया। ओ मामा जी ओ हेलो गल सुन। ओ यार एक मिनट मामा जी आ फेसबुक दे उते फ्रेंड रिक्वेस्ट किवें भेजी दी आ? किनु भेजनी है? इहदी भैन नु भेजनी जी। तेरी भैन नु? अजे मेरी भैन नु फ्रेंड रिक्वेस्ट भेजी तन्नू मैं दसां तेरे इंटरनेट दीयां तारां पड़ देणियां मैं। ओ नहीं नहीं वीरे कल्ली तेरी भैन नु थोड़ी भेजनी आ, आपां थोड़ियां दोनों घर वालियां नु भी भेज देणियां। आपां ने इक फैमिली दा ग्रुप बना लेणा वा, पता लगना चाहिदा सब नु भई किहदियां किन्नियां घर वालियां की है। हां तूं दिया यार बल्ली साहब किसे गल दी? अगे अत्तवादी इंटरनेट ते धमकियां देंदे हुंदे सी, हुण सड़क छाप गुंडे भी धमकियां देण लग पए यार। ओ बल्ली भाजी समझाओ इहनूं यार, मेरी भैण है यार। ओ ना जे तेरी भैण आ तां घरे बिठाउणी आ, किते व्याहुणी नहीं। व्याहुणी है पर तेरे वर्गे नाल नहीं व्याहुणी। की गल, मैं धुआं मार दवां जिहड़े तेरी भैण नूं काली कर दूं? ओए असीं खानदानी बंदे आं। हां असीं तां सड़कां तों कागज़ चकदे आं। तूं बदमाशां दे घरों आ बदमाशा। ना ना मैं तां ऐ किहा सी भई तेरा प्यो बहुत समझदार बदमाश। हां देखो मामा जी एदी भैन नाल मेरा ब्याह था तुसी ओ कराना, हुण थोड़ी मर्जी आ। तुसी मिलनी वाले कंबल लेके कराना जां अपने उत्ते कंबल पवा के अपनी कंबल कुट करा के कराना। देख वीर जे मैं बदमाश ही बनना हुंदा ना मैं अपने प्यो दा घर छड्ड के ना इत्थे मामा जी कोले कम लभणा आउंदा। प्रीत तां मैनूं पहली नजरे चंगी लगी, मैनूं लगदा मैं भी प्रीत नूं चंगा लग्गिया ते मैं उहनूं खानदानी लोकां कोल ब्याह के लियाउणा चाहुंदा। चल मैं अपनी भैन वास्ते किसे चंगे मुंडे दे सुपने वेखे हुए है। वीरे सुपने बहुते क्लियर नहीं हुंदे, लाइटिंग नहीं ना हुंदी। मैनूं लगदा जिहड़ा मुंडा ते सुपने च देखिया ओह मैं ही आ। हुण अपनी भैन नूं जाके समझा वी फेसबुक चेक करे, मैं उहनूं फ्रेंड रिक्वेस्ट भेज रिहा। अपनी भैन दे कंप्यूटर च भावें कोलों ना वायरस पाणा पवे मैनूं तेरी फ्रेंड रिक्वेस्ट नहीं एक्सेप्ट होण दिंदा मैं। सियाणा बण मेरे वीर, अपनी भैन नूं कह वी मेरी फ्रेंड रिक्वेस्ट एक्सेप्ट कर ले, नहीं तां उहनूं काफी कुछ एक्सेप्ट करना पै जाणा। बेटा जी आ गुलाब जामुन तो ओमे दे ओमे पए है। ओ मम्मी जी जदों तुसी अपने बाग दा गुलाब मेरी झोली च पाता आ जामुन जुमुन च की रखया जी? सारा ड्रामेबाज। असी तो देखो जी प्यार दे भुखे आ, नाले जामुन दा की है जी, तो मार्केट दे विचों 5 रुपए दा मिल जांदा। ए जदों काका किते तू मुल लै के खादा होना उदों 5 दा सीगा, हुण 10 दा हो गया। वैसे ला लो जुआरा काका जी नूं, गुलाब जामुन दा रेट नहीं पता। ओ भाई जी कबीलदारी च पैण लई आटे दाल दा भा पता होना चाहीदा, आ जामुन तां लग जरी आइटमां जी। गल तां सियाणी है मुंडे दी। हां जी गल तां सियाणी है। की सियाणी गल? जनरल नॉलेज भी कोई चीज हुंदी है। लो जी तुसी मैनूं कुड़ी देनी है कि डिग्री देनी है जी? गल तां सियाणी है मुंडे दी। हां जी गल तां सियाणी है। लो जी प्रीत आ गई चाह लेके। हेलो आ खानदानी घरां दीआं कुड़ियां तां वेचा के नहीं पैंदियां हुंदियां? कोई नहीं वीर जी मैं साइड ते बह जानी हां। ਔਰ ਮੇਰਾ ਮਤਲਬ ਇਹ ਤਾਂ ਸਾਰਿਆਂ ਦੇ ਵਿੱਚ ਆਕ ਨਹੀਂ ਪੈਂਦੀਆਂ ਹੁੰਦੀਆਂ। ਉਹ ਬੇਟਾ ਜੀ ਅਸੀਂ ਸਾਰੇ ਚੱਲਦੇ ਆ, ਇਹਨਾਂ ਦੋਹਾਂ ਨੂੰ ਬੈ ਕੇ ਗੱਲਾਂ ਕਰਨ ਦਿਓ। ਗੱਲ ਤਾਂ ਸਿਆਣੀ ਹੈ ਡੈਡੀ ਜੀ ਦੀ। ਕੀ ਗੱਲਾਂ ਕਰਨੀਆਂ ਹੈ? ਹੋ ਗਈਆਂ ਗੱਲਾਂ। ਤੁਸੀਂ ਨਾ ਅਗਲੀ ਨੇ 100 ਗੱਲਾਂ ਪੁੱਛਣੀਆਂ ਹੁੰਦੀਆਂ। ਕਿਉਂ 100 ਗੱਲਾਂ ਨੂੰ ਨਾ ਕਮੇਟੀ ਪਾਈ ਆਪਸ? ਜਦੋਂ ਮੈਂ ਤੈਨੂੰ ਵੇਖਣ ਗਿਆ ਸੀ 2 ਗੱਲਾਂ ਕੀਤੀਆਂ ਸੀ ਆਪਾਂ। ਹਾਂਜੀ ਭਾਜੀ ਤੁਹਾਡਾ ਤਾਂ ਲੱਕੀ ਨੰਬਰ ਹੀ 2 ਆ। अच्छा तुसी मेनू नहीं कभी दसिया, बड़े 2 नंबर हो तुसी। आ मम्मा जी आ डैडा जी देखो घर घर हुंदा बार बार हुंदा, जे तुहाडी इजाजत होए मैं प्रीत नूं ले जाके बार गुलाब जामुन खिला लेवां। इसे बहाने गुलाब जामुन दा रेट पता लग जू, 5 दी है के 10 दी है। गल तां सियाणी है मुंडे दी। की सियाणी गल?
ਕਿਤੇ ਨਹੀਂ ਜਾਣਾ ਹੈਗਾ ਬਾਹਰ ਬੂਰ। ਬੇਟੇ ਤੁਸੀਂ ਜਾਓ ਘੁੰਮਣ, ਇਹਦੀ ਨਾ ਸੁਣੋ, ਇਹ ਤਾਂ ਵਿਆਹ ਤੋਂ ਬਾਅਦ ਨਹੀਂ ਉਹਨੂੰ ਘੁਮਾਉਣ ਲੈ ਕੇ ਗਿਆ। ਜ਼ਿੰਮੇਵਾਰੀ ਵੀ ਡਬਲ ਹੈ ਨਾ ਜੀ, ਮਤਲਬ ਪਰਿਵਾਰ ਵੀ ਨੌਕਰੀ ਵੀ, ਦੋ ਦੋ ਚੀਜ਼ਾਂ। ਪ੍ਰੀਤ ਜ਼ਿਆਦਾ ਦੂਰ ਨਹੀਂ ਜਾਣਾ, ਫਿਰ ਕਿਤੇ ਇੱਥੇ ਨੇੜੇ ਤੇੜੇ ਘੁੰਮਿਓ ਯਾਰ। ਥੈਂਕ ਯੂ ਮਾਮਾ, ਥੈਂਕ ਯੂ ਡੈਡਾ। ਹੁਣ ਤਾਂ ਆਪ ਜੀ ਨੂੰ ਗੁਲਾਬ ਜਾਮਣ ਦਾ ਰੇਟ ਪਤਾ ਹੀ ਲੱਗ ਗਿਆ ਹੁਣ। ਵਾਹ ਜੀ ਵਾਹ, ਵਾਟ ਅ ਬਿਊਟੀਫੁਲ ਪਲੇਸ ਹੈ ਨਾ ਜੀ। ਤਤੀਆ ਨਾ ਬਈ ਜੀ, ਥੈਂਕ ਯੂ ਹਾਟਮ ਹਾਟ। ਲਓ ਜੀ। ਵੈਸੇ ਤੁਹਾਡਾ ਨਾਮ ਬੜਾ ਸੋਹਣਾ ਹੈ, ਮਨਿੰਦਰ। ਸੋਹਣਾ ਸੋਹਣਾ ਜੀ ਮਨਿੰਦਰ, ਮੈਨੂੰ ਤਾਂ ਆਪਦਾ ਨਾਮ ਸੁਣ ਕੇ ਨਿੰਦਰ ਆਉਣ ਲੱਗ ਜਾਂਦੀ ਹੈ। ਮਨਿੰਦਰ ਏਦਾਂ ਨਾ ਕਹੋ ਮੇਰੇ ਮਨਿੰਦਰ ਨੂੰ। ਮਨਿੰਦਰ ਕਿੱਥੋਂ ਹੋ ਗਿਆ ਤੁਹਾਡਾ? ਮਤਲਬ ਤੁਸੀਂ ਮੇਰੇ ਨਾਂ ਨੂੰ ਪਸੰਦ ਕਰਦੇ ਹੋ ਕਿ ਮੈਨੂੰ ਪਸੰਦ ਕਰਦੇ ਹੋ? ਪਸੰਦ ਤਾਂ ਮੈਂ ਤੁਹਾਨੂੰ ਹੀ ਕਰਦੀ ਹਾਂ, ਭਾਵੇਂ ਤੁਹਾਡਾ ਨਾਮ ਮਨਿੰਦਰ ਹੋਵੇ, ਭਾਵੇਂ ਬਲਵਿੰਦਰ, ਭਾਵੇਂ ਜੀਤਾ ਹੋਵੇ। ਹਾਂਜੀ ਜੀਤਾ। ਛੇ, ਲੱਗਦਾ ਕਿਸੇ ਪਿੰਡ ਦੇ ਬਦਮਾਸ਼ ਦਾ ਨਾਮ ਹੈ। ਕਰਦੇ ਵੀ ਨਾ ਰੱਖਣ ਤੋਂ ਪਹਿਲਾਂ ਸੋਚਦੇ ਨਹੀਂ, ਜਿਹਦਾ ਨਾ ਹੀ ਰੱਖਤਾ ਪੱਪੂ ਉਹਨੇ ਸਵਾ ਡੀਸੀ ਲੱਗਣਾ। ਡੀਸੀ ਪੱਪੂ ਕਿਹੜੀਆਂ ਗੱਲਾਂ ਲੈ ਕੇ ਪੈ ਗਏ? ਤੁਹਾਨੂੰ ਪ੍ਰੀਤਾ ਪਸੰਦ ਹੈ? ਹਾਂਜੀ। ਅੱਛਾ ਜੀਤੇ, ਮਨਿੰਦਰ, ਮਨਿੰਦਰ ਮੈਨੂੰ ਇੱਕ ਗੱਲ ਸਮਝ ਚ ਨਹੀਂ ਆਈ, ਤੁਹਾਡੇ ਤੇ ਤੁਹਾਡੀ ਮੰਮੀ ਚ ਸਿਰਫ 5-7 ਸਾਲ ਦਾ ਫਰਕ ਲੱਗਦਾ, ਕਿਉਂ? ਉਹ ਨੱਚਦੇ ਬਹੁਤ ਨੇ ਨਾ ਜੀ। ਕੀ ਮਤਲਬ? ਨੱਚਦੇ ਟੱਪਦੇ ਰਹਿੰਦੇ, ਐਕਸਰਸਾਈਜ਼ ਬਹੁਤ ਕਰਦੇ ਇਸ ਲਈ। ਮਾਡਰਨ ਮਾਮ? ਯੈਸ। ਓ ਵਾਓ, ਫਿਰ ਤਾਂ ਵਿਆਹ ਤੋਂ ਬਾਅਦ ਮੈਨੂੰ ਬਾਹਰ ਕੰਮ ਕਰਨ ਤੋਂ ਨਹੀਂ ਰੋਕਣਗੇ? ਉਹ ਤਾਂ ਆਪ ਕੰਮ ਕਰਨ ਦੇ ਬਹੁਤ ਸ਼ੌਕੀਨ ਨੇ ਜੀ। ਫਿਰ ਉਹਨਾਂ ਨੂੰ ਵੀ ਪੁੱਛ ਲਓ ਨਾ ਕਿ ਮੈਂ ਬਾਹਰ ਕੀ ਕੰਮ ਕਰਾਂ। ਲਾ, ਉਹਨਾਂ ਨੂੰ ਕਹਣਾ ਡੀਜੇ ਪਾ ਲਓ। ਡੀਜੇ? ਛੇ, ਮੈਨੂੰ ਡਾਂਸ ਦਾ ਬੜਾ ਸ਼ੌਕ ਹੈ। ਅੱਛਾ, ਜੇ ਮੈਂ ਡਾਂਸ ਅਕੈਡਮੀ ਖੋਲਣਾ ਤਾਂ ਮੰਮੀ ਜੀ ਨੂੰ ਕੋਈ ਇਤਰਾਜ਼ ਨਹੀਂ ਹੋਊਗਾ? ਇਤਰਾਜ਼? ਓਏ, ਉਹਨਾਂ ਨੇ ਤਾਂ ਕਹਿਣਾ ਮੈਂ ਅਕੈਡਮੀ ਦੀ ਪ੍ਰਿੰਸੀਪਲ ਲੱਗ ਜਾਣੀ ਆ। ਚੱਕੋ ਗੁਲਾਬ ਜਾਮਣ ਕਿਰਾਏ, ਰਗੜ ਦੋ ਜੀ। ਅਨੂ, ਅਨੂ ਲੈ ਵੀ ਤੇਰਾ ਸੁਪਨਾ ਪੂਰਾ ਹੋ ਗਿਆ ਈ। ਹਾਏ, ਕੀ ਹੋਇਆ ਮੰਮੀ ਜੀ ਨੂੰ? ਨਹੀਂ, ਮੈਂ ਕਿਹੜੇ ਤੇਰੇ ਮਾਂ ਮਾਰ ਲੈ ਜਿਹੜੇ ਤੂੰ ਇਹਦੀ ਮਾਂ ਨੂੰ ਮਾਰਨ ਲੱਗੀ ਆ। ਦੇਖ, ਨਹੀਂ ਨਹੀਂ, ਅੱਜ ਕੱਲ ਤਾਂ ਵੈਸੇ ਵੀ ਮੰਮੀ ਜੀ ਨੂੰਹਾਂ ਦੀ ਥਿੰਕਿੰਗ ਹੈ ਨਾ, ਸੱਸ ਹੋਵੇ ਤੇ ਚੰਗੀ ਹੋਵੇ, ਨਹੀਂ ਤਾਂ ਕੰਧ ਤੇ ਫੋਟੋ ਟੰਗੀ ਹੋਵੇ। ਆ ਤੇਰਾ ਬਚਪਨ ਦਾ ਸੁਪਨਾ ਸੀ ਨਾ ਸਟੇਜ ਸ਼ੋਅ ਵੇਖਣ ਦਾ, ਉਹ ਅੱਜ ਪੂਰਾ ਹੋ ਜਾਣਾ। ਇਹ ਸੁਪਨਾ ਤਾਂ ਮੈਂ ਕਦੀ ਸੁਪਨੇ ਵਿੱਚ ਵੀ ਨਹੀਂ ਵੇਖਿਆ। ਅਯਾ, ਪਰ ਮੇਰੇ ਸੁਪਨੇ ਤੂੰ ਇੱਕਦਮ ਲੜੀ ਜਾਂਦੀ ਸੀ ਮੇਰੇ ਨਾਲ, ਮੈਨੂੰ ਕਦੇ ਸਟੇਜ ਸ਼ੋਅ ਨੇ ਵਿਖਾਇਆ, ਸਟੇਜ ਸ਼ੋਅ ਨੇ ਵਿਖਾਇਆ। ਹਾਂ, ਫਰ 5 ਪਾਸ, ਇੱਕ ਤੇਰਾ, ਇੱਕ ਮੇਰਾ ਤੇ ਬਾਕੀ 3 ਮਹੱਲੇ ਚ ਵੰਡ ਦੇ। ਮਾਂ ਪਿਓ ਨੂੰ ਵੀ ਮਹੱਲੇ ਚ ਵੰਡ ਦੇ, ਉਹ ਅਸੀਂ ਇੱਥੇ ਚੌਕੀਦਾਰੀ ਲਈ ਬੈਠੇ ਆ। ਮੈਂ ਸੋਚਦਾ ਸੀ ਡੈਡੀ ਕਿ ਤੁਹਾਨੂੰ ਸਮਝ ਨਹੀਂ ਆਉਣਾ ਸਟੇਜ ਸ਼ੋਅ। ਗੱਲ ਤਾਂ ਸਿਆਣੀ ਹੈ ਮੁੰਡੇ ਦੀ। ਸਵਾ ਗੱਲ ਸਿਆਣੀ ਹੈ ਕਾਕਾ, ਸਾਡੇ ਗੋਡੇ ਖਰਾਬ ਹੋਏ ਆ, ਦਿਮਾਗ ਨਹੀਂ ਕਿ ਸ਼ੋਅ ਸਾਨੂੰ ਸਮਝ ਹੀ ਨਹੀਂ ਆਉਣਾ। ਨਹੀਂ ਡੈਡੀ, ਵੀਰ ਨੂੰ ਤਾਂ ਸਿਰਫ ਭਾਬੀ ਦਿਸਦੀ ਹੈ, ਅਸੀਂ ਤੇ ਜਿਵੇਂ ਤੁੰਦ ਚ ਖੜੇ ਆ। ਨਹੀਂ ਨਹੀਂ, ਮੈਂ ਤੇ ਸੀਗਾ ਵੀ ਤੁਹਾਡਾ ਸਟੇਜ ਸ਼ੋਅ ਚ ਕੀ ਇੰਟਰਸਟ ਹੈ ਨਾ। ਵਾਹ ਏ ਸ਼ੇਰਾ, ਸਾਡਾ ਕੀ ਇੰਟਰਸਟ? ਓਏ, ਮੈਂ ਬਚਪਨ ਚ ਰਾਮਲੀਲਾ ਚ ਕੰਮ ਕਰਦਾ ਰਿਹਾ ਤੇ ਮੇਰੇ ਤੋਂ ਸੋਹਣੀ ਚਾਚੀ ਤਾੜਕਾ ਤਾਂ ਅੱਜ ਤੱਕ ਰਾਮਲੀਲਾ ਬਣੀ ਹੀ ਨਹੀਂ। ਹਾਂ, ਮੈਂ ਤਾਂ ਛੋਟੇ ਹੁੰਦੇ ਸਕੂਲੇ ਬ੍ਰੇਕ ਡਾਂਸ ਕਰਦੀ ਰਹੀ ਹਾਂ। ਆਹੀ, ਮੇਰੇ ਜੰਮਦੇ ਦੇ ਪਲਸਤਰ ਲੱਗ ਗਿਆ ਸੀ, ਕਹਿੰਦੇ ਕਾਕੇ ਦੀਆਂ 3 ਹੱਡੀਆਂ ਟੁੱਟੀਆਂ ਹੋਈਆਂ। ਚਲੋ ਸਰਸਵਤੀ ਦੇ ਬੱਚਿਓ, ਤਿਆਰ ਹੋਵੋ, ਪਾਓ ਕੱਪੜੇ, ਚੱਲੀਏ ਸ਼ੋਅ ਵੇਖਣ। ਚੱਲ ਮੇਰੇ ਕੱਪੜੇ ਕੱਢ। ਸ਼ੁਕਰੀਆ ਮਹਿਮਾਨ, ਰੌਣਕ ਮੇਲਾ 2013 ਚ ਇਸ ਪੇਸ਼ਕਾਰੀ ਤੋਂ ਬਾਅਦ ਹੁਣ ਆ ਰਹੀ ਹੈ ਨੌਜਵਾਨ ਦਿਲਾਂ ਦੀ ਧੜਕਣ, ਇਸ ਮਹਿਫਲ ਦੀ ਜਿੰਦ ਜਾਨ, ਆਪਣੇ ਠੁਮਕਿਆਂ ਦਾ ਜਾਦੂ ਚਲਾਉਣ ਲਈ ਮੰਚ ਤੇ ਆ ਰਹੀ ਹੈ ਉਹ ਨਾਜ਼ੁਕ ਤਿਤਲੀ ਬਿਜਲੀ ਦੀ ਤਾਰ, ਜਿਹਨੂੰ ਵੇਖ ਕੇ ਹਰ ਗੱਭਰੂ ਮਾਰਦਾ ਹੈ ਸੀਟੀ। ਪੇਸ਼ ਹੈ ਤੁਹਾਡੀ ਨਜ਼ਰ ਸਵੀਟੀ ਸਵੀਟੀ ਸਵੀਟੀ। ਵੈਸੇ ਹੈ ਨਹੀਂ, ਫੋਨ ਕਰਕੇ ਪੁੱਛੋ ਮੰਮੀ ਕਿੱਥੇ।
ਸਾਹਮਣੇ ਆ ਹੋਰ ਕਿੱਥੇ ਆ ਵੈਸੇ ਉਹ ਹੈ ਨਹੀਂ ਪਰ ਜੇ ਹੈ ਵੀ ਤਾਂ ਕੀ ਮਾੜੀ ਗੱਲ ਹੁਣ ਸਾਰੀ ਉਮਰ ਨੂੰਹਾਂ ਨੇ ਥੋੜਾ ਕਮਾਈਆਂ ਕਰਦੀਆਂ ਰਹਿਣਾ ਸੱਸਾਂ ਨੂੰ ਵੀ ਹੱਥ ਪੈਰ ਮਾਰਨੇ ਚਾਹੀਦੇ ਆ ਨਾ ਆਪਾਂ ਇੱਥੋਂ ਚੱਲਨੇ ਆ ਤੁਸੀਂ ਫੋਨ ਕਰੋ ਜੀ ਤੁਸੀਂ ਸਾਰੇ ਬਾਹਰ ਆਓ ਮੈਂ ਫੋਨ ਕਰਦਾ ਮੁੰਡੇ ਨੂੰ ਜੀ ਗੱਲ ਤਾਂ ਸੁਣੋ ਮੇਰੀ ਦੇਖੋ ਪਤਾ ਕੀ ਹੈ ਇਸ ਕੰਮ 'ਚ ਕੋਈ ਮਾੜੀ ਗੱਲ ਨਹੀਂ ਹੈਗੀ ਸੱਸ ਜੋ ਵੀ ਹੈਗੀ ਹੈ ਕਈ ਵਾਰੀ ਕੋਈ ਚੰਗਾ ਰਿਸ਼ਤਾ ਆ ਰਿਹਾ ਹੁੰਦਾ ਨਾ ਅੱਖਾਂ ਮੀਟਣੀਆਂ ਪੈਂਦੀਆਂ ਕਈ ਗੱਲਾਂ ਤੋਂ ਹਾਂ ਹਾਂ ਗੱਲ ਤਾਂ ਸਿਆਣੀ ਹੈ ਮੁੰਡੇ ਦੀ ਸੌ ਗੱਲ ਸੁਣੀਓ ਮੇਰੇ ਨਾਲ ਬਾਹਰ ਆਓ ਸਾਰੇ ਪਰ ਕਈ ਵਾਰੀ ਸੱਸ ਜੀ ਸੋਚੇ ਕਿ ਤੁਹਾਨੂੰ ਡਾਂਸ ਕਰਨੀ ਛੱਡ ਕੇ ਚਲੇ ਗਏ ਲੱਗ ਗਿਆ ਹੈਲੋ ਆ ਬੇਟਾ ਮਾਤਾ ਜੀ ਕਿੱਥੇ ਨੇ ਆ ਕਟੜੇ ਵੀ ਤੇ ਜਵਾਲਾ ਜੀ ਵੀ ਨਹੀਂ ਨਹੀਂ ਮੈਂ ਤੁਹਾਡੇ ਮਾਤਾ ਜੀ ਬਾਰੇ ਪੁੱਛ ਰਿਹਾ ਉਹ ਤਾਂ ਜੀ ਪਰਮਾਤਮਾ ਜੀ ਕੋ ਚਲੇ ਗਏ ਜੀ ਕੀ ਮਤਲਬ ਪਰਮਾਤਮਾ ਦੀ ਭਗਤੀ ਚ ਲੀਨ ਨੇ ਜੀ ਇਸ ਟਾਈਮ ਉਹ ਬੇਟਾ ਇੱਕ ਮਿੰਟ ਗੱਲ ਤਾਂ ਕਰਾ ਦਿਓ ਬਿਨਾ ਬੋਲੇ ਹੀ ਗੱਲ ਕਰਨੀ ਪੈਣੀ ਹੈ ਜੀ ਇਸ਼ਾਰਿਆਂ ਨਾਲ ਇਸ਼ਾਰਿਆਂ ਨਾਲ ਗੱਲ ਤੁਸੀਂ ਛੱਡੋ ਆਪਾਂ ਘਰ ਹੀ ਚੱਲਦੇ ਆ ਜੀ ਦੇਖੋ ਬੇਟਾ ਜੀ ਕੁੜਮਣੀ ਨੂੰ ਇਸ਼ਾਰੇ ਕਰਦੇ ਚੰਗੇ ਨਹੀਂ ਲੱਗਦੇ ਅਸੀਂ ਘਰੇ ਹੀ ਆ ਜਾਂਦੇ ਆ ਘਰੇ ਚਲੋ ਬਈ ਗਾਣਾ ਖਤਮ ਹੋਣ ਵਾਲਾ ਸੀ ਮੈਂ ਕਹਿੰਦਾ ਸ਼ਹਿਰ ਵਿੱਚ ਰੌਲਾ ਪੈ ਕੇ ਵੇਖ ਹੀ ਜਾਂਦੇ ਅੱਛਾ ਚਲੋ ਜੇ ਪ੍ਰੀਤ ਦੀ ਸਾਸੀ ਨਿਕਲੀ ਫਿਰ ਤੇ ਘਰੇ ਹੀ ਵੇਖ ਲਿਆ ਕਰਾਂਗੇ ਉਹ ਯਾਰ ਚੱਲ ਜਾਂਦੇ ਕਰ ਜਾ ਛੋਟੂ ਹਾਂਜੀ ਜਨਾਨੀ ਬਣ ਜਾ ਮਾਲਕੋ ਆ ਗੱਲ ਠੀਕ ਨਹੀਂ ਮਾਮੀ ਵਾਲੇ ਕੱਪੜੇ ਪਾ ਲਾ ਸ਼ਰਮ ਕਰੋ ਤੁਹਾਡੀ ਮਾਮੀ ਏ ਥੱਪੜ ਮਾਰੂ ਸਾਲੇ ਦੇ ਗੰਦੀ ਸੋਚ ਮੇਰਾ ਕਹਿਣ ਦਾ ਮਤਲਬ ਥੋੜੀ ਦੇਰ ਤੋਂ ਮਾਮੀ ਵਾਲਾ ਕੰਮ ਕਰਾਉਣਾ ਪਰ ਮੈਨੂੰ ਡਾਂਸ ਤੇ ਆਉਂਦਾ ਨਹੀਂ ਉਹ ਡਾਂਸ ਨਹੀਂ ਕਮਲਿਆ ਭੱਜਣ ਬੰਦ ਕੀ ਕਰਨੀ ਆ ਇੱਕ ਗੱਲ ਹੋਰ ਜਿੰਨਾ ਚਿਰ ਤੈਨੂੰ ਮੈਂ ਨਾ ਉਠਾਵਾਂ ਆਪਣੀ ਜਗ੍ਹਾ ਤੋਂ ਉੱਠਣਾ ਨਹੀਂ ਭਾਵੇਂ ਯਮਦੂਤ ਲੈਣ ਆ ਜਾਵੇ ਹਾਂਜੀ ਤੇ ਸ਼ਾਮ ਨੂੰ ਤੇਰੀ ਬੋਤਲ ਪੱਕੀ ਖੁਸ਼ ਹੈ ਵਾਹ ਜੀ ਵਾਹ ਤੁਸੀਂ ਬੜੀ ਮੇਰੇ ਤੇ ਇਨਕਮ ਟੈਕਸ ਵਾਲਿਆਂ ਨੂੰ ਰੇਡ ਮਾਰੀ ਚਲੋ ਮੋਸਟ ਵੈਲਕਮ ਜੀ ਤੁਹਾਡਾ ਆਪਣਾ ਘਰ ਹੈ ਆਓ ਜੀ ਆਓ ਚਲੋ ਜੀ ਰੇਡ ਵਿੱਚ ਤਰਨਾ ਵਾਲਿਆਂ ਦੇ ਵੱਜਦੀ ਹੈ ਬੜੀ ਰੌਣਕ ਲੱਗੀ ਜੀ ਅੱਜ ਬਸ ਜੀ ਚਾਈਨਾ ਬਾਜ਼ਾਰ ਚੱਲੇ ਸੀ ਸੇਲ ਤੇ ਮੈਂ ਸੋਚਿਆ ਭੈਣ ਜੀ ਉਹਨਾਂ ਨੂੰ ਪੁੱਛ ਚੱਲਾਂ ਕੋਈ ਡੋਂਗੇ ਡੂੰਗੇ ਲੈਣੇ ਹੋਣ ਤਾਂ ਬੜੀ ਡੋਂਗੀ ਸੋਚ ਆ ਜੀ ਤੁਹਾਡੀ ਸਾਰੇ ਟੱਬਰ ਨੂੰ ਨਾਲੇ ਲੈ ਕੇ ਚੱਲਦੇ ਹੋ ਜੀ ਸੇਲ ਤੇ ਭੈਣ ਜੀ ਕਿੱਥੇ ਨੇ ਮੇਕਅਪ ਲਾ ਰਹੇ ਹੋਣੇ ਨਹੀਂ ਉਹ ਸਾਡੇ 7 ਜਨਮਾਂ ਦੀ ਮੈਲ ਲਾ ਰਹੇ ਨੇ ਕੱਪੜੇ ਧੋ ਰਹੇ ਨੇ ਪਾਠ ਕਰ ਰਹੇ ਨੇ ਆ ਪਾਠ ਕਰ ਰਹੇ ਨੇ ਓਕੇ ਚਲੋ ਫਿਰ ਪੂਜਾ ਪਾਠ ਕਰਦੇ ਕਿਸੇ ਨੂੰ ਡਿਸਟਰਬ ਨਹੀਂ ਕਰਨਾ ਚਾਹੀਦਾ ਆਪਾਂ ਫੇਰ ਮਿਲਾਂਗੇ ਆਪਾਂ ਚੱਲਦੇ ਆ ਹਾਂਜੀ ਆਪਾਂ ਥੋੜਾ ਵੇਟ ਕਰ ਲੈਨੇ ਆ ਕਦੋਂ ਤੱਕ ਫਿਨਿਸ਼ ਕਰਨਗੇ ਜੀ ਪੂਜਾ ਪਾਠ ਫਿਰ ਤਾਂ ਤੁਹਾਡੇ ਬਿਸਤਰੇ ਇੱਥੇ ਲਵਾਉਣੇ ਪੈਣੇ ਆ ਕਿਉਂਕਿ ਮੰਮੀ ਜੀ ਇੱਕ ਵਾਰੀ ਪਾਠ ਸ਼ੁਰੂ ਕਰ ਲੈਣਾ ਫਿਰ ਤਾਂ ਰੱਬ ਜੀ ਥੱਕ ਜਾਂਦੇ ਆ ਮੰਮੀ ਜੀ ਨਹੀਂ ਥੱਕਦੇ ਮੈਂ ਕਹਿ ਰਿਹਾ ਆਪਾਂ ਮੰਮੀ ਜੀ ਨੂੰ ਡਿਸਟਰਬ ਨਾ ਕਰੀਏ ਤੇ ਚੱਲੀਏ ਹਾਂ ਮੈਂ ਤੇ ਆਪ ਕਹਿਣਾ ਜੀ ਚਲੋ ਨਹੀਂ ਨਹੀਂ ਜੀ ਹੁਣ ਤਾਂ ਮੰਮੀ ਜੀ ਦੇ ਅੱਗੇ ਭਾਵੇਂ ਢੋਲ ਵਜਾਈ ਚੱਲੋ ਉਹ ਨਹੀਂ ਡਿਸਟਰਬ ਹੁੰਦੇ ਕਾਕਾ ਜੀ ਢੋਲ ਤਾਂ ਸਾਡੇ ਕੋਲ ਵਜਾਉਣ ਲਈ ਹੈ ਨਹੀਂ ਗਾਣਾ ਗਾ ਲੈਨੇ ਆ ਉਹ ਸ਼ਹਿਰ ਵਿੱਚ ਰੌਲਾ ਪੈ ਗਿਆ ਉਹ ਪਿੰਡ ਵਿੱਚ ਰੌਲਾ ਪੈ ਗਿਆ ਉਹ ਸ਼ਹਿਰ ਵਿੱਚ ਰੌਲਾ ਪੈ ਗਿਆ ਉਹ ਪਿੰਡ ਵਿੱਚ ਰੌਲਾ ਪੈ ਗਿਆ ਉਹ ਆਪਣਾ ਘਰ ਹੈ ਹੁਣ ਤਾਂ ਬਈਏ ਜਿੰਨਾ ਮਰਜ਼ੀ ਰੌਲਾ ਪਾ ਲਓ ਇਹ ਨਹੀਂ ਉੜਦਾ ਆਪਾਂ ਮੰਮੀ ਜੀ ਨਹੀਂ ਉੜਦੇ ਨਾ ਕਦੇ ਵੀ ਜੀ ਦੀ ਨਜ਼ਰ ਨਹੀਂ ਆ ਰਹੇ ਉਹ ਤਾਂ ਥੋੜੇ ਲੇਟ ਹੋ ਜਾਣਗੇ ਜੀ ਲੱਗਦਾ ਆ ਗਏ ਮੈਂ ਦੇਖਦਾ ਸੰਦੀਪ ਜੀ ਆ ਮੜਾ ਜੇ ਆਉਂਗੇ ਪਲੀਜ਼ ਕੀ ਗੱਲ ਅੰਕਲ ਜੀ ਨੂੰ ਅੰਦਰ ਨਹੀਂ ਆਉਣ ਦੇਣਾ ਨਹੀਂ ਨਹੀਂ ਤੁਸੀਂ ਆ ਕੇ ਲੈ ਜਾਓ ਨਾ ਘਰ ਇਹਨਾਂ ਦਾ ਜੀ ਤੇਲ ਸਾਨੂੰ ਚੋਣਾ ਪੈਣਾ ਹਟਿਓ ਜ਼ਰਾ ਏਦਾਂ ਕੋਈ ਕੁਛ ਵੀ ਕਹੇਗਾ ਦੁਨੀਆਂ 'ਚ ਤੇ ਤੁਸੀਂ ਗੱਲ ਮੰਨ ਲਓਗੇ ਕਿਸੇ ਦੀ ਏਦਾਂ ਕਹਿੰਦੇ ਰਹਿੰਦੇ ਲੋਕੀ ਮੈਨੂੰ ਤਾਂ ਸ਼ਰਮ ਆ ਰਹੀ ਹੈ ਜੀਜਾ ਜੀ ਯਾਰ ਜੇ ਬੰਦੇ ਕੋਲੋਂ ਕੋਈ ਗਲਤੀ ਕਿਸੇ ਤਰ੍ਹਾਂ ਦੀ ਹੋ ਜਾਂਦੀ ਤੇ ਜਲੂਸ ਥੋੜਾ ਕੱਢੀ ਤੇ ਬਹਿ ਕੇ ਗੱਲ ਕਰ ਲਈਦੀ ਹੈ ਗਲਤੀ ਨਹੀਂ ਤਾਂ ਲਾਪਰਵਾਹੀ ਹੈ ਅਸੀਂ ਦੋਨੇ ਜਾਣੇ ਘਰੇ ਵਿਹਲੇ ਬੈਠੇ ਰਹਿੰਦੇ ਆ ਤੁਸੀਂ ਇਕੱਲੇ ਹੀ ਬੋਝ ਲਈ ਬੈਠੇ ਹੋ ਕੰਮ ਦਾ ਅੱਜ ਤਾਂ ਤੁਸੀਂ ਰਾਹ ਜਾਂਦੇ ਸਿਰਫ ਬੇਹੋਸ਼ੀ ਹੋਏ ਹੋ ਮੈਂ ਤਾਂ ਦੀਦੀ ਨੂੰ ਕਹਿੰਦਾ ਉਹਨਾਂ 'ਚ ਇਹੀ ਹਾਲ ਰਿਹਾ ਤੁਹਾਡਾ ਕਿਸੇ ਨਾ ਕਿਸੇ ਨੂੰ ਪਟਾਕਾ ਹੀ ਪਊ ਟਰੱਕ ਦੇ ਟਾਇਰ ਵਾਂਗੂ ਹਨਾ ਦੀਦੀ
ਸ਼ਰਮ ਨਹੀਂ ਆਉਂਦੀ ਤੈਨੂੰ ਆਪਣੇ ਜੀਜੇ ਦਾ ਪਟਾਕਾ ਪਵਾਉਂਦੇ? ਹਾਂ ਉਹ ਤਾਂ ਸ਼ੁਕਰ ਹੈ ਜੀ, ਦੇਖੋ ਮੇਰੇ ਘਰ ਦੇ ਸਾਹਮਣੇ ਆ ਕੇ ਦੌਰਾ ਪਿਆ ਇਹਨਾਂ ਨੂੰ। ਮੈਂ ਚੱਕ ਕੇ ਅੰਦਰ ਲੈ ਆਇਆ ਤੇ ਇਹਨਾਂ ਤੋਂ ਫੋਨ ਨੰਬਰ ਲੈ ਕੇ ਤੁਹਾਡਾ ਤੁਹਾਨੂੰ ਫੋਨ ਕਰ ਲਿਆ। ਅਦਰਵਾਈਜ਼ ਜੇ ਕਿਤੇ ਹੋਰ ਡਿੱਗੇ ਹੁੰਦੇ ਨਾ ਹੁਣ ਤੱਕ ਤੈਨਾਂ ਤੇ ਮੱਖੀਆਂ ਬਹਿ ਜਾਣੀਆਂ। ਤੁਸੀਂ ਗੱਡੀ ਚੱਕੋ ਤੇ ਘਰ ਚਲੋ। ਮੈਂ ਅੰਦਰ ਆਰਾਮ ਕਰ ਲਈਏ। ਨਹੀਂ ਨਹੀਂ ਹਲੇ ਨਹੀਂ ਜੀ, ਮੈਂ ਇਹਨਾਂ ਨੂੰ ਜਾਣ ਦੇਣਾ ਹੈਗਾ ਕਿਉਂਕਿ ਦਵਾਈ ਦਾ ਅਸਰ ਤਾਂ ਦੇਖੋ ਕਿੰਨਾ, ਖੋੜੇ ਖੋੜੇ ਡਿੱਗੀ ਜਾਂਦੇ ਨੇ। ਦੋ ਤਿੰਨ ਘੰਟੇ ਅੰਦਰ ਸੌ ਲੈਣ ਦੋ ਜੀ। ਮੈਂ ਤਾਂ ਕਹਿੰਦਾ ਤੁਸੀਂ ਵੀ ਆਓ ਅੰਦਰ, ਅੰਦਰ ਆ ਕੇ ਸੌ ਲਓ ਦੋ ਤਿੰਨ ਘੰਟੇ। ਨਹੀਂ ਉਹਨਾਂ ਜਾਣਾ ਹੋਣਾ ਨਾ ਫਿਰ। ਨਹੀਂ ਨਹੀਂ ਉਹ ਤਾਂ ਤੁਹਾਡਾ ਫੋਨ ਆ ਗਿਆ, ਅਸੀਂ ਆ ਗਏ, ਉੱਥੇ ਹਲੀਮ ਵੇਟ ਕਰਦੀ। ਉਹਨਾਂ ਨੂੰ ਵੀ ਇੱਥੇ ਹੀ ਬੁਲਾ ਲਓ ਜੀ, ਉਹ ਵੀ ਦੋ ਤਿੰਨ ਘੰਟੇ ਅੰਦਰ ਸੌ ਲੈਣਗੇ। ਐਕਚੁਅਲੀ ਹਰਲੀਨ ਇਹਦੀ ਫੇਸਬੁੱਕ ਫਰੈਂਡ ਹੈ, ਮੈਨੂੰ ਮਿਲਾਉਣ ਲੈ ਕੇ ਚੱਲਿਆ। ਮੈਂ ਇੱਕ ਵਾਰੀ ਕੁੜੀ ਨੂੰ ਮਿਲ ਲੈਣੀ ਆ, ਜੇ ਵਧੀਆ ਲੱਗਦੀ ਹੈ ਤੇ ਫਿਰ ਅਸੀਂ ਰਿਸ਼ਤੇ ਦੀ ਗੱਲ ਕਰ ਲਵਾਂਗੇ। ਫੇਸਬੁੱਕ ਫਰੈਂਡ ਆ ਤਾਂ ਜੀ ਉਹਨੂੰ ਛੇਤੀ ਜਾ ਕੇ ਮਿਲ ਹੀ ਲਓ, ਕਿਉਂਕਿ ਪਤਾ ਨਹੀਂ ਲੱਗਦਾ ਕਿਹੜੇ ਵੇਲੇ ਇੱਧਰ ਉੱਧਰ ਚੈਟਿੰਗ ਚੱਲਣ ਲੱਗ ਜਾਂਦੀ ਹੈ। ਕਿਉਂ ਭਾਜੀ, ਦੀਦੀ ਛੇਤੀ ਚੱਲੀ। ਹਾਂ ਹਾਂ ਤੁਸੀਂ ਆਰਾਮ ਕਰ ਲਓ, ਪਰ ਕੱਲ ਤੋਂ ਤੁਹਾਡੀ ਇਹ ਟੂਰਿੰਗ ਸ਼ੂਰਿੰਗ ਮੈਂ ਸਭ ਬੰਦ ਕਰਾ ਦੇਣੀ ਹੈ। ਮੈਂ ਕੀ ਗੱਲ ਹੋ ਗਈ ਜੀ, ਤੁਸੀਂ ਬਾਹਰ ਹੀ ਡੇਰੇ ਲਾ ਲਏ? ਬਸ ਭਾਜੀ ਹੋਰੀ ਆਏ ਸੀ ਤੇ ਨਾਲ ਭੈਣ ਜੀ ਹੋਰੀ, ਇਹ ਤੁਹਾਡੇ ਭਾਬੀ ਜੀ। ਸਤਿ ਸ਼੍ਰੀ ਅਕਾਲ ਜੀ। ਮੈਨੂੰ ਤਾਂ ਸਮਝ ਨਹੀਂ ਆ ਰਿਹਾ ਤੁਹਾਡੇ ਹਸਬੈਂਡ ਦਾ ਕਿਵੇਂ ਥੈਂਕਸ ਕਰੀਏ। ਅੱਜ ਜੇ ਤੁਹਾਡੇ ਹਸਬੈਂਡ ਨਾ ਹੁੰਦੇ ਤਾਂ ਮੇਰੇ ਹਸਬੈਂਡ ਦੀ ਜਾਨ ਦਾ ਕੀ ਹਾਲ ਹੋਣਾ ਸੀ, ਮੈਨੂੰ ਹੀ ਪਤਾ। ਇਦਾਂ ਨਹੀਂ ਸੱਚੀ ਦਾ ਜੀ, ਸੱਚੀ ਬੜੀ ਨੇਕ ਰੂਹ ਨੇ, ਇਸੇ ਕਰਕੇ ਤੇ ਸਾਡਾ ਇਹਨਾਂ ਨਾਲ ਰਿਸ਼ਤਾ ਜੁੜਿਆ ਜੀ। ਬਾਜੀ ਪ੍ਰਮਾਤਮਾ ਜੋੜੀਆਂ ਬਣਾਈ ਰੱਖੇ। ਜੋੜੀਆਂ ਨਹੀਂ ਹੁੰਦੀਆਂ ਵੀਰੇ, ਜੋੜੀ ਹੁੰਦੀ ਹੈ। ਹਸਬੈਂਡ ਦੀ ਵੈਲਿਊ ਕੀ ਹੁੰਦੀ ਹੈ ਇਹ ਮੈਨੂੰ ਪਤਾ ਹੈ। ਕਿਉਂ ਮੈਨੂੰ ਕੀ ਪਤਾ ਜੀ, ਮੇਰਾ ਕਿਹੜਾ ਕੋਈ ਹਸਬੈਂਡ ਹੈ। ਚਲੋ ਜੀ ਅਸੀਂ ਚੱਲਦੇ ਹਾਂ। ਥੈਂਕ ਯੂ ਭਾਜੀ, ਤੁਸੀਂ ਮੈਨੂੰ ਬਚਾ ਲਿਆ। ਤੁਸੀਂ ਚਾਹੁੰਦੇ ਤਾਂ ਵੈਸੇ ਮੈਨੂੰ ਹਸਾ ਸਕਦੇ ਸੀ। ਚਲੋ ਜੀ ਚਲੀਏ ਅੰਦਰ ਚਲੀਏ। ਚਲੋ ਚਲੋ, ਗੱਲ ਸੁਣੋ ਮੇਰੀ, ਮੈਂ ਤਾਂ ਧਰਨੇ ਤੇ ਗਿਆ ਨੀ, ਪਰ ਆ ਜਿਹੜੇ ਅੰਦਰ ਧਰਨਾ ਲਈ ਬੈਠੇ ਆ ਨਾ, ਇਹਨਾਂ ਨੂੰ ਲੈ ਕੇ ਤਿੱਤਰ ਹੋ ਜਾ, ਨਹੀਂ ਤਾਂ ਵਰਲਡ ਰਿਕਾਰਡ ਬਣਾਏਗਾ ਇੱਕੇ ਦਿਨ ਚ ਦੋ ਤਲਾਕਾਂ ਦਾ। ਚਲੋ ਚਲੋ ਤੁਸੀਂ ਅੰਦਰ ਤੇ ਆਓ, ਕਰਦੇ ਆ ਸਾਰਾ ਕੁਛ। ਚਲੋ ਉੱਠੋ ਯਾਰ, ਹੁਣ ਕਦੋਂ ਤੱਕ ਕਿਸੇ ਦੀ ਪਾਠ ਪੂਜਾ ਡਿਸਟਰਬ ਕਰੀ ਜਾਣੀ, ਅਗਲਿਆਂ ਦੇ ਗੈਸਟ ਬਾਹਰੋਂ ਮੁੜ ਮੁੜ ਕੇ ਜਾ ਰਹੇ ਨੇ। ਚਲੋ ਭੈਣ ਜੀ ਉੱਠ ਲੈਣ ਨਾ। ਕੀ ਭੈਣ ਜੀ ਉੱਠ ਲੈਣ, ਤੁਸੀਂ ਕਿਕਲੀ ਪਾਣੀ ਭੈਣ ਜੀ ਨਾਲ ਜਾਂ ਪੋਸ਼ਮਪਾ ਖੇਡਣਾ ਭੈਣ ਜੀ ਨਾਲ ਤੁਸੀਂ ਯਾਰ? ਪਰ ਪੁੱਤਰ ਹੁਣ ਆਏ ਆ ਤੇ ਹਾਂ ਪ੍ਰਸ਼ਾਦ ਲੈ ਕੇ ਜਾਵਾਂਗੇ ਹੁਣ ਜੇ ਆਏ ਆ। ਕਮਾਲ ਕਰਦੇ ਪਏ ਯਾਰ ਤੁਸੀਂ, ਆਪ ਕਦੇ ਰੱਬ ਦਾ ਨਾ ਲਿਆ ਨੀ, ਕਿਸੇ ਨੂੰ ਤੁਸੀਂ ਲੈਣ ਨੀ ਦੇਣਾ। ਹੈ ਕਾਕਾ ਕਿਹੜੀ ਬੋਟੀ ਸੁੰਗ ਆਇਆ ਬਾਹਰੋਂ? ਚਲੋ ਮੈਂ ਉੱਥੇ ਜਾ ਕੇ ਆਂਟੀ ਜੀ ਨੂੰ ਮੱਥਾ ਟੇਕਾਨੀ ਆ। ਆਪਣੀ ਸੱਸ ਨੂੰ ਕਦੇ ਮੱਥਾ ਟੇਕਿਆ? ਨਨਾਮ ਦੀ ਸੱਸ ਨੂੰ ਮੱਥਾ ਟੇਕ ਆਉਣੀ ਆ ਮੈਂ ਜਾ ਕੇ? ਮੈਂ ਆਪੇ ਹੀ ਟੇਕ ਆਉਣਾ ਮੱਥਾ, ਲੈ ਆਉਣਾ ਆਸ਼ੀਰਵਾਦ, ਸਾਰਿਆਂ ਜਾ ਕੇ ਬਣ ਜਾਏਗਾ ਆਸ਼ੀਰਵਾਦ। ਮੈਂ ਯਾਰ ਨਾ ਬੋਲੋ ਤੁਸੀਂ ਵਿੱਚ, ਮੈਂ ਤਾਂ ਬੋਲਿਆ ਹੀ ਨਹੀਂ, ਬੋਲਣ ਤੇ ਲੱਗੇ ਸੀ ਨਾ ਰੋਕਦਾ ਜੀ। ਤੂੰ ਭਾਬੀ ਖੇਡਣ ਵਾਲਾ, ਮੈਂ ਤਾਂ ਕਿਸੇ ਨੂੰ ਸੀਪ ਚ ਨਹੀਂ ਜਿੱਤਣ ਦਿੱਤਾ। ਤੇ ਬਾਕੀ ਸਭ ਵਧੀਆ? ਹਾਂਜੀ। ਚਲੋ ਮੈਮ ਕੀ ਲਾਉਂਗੇ? 1 ਕਾਫੀ ਵਿਦ ਸ਼ੂਗਰ ਫ੍ਰੀ। ਜੇ ਸ਼ੂਗਰ ਫ੍ਰੀ ਮਿਲਦੀ ਹੈ ਤਾਂ ਕਿਲੋ ਮੈਨੂੰ ਵੀ ਕਾਫੀ। ਤੁਸੀਂ ਇਹ ਦੱਸੋ ਫੇਸਬੁੱਕ ਤੇ ਇੱਕ ਦੂਜੇ ਨੂੰ ਕਿਵੇਂ ਪਸੰਦ ਕੀਤਾ? ਇਹ ਪੰਜਾਬੀ ਬੋਲੇ ਨਾ ਤੇ ਮੈਂ ਇੰਗਲਿਸ਼ ਚੜਦਾ ਸੀ, ਇਹ ਮੇਰੀ ਲੁੱਕ ਤੇ ਮਰਦੀ ਸੀ ਤੇ ਮੈਂ ਇਹਦੇ ਲੱਕ ਤੇ ਮਰਦਾ ਸੀ। ਇਹਦੀ ਲੁੱਕ ਤੇ ਇਹਨਾਂ ਨੇ ਫੋਟੋ ਹੀ ਇੰਨੇ ਸੋਹਣੇ ਮਾਡਲ ਦੀ ਲਗਾਈ ਸੀ ਕਿ ਮੈਂ ਡੁੱਲ ਗਈ ਤੇ ਮੈਂ ਇਕੱਠੀ ਕਰ ਲਈ। ਪਰ ਸੱਚੀ ਦੱਸਿਓ, ਜਦ ਐਕਚੁਅਲ ਵਿੱਚ ਦੇਖਿਆ ਤਾਂ ਧੱਕਾ ਤਾਂ ਲੱਗਿਆ ਹੋਣਾ। ਦਿਲ ਤਾਂ ਕੀਤਾ ਸੀ ਇਹਨਾਂ ਦੇ ਵੱਟ ਕੇ ਇੱਕ ਚਪੇੜ ਲਾਵਾਂ, ਪਰ ਫਿਰ ਇਹਨਾਂ ਨੇ ਕਿਹਾ ਕਿ ਵਿਆਹ ਤੋਂ ਬਾਅਦ ਜੇ ਸੁੱਕਾ ਜਿਹਾ ਮਾਡਲ ਵੀ ਮੋਟਾ ਹੋ ਗਿਆ ਫਿਰ ਵੀ ਤਾਂ ਜ਼ਿੰਦਗੀ ਗੁਜ਼ਾਰੇਗੀ। ਸਿੰਪਲ ਐ ਤਾਂ ਸਿਆਣਾ ਹੈ। ਚਲੋ ਕੁੜੀ ਤਾਂ ਮੈਨੂੰ ਪਸੰਦ ਹੈ, ਹੁਣ ਇਹ ਦੱਸ ਅੱਗੇ ਕੀ ਕਰਨਾ? ਅੱਗੇ ਕੀ ਕਰਨਾ? ਕਾਫੀ ਆ ਜਾਣਾ ਤੇ ਫਿਰ ਲੰਚ ਕਰਦੇ ਆ। ਤੁਹਾਡੇ ਡੈਡੀ ਨੂੰ ਇਹ ਪਸੰਦ ਤਾਂ ਆਜੂ। ਡੈਡ ਨੂੰ ਕਹਾਂਗੀ ਕਿ ਵਿਆਹ ਤੋਂ ਬਾਅਦ ਇਹਨਾਂ ਨੂੰ ਪੇਕੇ ਘੱਟ ਲੈ ਕੇ ਆਵਾਂਗੀ ਤੇ ਡੈਡ ਦੇ ਸਾਹਮਣੇ ਤੁਸੀਂ ਜ਼ਿਆਦਾ ਬੋਲਣਾ ਵੀ ਨਹੀਂ ਕਿਉਂਕਿ ਮੇਰੇ ਡੈਡ ਨੂੰ ਘੱਟ ਸਿਆਣੇ ਲੋਕ ਪਸੰਦ ਨਹੀਂ। ਵੈਸੇ ਗੱਲ ਸੁਣ, ਤਾਂ ਜਿੰਨਾ ਤੂੰ ਦੇਖਣ ਨੂੰ ਕਮੀਨਾ ਲੱਗਦਾ ਨਾ, ਉਹਨਾਂ ਕਮੀਨਾ ਹੈ ਨਹੀਂ ਤੂੰ। ਬਈ ਤੇਰੀਆਂ ਵੀ ਕਰਤੂਤਾਂ ਹੀ ਨੀਚ ਬੰਦੇ ਵਾਲੀਆਂ ਨੇ, ਬੰਦਾ ਨੀਚ ਹੈ ਨੀ ਤੂੰ। ਲੈ ਵੀਰੇ ਅੱਜ ਆਪਾਂ ਦੁਸ਼ਮਣੀ ਖਤਮ ਕਰਕੇ ਨਾ
ਇਹਨੂੰ ਦੋਸਤੀ ਚ ਬਦਲ ਦੇਣਾ ਤੇ ਆਪਾਂ ਐਵੇਂ ਦੋਸਤੀ ਨੂੰ ਰਿਸ਼ਤੇਦਾਰੀ ਚ ਬਦਲ ਦੇਣਾ ਚੱਕ ਸਾਲਾ ਤਾਂ ਤੁਸੀਂ ਬਣਨਾ ਬਾਈ ਜੀ ਆਪਣਾ ਰੋਲ ਤਾਂ ਜੀਜੇ ਵਾਲਾ ਏ ਵੈਸੇ ਤੈਨੂੰ ਇਹ ਗੱਲ ਦੱਸਾਂ ਬੰਦਾ ਤੈਨੂੰ ਲੰਡਾ ਜਿਹੜਾ ਚੰਗਾ ਹੁੰਦਾ ਆਹ ਬਾਹਾ ਜਿਹੜਾ ਨਾ ਵਿਆਹ ਵਾਲਾ ਗਲ ਚ ਪਾਉਣ ਦਾ ਕੋਈ ਫਾਇਦਾ ਹੈ ਨਹੀਂ ਆਪ ਤਾਂ ਤੁਸੀਂ ਡਬਲ ਰਸੇ ਵਾਲਾ ਬਾਹਾ ਗਲ ਚ ਪਾਇਆ ਸਾਡੀ ਵਾਰੀ ਇੱਕ ਨੂੰ ਵੀ ਮਨਾ ਕਰੀ ਜਾਂਦੇ ਹੋ ਭਾਵੇਂ ਜੋਗਿੰਦਰ ਹੋਵੇ ਜਾਂ ਸੁਰਿੰਦਰ ਹੋਵੇ ਮੈਂ ਪ੍ਰਭਾਵਿਤ ਨਹੀਂ ਹੋਣਾ ਹਾਂ ਕਾਕਾ ਜੀ ਕਿੱਥੇ ਤੱਕ ਪੜ੍ਹੇ ਹੋ ਤੁਸੀਂ ਹੈਦਰਾਬਾਦ ਤੱਕ ਪੜ੍ਹੇ ਹਾਂਜੀ ਹਾਂਜੀ ਅੱਧੀ ਪੜ੍ਹਾਈ ਇਹਨਾਂ ਨੇ ਇੱਥੇ ਕੀਤੀ ਹੈ ਤੇ ਬਾਕੀ ਦੀ ਹੈਦਰਾਬਾਦ ਭਾਰ ਕਿੰਨਾ ਹੈ ਤੁਹਾਡਾ ਤੁਹਾਡੇ ਚ ਰਿਸ਼ਤਾ ਕਰਨ ਤੋਂ ਪਹਿਲਾਂ ਲਾੜੇ ਦਾ ਭਾਰ ਵੀ ਤੋਲਦੇ ਨੇ ਜੀ ਪਾਪਾ ਰਿਸ਼ਤਾ ਕਰਨ ਵੇਲੇ ਭਾਰ ਕੌਣ ਪੁੱਛਦਾ ਕੰਮ ਕੀ ਕਰਦੇ ਹੋ ਤੁਸੀਂ ਆਮ ਕੈਪਟਨ ਆਰਮੀ ਚ ਨਾ ਨਾ ਭੰਗੜੇ ਦਾ ਸਿਹਤ ਦੇਖ ਕੇ ਤਾਂ ਤੁਹਾਡੀ ਲੱਗਦਾ ਹੈ ਕਿ ਤੁਸੀਂ ਰੌਲਾ ਹੀ ਪਾ ਸਕਦੇ ਹੋ ਭੰਗੜਾ ਕਿਵੇਂ ਪਾ ਲੈਂਦੇ ਹੋ ਪਾਪਾ ਤੁਸੀਂ ਇਹਨਾਂ ਨੂੰ ਜ਼ਲੀਲ ਕਰ ਰਹੇ ਹੋ ਜੇ ਰਿਸ਼ਤਾ ਗਲਤ ਹੋ ਗਿਆ ਤਾਂ ਸਾਰੇ ਸ਼ਹਿਰ ਨੇ ਮੈਨੂੰ ਜ਼ਲੀਲ ਕਰਨਾ ਹੈ ਲੋਕਾਂ ਨੂੰ ਕੀ ਕਹਾਂਗਾ ਕਿ ਲਾੜਾ ਲੁੱਡੀਆਂ ਪਾਉਂਦਾ ਹੈ ਪਰ ਪਾਪਾ ਭੰਗੜੇ ਦਾ ਕੈਪਟਨ ਹੋਣਾ ਕੋਈ ਛੋਟੀ ਗੱਲ ਨਹੀਂ ਅੱਛਾ ਮੈਂ ਕਿਸੇ ਭੰਗੜੇ ਵਾਲੇ ਨੂੰ ਤਨਖਾਹ ਮਿਲਦੀ ਤਾਂ ਦੇਖੀ ਨਹੀਂ ਅੱਜ ਤੱਕ ਕਾਕਾ ਜੀ ਤੁਹਾਡੇ ਪਾਸ ਦਾ ਕੰਮ ਨਹੀਂ ਹੈ ਕਿਸੇ ਹੋਰ ਨੂੰ ਭੇਜੋ ਪਰ ਮੈਂ ਵਿਆਹ ਇਹਨਾਂ ਨਾਲ ਹੀ ਕਰਾਉਣਾ ਹੈ ਮੈਂ ਗੱਲਬਾਤ ਬਾਰੇ ਕਹਿ ਰਿਹਾ ਕਿਸੇ ਵੱਡੇ ਨੂੰ ਭੇਜੇ ਪਰ ਇਹਦੇ ਤਾਂ ਮੰਮੀ ਡੈਡੀ ਵੀ ਨਹੀਂ ਹੈਗੇ ਪਾਪਾ ਅੱਛਾ ਕੀ ਹੋਇਆ ਸੀ ਉਹਨਾਂ ਨੂੰ ਮੰਮੀ ਜੀ ਦਾ ਕਤਲ ਹੋ ਗਿਆ ਸੀ ਜੀ ਤੇ ਡੈਡੀ ਉਹਨਾਂ ਨੂੰ ਫਿਰ ਫਾਂਸੀ ਹੋ ਗਈ ਮੁੰਡਾ ਚੰਗੇ ਖਾਨਦਾਨ ਦਾ ਲੱਗਦਾ ਇਹ ਰੀਤ ਉੱਥੇ ਹੀ ਬੰਦ ਹੋ ਗਈ ਸੀ ਕਿ ਅੱਗੇ ਵੀ ਚੱਲੂ ਨਹੀਂ ਜੀ ਬੰਦ ਹੋ ਗਈ ਸੀ ਜੀ ਹੁਣ ਤਾਂ ਕਰਤਾ ਧਰਤਾ ਮੇਰੇ ਜੀਜਾ ਜੀ ਨੇ ਜੀ ਸਾਰਾ ਫਿਰ ਉਹਨਾਂ ਨੂੰ ਭੇਜੀ ਕੀ ਨਾਂ ਹੈ ਉਹਨਾਂ ਦਾ ਜੀ ਸੰਦੀਪ ਚੀਮਾ ਸੇਮ ਨਾਮ ਦਾ ਇੱਕ ਸੱਜਣ ਸਾਡਾ ਵੀ ਹੈ ਜਿਨ੍ਹਾਂ ਦੇ ਆਪਾਂ ਕਿਰਾਏਦਾਰ ਆ ਤੂੰ ਹੋਏਂਗੀ ਮੈਂ ਤਾਂ ਕਿਸੇ ਦਾ ਕਿਰਾਏਦਾਰ ਨਹੀਂ ਹੈ ਹਾਂ ਉਹ ਚੀਮੇ ਤੂੰ ਮੈਨੂੰ ਭੇਜੀ ਕਹੀਂ ਆ ਕੇ ਮਿਲੇ ਮੈਨੂੰ ਨਹੀਂ ਆਪਸ ਚ ਮਿਲਦੇ ਰਹੋ ਕਿਸੇ ਪਾਰਕ ਚ ਜਿੱਥੇ ਪੁਲਿਸ ਨਾ ਪੈਂਦੀ ਹੋਵੇ ਚੰਗਾ ਚਲੋ ਫਿਰ ਤੁਹਾਡੀ ਭੰਗੜੇ ਦੀ ਰਿਹਰਸਲ ਦਾ ਟਾਈਮ ਹੋਣਾ ਹੈ ਚਲੋ ਚੰਗਾ ਜੀ ਬਸ ਬਸ ਹੋ ਗਿਆ ਅੱਜ ਦੀਦੀ ਦੀਦੀ ਅੱਜ ਇੱਕ ਪਾਸਾ ਕਰਵਾਈ ਦਿਓ ਚਿੰਤਾ ਨਾ ਕਰ ਤੂੰ ਮੇਰੀ ਹੈਲਪ ਕਰਦੇ ਰਹੋ ਤੂੰ ਗੱਲ ਸ਼ੁਰੂ ਕਰ ਜੀਜਾ ਜੀ ਵਿਆਹ ਤਾਂ ਬੰਦੇ ਦਾ ਇੱਕੋ ਵਾਰੀ ਹੋਣਾ ਹੁੰਦਾ ਨਾ ਕੀ ਮਤਲਬ ਤੇਰਾ ਓਹੋ ਇਹ ਕੁੜੀ ਨੂੰ ਪਿਆਰ ਕਰਦਾ ਅੱਛਾ ਬੇਟੇ ਮੂੰ ਤੇਰਾ ਪਸੰਦਰ ਨੇ ਡਰਾ ਕੇ ਰੱਖਤਾ ਸੀ ਮੈਨੂੰ ਹੈ ਕਿੰਨਾ ਕੁ ਪਿਆਰ ਕਰਦਾ ਕੁੜੀ ਨੂੰ ਜਦੋਂ ਮਿਲੀਦਾ ਕਾਫੀ ਕਰੀਦਾ ਜੀ ਬਾਕੀ ਤੁਸੀਂ ਦੇਖ ਲਿਓ ਪਿਆਰ ਕਰਦੇ ਹਾਂ ਨਹੀਂ ਜੀ ਵੈਸੇ ਵੀ ਕੁੜੀ ਕਿਵੇਂ ਹੈ ਵੇਖ ਬੱਲਿਆ ਇਸ਼ਕ ਤਾਂ ਉਸ ਰੱਬ ਸੱਚੇ ਦੀ ਬਖਸ਼ਿਸ਼ ਹੁੰਦੀ ਹੈ ਲੋਕੀ ਤਾਂ ਐਵੇਂ ਕਹਿੰਦੇ ਫਿਰਦੇ ਆ ਵੀ ਮੈਂ ਉਹ ਕੀਤਾ ਮੈਂ ਆਹ ਕੀਤਾ ਜਿਹਨੇ ਇਸ਼ਕ ਨੇ ਕੀਤਾ ਉਹਨੇ ਸਵਾਹ ਕੀਤਾ ਕੀ ਕਰਦੇ ਆ ਕੁੜੀ ਦੇ ਫਾਦਰ ਫਾਦਰ ਦਾ ਨਾਮ ਮੇਹਰ ਸਿੰਘ ਹੈ ਜੀ ਤੇ ਉਹਨਾਂ ਦੀ ਦੁਕਾਨ ਹੈ ਬਾਬਲਪੁਰੀ ਦੀ ਰੇਰੂ ਚੌਂਕ ਹਾਂਜੀ ਹਾਂਜੀ ਮੈਂ ਚਪੇੜ ਮਾਰਨੀ ਤੇਰਾ ਮੂੰਹ ਤੇ ਬਕਵਾਸ ਕਰਦਾ ਇਸ਼ਕ ਕਰੇਗਾ ਵੱਡਾ ਹੈ ਸਾਲਾ ਰਾਂਝਾ ਕਿਸੇ ਥਾਂ ਦਾ ਇਸ਼ਕ ਚੜਿਆ ਇਹਨੂੰ ਹੈ ਮੈਂ ਕਚੋਨਾ ਮਾਰ ਕੇ ਤੇਰੀ ਨਾਸਾਂ ਭੰਨ ਦੇਣੀਆਂ ਇਸ਼ਕ ਦਾ ਭੂਤ ਚੜਿਆ ਜਿਹੜਾ ਤੈਨੂੰ ਤੁਸੀਂ ਆਪ ਹੀ ਤਾਂ ਕਹੇ ਵੀ ਜਿਹਨੇ ਇਸ਼ਕ ਨਹੀਂ ਕੀਤਾ ਉਹਨੇ ਸਵਾਹ ਕੀਤਾ ਅਬ ਤੂੰ ਸਵਾਹ ਕਰ ਲੈ ਮੈਂ ਸਵਾਹ ਇਕੱਠੀ ਕਰ ਲਾਂਗਾ ਤੇਰਾ ਇਸ਼ਕ ਨਹੀਂ ਉਹ ਇਕੱਠਾ ਹੋਣਾ ਮੇਰੇ ਕੋਲੋਂ ਕਿਸੇ ਨੂੰ ਪਿਆਰ ਕਰਨ ਚ ਕੀ ਬੁਰਾਈ ਹੈ ਓਏ ਉਹ ਪਿੱਤਲ ਤੇ ਸੋਨੇ ਦਾ ਪਾਣੀ ਚੜਾ ਕੇ ਵੇਚੀ ਜਾਂਦਾ ਹੈ ਤੇ ਕਿਹੜਾ ਕੁੜੀ ਤੇ ਪਾਣੀ ਚੜਾ ਕੇ ਉਹਨੂੰ ਤੋੜ ਦੇਣਾ ਇੱਕ ਵਾਰੀ ਮਿਲ ਤਾਂ ਲਓ ਮਿਲ ਤਾਂ ਲਓ ਤੇ ਉਹ ਮਾਰ ਕੇ ਮਾਂ ਨੂੰ ਤਾਂ ਆਪ ਫਾਂਸੀ ਚੜ ਗਿਆ ਮੁੰਡੇ ਨੂੰ ਇਸ਼ਕ ਚੜੇ ਨੇ ਦੀਦੀ ਤੂੰ ਕੋ ਚੁੱਪ ਬੈਠੀ ਹੈ ਤੁਸੀਂ ਵੀ ਤਾਂ ਭੱਜ ਕੇ ਵਿਆਹ ਕਰਾਇਆ ਤੇ ਅਸੀਂ ਕਿਹੜਾ ਭੱਜ ਕੇ ਤਾਂ ਦੂਰ ਚਲੇ ਗਏ ਸੀ ਇੱਥੇ ਨੇੜੇ ਕਰਾ ਲਿਆ ਸੀ ਵਿਆਹ ਠੀਕ ਹੈ ਫਿਰ ਮੇਰੇ ਕੋਲ ਦੋ ਹੀ ਆਪਸ਼ਨ ਨੇ ਜਿਹੜੇ ਠੀਕ ਹੈ ਦੱਸ ਦਿਓ ਦੋਵੇਂ ਹੀ ਗਲਤ ਨੇ ਸੁਣੀ ਤੱਕ ਵੀ ਨਹੀਂ ਇੱਕ ਵਾਰੀ ਸੁਣ ਤਾਂ ਲਓ ਆਪਸ਼ਨ ਆ ਬੋਲ ਕਮਿਸਟ ਕੋਲ ਜ਼ਹਿਰ ਹੈ ਤੇ ਕਿਲੋਮੀਟਰ ਤੇ ਨਹਿਰ ਹੈ ਤੂੰ ਕਾਕਾ ਡੁੱਬ ਕੇ ਹੀ ਮਾਰ ਫਿਰ ਮਈ ਮਾਲ ਵੀ ਨਹਿਰ ਚ ਡੁੱਬ ਕੇ ਮਰੇ ਠੀਕ ਹੈ ਫਿਰ ਵੀਰੇ ਮੇਰੀ ਗੱਲ ਸੁਣ ਵੀਰਾ ਤਾਂ ਹੁਣ ਡੁੱਬੂ ਵੀਰੇ ਵੀਰੇ ਉਹ ਵੀਰਾ ਤਾਂ ਹੁਣ ਡੁੱਬੂ ਹੀ ਡੁੱਬੂ ਦੇਖੋ ਮੇਰੀ ਭਾਵ ਮੇਰੀ ਇੱਕ ਗੱਲ ਕੰਨ ਖੋਲ ਕੇ ਸੁਣ ਲਓ ਜੇ ਮੇਰੇ ਭਰਾ ਨੂੰ ਕੁਝ ਹੋ ਗਿਆ ਨਾ ਤਾਂ ਇਸ ਘਰ ਚ ਤਬਾਹੀਆਂ ਮਚ ਜਾਣਗੀਆਂ ਦੇਖ ਲਓ ਮੇਰੀ ਗੱਲ ਤਾਂ ਵਿਚਾਰਾ ਮੇਰਾ ਵੀਰ ਚਲੋ ਠੀਕ ਹੈ ਹੁਣ ਤਾਂ ਫਿਰ ਭਈਆ ਦੂਜੀ ਮਨਾਇਆ ਕਰੀ ਕਰਵਾ ਚੌਥ ਤਾਂ ਤੇਰਾ ਗਿਆ ਤੇ ਨਾ ਪਾਰੀ ਜੀਤੇ ਸਾਲਾ ਤੇਰੇ ਮਾਪਿਓ ਪੜੇ ਲਿਖੇ ਨਹੀਂ ਗਏ ਘਾਟੀ ਥੋੜਾ ਮਤਲਬ ਜਿੱਦਾਂ ਅੰਡਰ ਮੈਟ੍ਰਿਕ ਤਾਂ ਹੀ
ਜੇ ਪੜ੍ਹੇ ਲਿਖੇ ਹੁੰਦੇ ਘੱਟੋ ਘੱਟ ਤੈਨੂੰ ਇਹਨਾਂ ਤਾਂ ਸਿਖਾਉਂਦੇ ਵੀ ਕਿਸੇ ਦੇ ਘਰੇ ਆਉਣ ਤੋਂ ਪਹਿਲਾਂ ਬਿੱਲ ਮਾਰੀ ਦੀ ਹੁੰਦੀ ਆ। ਤੂੰ ਬਿੱਲ ਮਾਰੀ ਨੂੰ ਰੋਂਦੇ ਆ, ਮੇਰੀ ਮੱਤ ਮਾਰੀ ਪਈ ਆ। ਪਾਗਲਾ, ਮੈਂ ਤੈਨੂੰ ਮੁਬਾਰਕ ਦੇਣ ਆਇਆ, ਤੇਰੀ ਪ੍ਰਮੋਸ਼ਨ ਹੋ ਗਈ ਆ। ਥੈਂਕ ਯੂ। ਵੈਸੇ ਮੈਂ ਲੱਗਾ ਕੀ ਆ ਵੀ ਜਿਹੜੀ ਮੇਰੀ ਪ੍ਰਮੋਸ਼ਨ ਹੋ ਗਈ? ਨਹੀਂ, ਉਹ ਤੂੰ ਇੱਕ ਵਾਰੀ ਸਾਲਾ ਬਣ ਕੇ ਗਿਆ ਸੀ ਨਾ ਰਿਸ਼ਤਾ ਤੜਾਉਣ ਵਾਸਤੇ, ਐਰਕੀ ਜੀਜਾ ਬਣ ਕੇ ਜਾ ਰਿਹਾ ਰਿਸ਼ਤਾ ਤੜਾਉਣ ਵਾਸਤੇ, ਚੱਕ ਪ੍ਰਮੋਸ਼ਨ। ਇੱਥੇ ਰੱਖ, ਹੁਣ ਕਿਹਦੇ ਢੋਲ ਦਾ ਪੜਾ ਪਾੜਨਾ? ਮੇਰੇ ਸਾਲੇ ਦਾ ਹੀ ਦੁਬਾਰ ਤੋਂ। ਉਹ ਸਾਲਿਆ, ਜੀ ਲੈਣ ਦੇ ਉਹਨੂੰ, ਆਪਦੇ ਦੋ ਦੋ ਕਰਾਈ ਫਿਰਦਾ, ਉਹਦਾ ਇੱਕ ਨਹੀਂ ਹੋਣ ਦਿੰਦਾ। ਜੇ ਮੇਰੇ ਸਾਲੇ ਦਾ ਇੱਕ ਆਹ ਰਿਸ਼ਤਾ ਨਾ ਟੁੱਟਿਆ ਤੇ ਮੇਰੇ ਦੋਵੇਂ ਟੁੱਟ ਜਾਣੇ, ਤੈਨੂੰ ਮੈਂ ਦੱਸਾਂ। ਆਹ ਵੇਖ ਲੈ, ਮਿੰਨਤ ਵਾਲੀ ਗੱਲ ਆ ਯਾਰ, ਚਲਾ ਜਾ। ਵੈਸੇ ਇਹੋ ਜਿਹੇ ਕੰਮ ਦੇ ਪੈਸੇ ਪੂਸੇ ਲੈਂਦੇ ਚੰਗੇ ਤਾਂ ਲੱਗਦੇ ਨਹੀਂ। ਨਹੀਂ ਨਹੀਂ, ਪੈਸੇ ਨਹੀਂ ਹੈਗੇ, ਐਡਰੈਸ ਹੈ ਉੱਥੇ ਜਿੱਥੇ ਜਾਣਾ। ਕਿੱਥੇ ਫਸ ਗਿਆ ਬਾਪੂ ਮੈਂ? ਬੰਦੇ ਮਾਰਨ ਵਾਲਾ ਬੰਦਾ ਸਾਲਾ ਲੋਕਾਂ ਦੀਆਂ ਭਾਨੀਆਂ ਮਾਰਦਾ ਫਿਰਦਾ। ਹੋ ਜਾਏਗਾ ਨਾ ਕੰਮ? ਥੈਂਕ ਯੂ ਸੋ ਮਚ। ਭਾਰੀ ਭੈਣ ਤੋਂ ਮੰਗੀ ਸੀ, ਦੇ ਭਰਾ ਗਿਆ। ਚਲੋ, ਫੈਮਿਲੀ ਤਾਂ ਸਾਲੀ ਇੱਕ ਹੀ ਆ। ਹਾਂਜੀ, ਸਤਿ ਸ੍ਰੀ ਅਕਾਲ ਜੀ, ਬੈਠੋ। ਹਾਂਜੀ, ਲੋਕੀ ਮੈਨੂੰ ਚੀਮਾ ਕਹਿੰਦੇ ਨੇ। ਲੋਕੀ ਤਾਂ ਕੁਛ ਨਾ ਕੁਛ ਕਹਿੰਦੇ ਹੀ ਰਹਿੰਦੇ ਆ, ਪਰਵਾਹ ਨਹੀਂ ਕਰੀ ਦੀ ਹੁੰਦੀ, ਆਪੇ ਹਟ ਜਾਣਗੇ। ਓ ਨਹੀਂ ਨਹੀਂ, ਮੇਰਾ ਨਾਂ ਚੀਮਾ। ਲੈ, ਫਿਰ ਤਾਂ ਲੋਕਾਂ ਨੇ ਕਹਿਣਾ ਹੀ ਹੋਇਆ, ਗਲਤੀ ਤਾਂ ਫਿਰ ਆਪਣੀ ਹੈ ਸਾਰੀ। ਓ ਤੁਸੀਂ ਸਮਝ ਨਹੀਂ ਰਹੇ, ਮੈਨੂੰ ਕੈਪਟਨ ਮਨਿੰਦਰ ਨੇ ਭੇਜਿਆ। ਰੈਲੀ ਰੁੜ ਲਈ ਆ ਕੋਈ? ਓ ਕੈਪਟਨ ਸਾਹਿਬ ਨੇ ਨੀ, ਭੰਗੜੇ ਦੇ ਕੈਪਟਨ ਮਨਿੰਦਰ ਨੇ, ਮੈਂ ਉਹਦਾ ਜੀਜਾ ਆ। ਅੱਛਾ ਅੱਛਾ ਅੱਛਾ, ਤੁਸੀਂ ਵੀ ਉਹਦੇ ਨਾਲ ਭੰਗੜਾ ਪੰਗੜਾ ਪਾਉਂਦੇ ਹੋ? ਨਾ, ਆਪਣਾ ਤਾਂ ਬਿਜ਼ਨਸ ਸੈੱਟ ਹੈ ਜੀ, ਭੰਗੜੇ ਪੰਗੜੇ ਵਾਲੇ ਨੂੰ ਅੱਜ ਕੱਲ ਕੁੜੀ ਕੌਣ ਦਿੰਦਾ? ਜੇ ਭੰਗੜੇ ਵਾਲਿਆਂ ਨੂੰ ਕੋਈ ਕੁੜੀ ਨਹੀਂ ਦਿੰਦਾ ਤਾਂ ਤੁਸੀਂ ਇੱਥੇ ਕੀ ਕਰਨ ਆਏ ਹੋ? ਮੈਂ ਤਾਂ ਇਹੀ ਦੇਖਣ ਆਇਆ ਵੀ ਐਸਾ ਕਿਹੜਾ ਕਮੜਾ ਹੈ ਜਿਹੜਾ ਕੁੜੀ ਦੇਣ ਨੂੰ ਤਿਆਰ ਹੋ ਗਿਆ। ਬਦਤਮੀਜ਼ੀ ਹੈ। ਵਾਹ, ਤੁਸੀਂ ਤਾਂ ਬੜਾ ਮੇਰੇ ਆਉਂਦੇ ਦੇ ਮੂਹਰੇ ਰੂਹ ਅਫਜ਼ਾ ਕਰਤਾ, ਜਿਹੋ ਜਿਹੇ ਬਦਾਮ ਮੇਰੇ ਅੱਗੇ ਕੀਤੇ ਹੋਈ ਮੈਂ ਤੁਹਾਡੇ ਅੱਗੇ ਕਰਤੇ। ਤੁਸੀਂ ਮੇਰੀ ਦੁਕਾਨ ਤੇ ਆ ਕੇ ਮੇਰੀ ਬੇਇੱਜ਼ਤੀ ਕਰ ਰਹੇ? ਤੁਸੀਂ ਜਿੱਥੇ ਕਰਾਉਣੀ ਆਪਾਂ ਉੱਥੇ ਚਲੇ ਚੱਲਦੇ ਆ, ਖਰਚਾ ਮੇਰਾ। ਇਹਦਾ ਮਤਲਬ ਤੁਸੀਂ ਲੜਾਈ ਕਰਨ ਆਏ ਹੋ ਮੇਰੇ ਨਾਲ? ਨਾ ਜੀ, ਮੈਂ ਤਾਂ ਆਪਦੇ ਸਾਲੇ ਦਾ ਰਿਸ਼ਤਾ ਕਰਨ ਆਇਆ, ਲੜਾਈ ਤਾਂ ਤੁਸੀਂ ਕਰੀ ਜਾਂਦੇ ਹੋ। ਇਸ ਤਰ੍ਹਾਂ ਕਿਸ ਤਰ੍ਹਾਂ ਕਰਦੀ ਹੈ ਰਿਸ਼ਤਾ? ਤੁਹਾਡਾ ਸਾਲਾ ਕੰਮ ਤਾਂ ਕੋਈ ਕਰਦਾ ਨਹੀਂ। ਨਾ, ਤੁਸੀਂ ਛੜਕਣਾ ਕਰਦੇ ਹੋ, ਤੁਹਾਡੇ ਵੀ ਤਾਂ ਕਾਰੀਗਰੇ ਕਰਦੇ ਨੇ। ਅਸੀਂ ਕਿਉਂ ਕਰੀਏ ਕੰਮ, ਅਸੀਂ ਦੁਕਾਨ ਦੇ ਮਾਲਕ ਹੈ। ਵਾਹ, 50 ਰੁਪਏ ਮਹੀਨਾ ਕਿਰਾਏ ਤੇ ਕਿਸੇ ਦੀ ਦੁਕਾਨ ਦੱਬੀ ਹੈ, ਅਖੇ ਅਸੀਂ ਦੁਕਾਨ ਦੇ ਮਾਲਕ ਹਾਂ। ਏਦਾਂ ਤਾਂ ਮੇਰਾ ਸਾਲਾ ਵੀ 32 ਕਿੱਲਿਆਂ ਦਾ ਮਾਲਕ ਆ, ਉਹ ਕਿਉਂ ਕਰੇ ਕੰਮ? ਹੁਣ ਤਾਂ 32 ਕਿੱਲਿਆਂ ਦਾ ਮਾਲਕ ਅਸੀਂ। ਕਿੰਨੇ ਕਿੱਲੇ ਕਹੇ ਸੀ? 32। 32 ਕਿੱਲਿਆਂ ਦਾ ਕੱਲਾ ਮਾਲਕ ਹੈ ਉਹ? ਕੱਲਾ ਹੋਊਗਾ 32 ਕਿੱਲਿਆਂ ਦਾ ਮਾਲਕ, ਅਸੀਂ ਕੀ ਲੈਣਾ? ਚਲੋ ਠੀਕ ਹੈ, ਫਿਰ ਰਿਸ਼ਤੇ ਲਿਓ ਨਾ ਹੀ ਸਮਝੀਏ, ਮਾਲਕ ਚੜ੍ਹਦੀ ਕਲਾ ਚ ਰੱਖੇ। ਗੱਲ ਸੁਣ, ਹੱਡੀਆਂ ਤੋੜਨ ਵਾਲਾ ਬੰਦਾ ਅੱਜ ਪਹਿਲੀ ਵਾਰੀ ਰਿਸ਼ਤਾ ਤੋੜ ਕੇ ਆਇਆ, ਕਿੱਦਾਂ ਦਾ ਲੱਗ ਰਿਹਾ? ਚੇਂਜ ਜਿਹਾ ਲੱਗ ਰਿਹਾ, ਪਰ ਇੱਕ ਗੱਲ ਆ, ਮੇਰੀ ਤੋੜੀ ਹੱਡੀ ਭਾਵੇਂ ਜੁੜ ਜੇ, ਆ ਰਿਸ਼ਤਾ ਨਹੀਂ ਜੁੜਦਾ। ISI ਮਾਰਕਾ ਲਾ ਕੇ ਤੋੜਿਆ ਸਾਲਾ। ਮਾਰਕਾ ਤੇ ਪਤਾ ਨਹੀਂ ਸਾਲਿਆ, ਮੇਰਾ ਸਾਲਾ ਮਾਰਤਾ ਤੂੰ। ਚੱਲ ਬਹਿ ਜਾ। ਚੱਲ ਹੁਣ ਨਕਲੀ ਜਿਹਾ ਅਫਸੋਸ ਤਾਂ ਕਰ ਲਈਏ। ਐਂ ਕਰ, ਤੂੰ ਕਰ ਅਫਸੋਸ, ਮੈਂ ਬੀਅਰ ਫੜ ਕੇ ਲਿਆਉਣਾ। ਪਰ ਅਫਸੋਸ ਐਸਾ ਕਰੀ ਵੀ ਉਹਨੂੰ ਪਤਾ ਨਾ ਲੱਗੇ ਵੀ ਅੰਦਰੋਂ ਅੰਦਰੀ ਤੂੰ ਖੁਸ਼ ਹੈ। ਨੇਰੀਆਂ ਲਿਆ ਦੇਵਾਂਗੇ। ਹੈਲੋ ਹੈਲੋ ਸਾਲੇ ਵੀਰੇ, ਕੋਈ ਗੱਲ ਨੀ ਹੈ, ਟੈਨਸ਼ਨ ਨੀ ਲਈਦੀ ਹੁੰਦੀ, ਰੱਬ ਜੋ ਕਰਦਾ ਠੀਕ ਹੀ ਕਰਦਾ। ਜੀਜਾ ਜੀ, ਰੱਬ ਇਸ ਤੋਂ ਵਧੀਆ ਹੋਰ ਕੀ ਕਰੂ? ਲਵ ਯੂ ਟੂ ਮਚ ਜੀਜਾ ਜੀ, ਲਵ ਯੂ ਟੂ ਮਚ। ਸਾਲਾ ਹਿੱਲ ਗਿਆ ਲੱਗਦਾ। ਹਾਂ ਜੀਜਾ ਜੀ, ਹਰਲੀਨ ਦੇ ਡੈਡੀ ਰਿਸ਼ਤੇ ਲਈ ਮੰਨ ਗਏ। ਕੀ ਉਹ ਤਾਂ ਅੱਜ ਹੀ ਆ ਰਿਹਾ ਠਾਕਾ ਲਾਉਣ। ਠਾਕਾ? ਹਾਂਜੀ ਹਾਂਜੀ ਠਾਕਾ। ਕਮਾਲ ਕਰੀ ਜਾਣਾ, ਤੈਨੂੰ ਸਾਲੇ ਐਕਟਿੰਗ ਟਰਾਈ ਕਰਨੀ ਚਾਹੀਦੀ ਆ ਫਿਲਮਾਂ ਫਿਲਮਾਂ ਚ। ਉਹਨਾਂ ਨੇ ਤਾਂ ਫੇਸਬੁੱਕ ਤੇ ਮੇਰੀ ਫੋਟੋ ਵੀ ਅਪਲੋਡ ਕਰਤੀ, ਸਾਡਾ ਕਮਿੰਗ ਸੂਨ ਜੋਈ, ਅੱਜ ਆ ਰਿਹਾ ਮੰਗਣੀ ਕਰਨ ਤੇਰੀ ਸਾਲਿਆ। ਹਾਂਜੀ ਮੇਰੀ ਜੀਜਾ ਜੀ, ਤੂੰ ਨੀ ਬਚਦਾ। ਠੀਕ ਹੈ, ਕਮਾਲ ਦੀ ਗੱਲ ਆ, ਜਿੰਨਾ ਮਾੜਾ ਮੈਂ ਬੋਲ ਕੇ ਆਇਆ, ਉਹ ਏਦੂ ਬਾਅਦ ਤਾਂ ਬੰਦਾ ਤੁਹਾਡੇ ਘਰੇ ਮਰੇ ਤੇ ਬੈਣ ਪਾਉਣ ਨਾ ਆਵੇ, ਉਹ ਸ਼ਗਨ ਪਾਉਣ ਆ ਰਿਹਾ। ਮੈਨੂੰ ਤਾਂ ਕੁੜੀ ਦੇ ਕਰੈਕਟਰ ਤੇ ਸ਼ੱਕ ਹੋ ਰਿਹਾ, ਪਤਾ ਕਰਾ ਲਾ ਵੀ ਠੀਕ ਆ ਕਿ ਨਹੀਂ। ਉਹ ਯਾਰ, ਕੁੜੀ ਜਿੱਦਾਂ ਦੀ ਮਰਜ਼ੀ ਹੋਵੇ, ਆਖਿਰ ਤੇ ਕਿਸੇ ਨਾ ਕਿਸੇ ਦੇ ਘਰ ਜਾਣੀ ਹੁੰਦੀ ਨਾ ਵਿਆਹ ਕੇ। ਹੈਲੋ, ਮੇਰੀ ਗੱਲ ਸੁਣ ਲੈ, ਹੁਣ ਮੇਰੀ ਥਾਂ ਤੇ ਮਨਿੰਦਰ ਦਾ ਜੀਜਾ ਬਣ ਕੇ ਨਾ ਇਹ ਵਿਆਹ ਤੂੰ ਹੀ ਭੁਗਤਾਏਗਾ, ਤਾਂ ਹੀ ਬਣੇਗਾ ਮੇਰਾ ਜੀਜਾ। ਸਾਲਾ ਆਪ ਜੀ, ਮੈਂ ਦੋ ਦੋ ਥਾਂ ਤੇ ਜੀਜਾ ਬਣਿਆ ਹੋਇਆ, ਮੈਨੂੰ ਪਤਾ ਨਹੀਂ ਕਿੱਥੇ ਕਿੱਥੇ ਜੀਜਾ ਬਣਾਊਗਾ।
सारा इंतजाम हर चीज अपने हथी सजाई दी सिर्फ वटी नहीं छड़ के लाड़ा भी सजा देने जे पेमेंट पूमेंट टाइम सर ना मिले ता कई बारी लाड़ा भी सजा देदा बहुत शुक्रिया चलो जी दैट्स वेरी गुड बस इंतजाम बढ़िया होना चाहिए था ले बढ़िया अगला पूरे जिले का सब तो बड़ा वेडिंग प्लानर है छे साल वारी नहीं आती लोगों की जेडे लाड़े वोटी अजे स्कूल च पढ़ते हैं ना नौवीं दसवीं च उन्हें एडवांस फड़ी बैठा वो तो संदीप मेरा यार बन गया जी बाय चांस अदरवाइज जी आ मटेंद्र मेरे को डायरेक्ट आंदा ना जी आ बिजू दे तौले आ जाने सीगे पर व्याह दी डेट नहीं सी मिलनी तौले तो साले तो हुण भी आए होए है डाई लाउंदा पर मैं थोड़ी कंपनी दा नाम नहीं सुनया जी कदे ना तो हले छोटे वीर मैं दस्या ही नहीं हुण तक किदे किदे व्याह करवाया जी सलमान खान दा नाम सुनया जी सुनया जी ओदे व्याह दा सारा इंतजाम आपां ही कीता पर ओदा तां हले व्याह ही नहीं होया छोटे एडवांस फड़िया हले ब्याह दी वारी तां हले 6 साल बाद आउणी ओदी छड्डो हुण तुसीं दसो की लोगे आ पेमेंट तां जी देखो चेक करा ही लवांगे जी नहीं मैं पूछ रही सी चाह कॉफी कुछ यार बीबियां नूं बड़ी प्रॉब्लम हुंदी सीधा चाह कॉफी च जाके वड़दी होर भी 100 गल्लां हुंदियां पुछण आईयां ओके तुहानूं कोई पुछे वेडिंग कौन प्लान कर रिहा की कहोगे ए मान लो उत्थे नहीं फेर ए ओ छड़ के अगले दा नाम ही पुछ लो सीधा गुड आईडिया सॉरी मैं तो थोड़ा नाम ही नहीं पुछया पुछो जी की नाम है थोड़ा बंदे नु गौरव जैन कहंदे ने जी ते गौरव जैन नु शॉर्ट च जी जे कहंदे ने जी आई लव यू जी जे जी जे नाइस नेम जी जे जी जे अरलीन जी इन्हें मेरे मित्र पवित्र कांग्रेचुलेशंस ये पापी जी थैंक यू जी खाओ पियो जी कुछ इंद्रजीत निकू दी बन के आंदे पग बन के घर ही छड्ड आंदे मेरी डोली तोरन तो बाद पी लेंदे क्यों आवे उठ पटांग बोली जाने मैं तो सोंगी भी नहीं मनिंदर हां जी एना नु मिलो ये मेरी फ्रेंड सोनिया ससिकाल जी ससिकाल जी मेरी प्यारी भाभी आगे ओ ससिकाल जी ससिकाल जी मैं सब चंगा होया तुसी भी बिना बुलाया आ गए जिथे इन्ने लोगों ने रोटी खानी है उथे तुसी भी छक लियो 1800 रुपए दी प्लेट है ਤਾਂ ਕੀ ਹੋ ਗਿਆ ਸਾਡੀ ਦੁਕਾਨ ਦਾ 3 ਸਾਲ ਦਾ ਕਿਰਾਇਆ ਕੱਟ ਲਿਓ ਤੁਸੀਂ ਤੁਹਾਡੀ ਰੋਟੀ ਦੀ ਇੱਕ ਪਲੇਟ ਦੇ ਪੈਸੇ ਪੂਰੇ ਹੋ ਹੀ ਜਾਣੇ ਇਹ ਮੇਰਾ ਦੋਸਤ ਹੈ ਜੀ ਮੈਂ ਬੁਲਾਇਆ ਚਲੋ ਨਾ ਵੀ ਬੁਲਾਇਆ ਹੁੰਦਾ ਅਸੀਂ ਕਿਹੜਾ ਮਾਈਂਡ ਕਰਨਾ ਸੀਗਾ ਮਾਈਂਡ ਹੁੰਦਾ ਤੇ ਤੁਸੀਂ ਘਰ ਜਾਣਾ ਸੀ ਪੱਕੀ ਗੱਲ ਹੈ ਚਲੋ ਛੱਡੋ ਇਹਨਾਂ ਗੱਲਾਂ ਨੂੰ ਕੁਲਫੀ ਜ਼ਰੂਰ ਖਾ ਕੇ ਜਾਇਓ ਫਲੂਦੇ ਵਾਲੇ ਉੱਪਰ ਨਾ ਗੂੰਦ ਕਤੀਰਾ ਪਵਾ ਲਿਓ ਤੁਸੀਂ ਇੱਥੇ ਕੀ ਕਰਦੇ ਪਏ ਹੋ ਮੇਰੀ ਫਰੈਂਡਸ ਕੱਲ ਦੀ ਪੁੱਛ ਰਹੇ ਨੇ ਕਿ ਮੇਰੇ ਹਸਬੰਡ ਕਿੱਥੇ ਨੇ दोस्ती चलो समझांदे क्यों नहीं कुछ मेरी जनानियां सुन दिया किसी की गल अच्छा डो तुसी दसो की काम सी चीजे एक ही तरीका होया बुलाण दा आ वीरे छड्डो आपा किसे नु अकल सिखाउण तो तरहे ओ चीजे अब आया एक मिनट हद है ए तां कल नू मैनू भी अद्दी वाचा मारू सोरे ओ सोरे आ दस मेरे सोरा साहब नु पुछ लो कन्यादान तां फेर भी हुंदा रहू जे कुट लाउणी है तां ला लैण लो आई दने आ ਐਂ ਦੱਸ ਤੈਨੂੰ ਕੋਈ ਤਮੀਜ਼ ਤਮੂਜ ਹੈ ਕਿ ਨਹੀਂ ਕਿਉਂ ਮੈਂ ਕੀ ਕਰਤਾ ਹੁਣ ਆਪਣੇ ਜੀਜਾ ਜੀ ਨੂੰ ਕਿਵੇਂ ਬੁਲਾਉਣਾ ਜਿਵੇਂ ਬੁਲਾਈਦਾ ਉਵੇਂ ਬੁਲਾਉਣਾ ਇੱਕ ਮਿੰਟ ਜੀਜੇ ਬੋਲ ਇਹ ਨੇ ਮੇਰੇ ਸਹੁਰਾ ਸਾਹਿਬ ਉਹ ਤੇਰਾ ਦਿਮਾਗ ਠੀਕ ਹੈ ਇਹਨੂੰ ਤਾਂ ਪਤਾ ਹੈ ਚਲੋ ਆ ਤਾਂ ਵਧੀਆ ਹੈ ਤੁਸੀਂ ਸਾਰੇ ਕੰਮ ਛੱਡ ਕੇ ਮੇਰੇ ਸਹੁਰਾ ਸਾਹਿਬ ਦੇ ਅੱਗੇ ਪਿੱਛੇ ਰਹਿਣਾ ਜੀਜੇ ਓਏ ਤੂੰ ਤਮੀਜ਼ ਸਿੱਖ ਲੈ ਨਹੀਂ ਤਾਂ ਹੱਦ ਹੋ ਗਈ ਡੈਡੀ ਇੱਕ ਤਾਂ ਤੁਹਾਡੀ ਸੇਵਾ 'ਚ ਬੰਦਾ ਲਾ ਰਿਹਾ ਉਹ ਤਾਂ ਮੈਨੂੰ ਕਿਵੇਂ ਜਾਣੀ ਖੁਸ਼ੀ ਦੇ ਮੌਕੇ ਤੇ ਐਦਾਂ ਮੂੰਹ ਬਣਾ ਕੇ ਨਾ ਫਿਰੋ ਸਗੋਂ ਇੰਜੋਏ ਕਰੋ ਤੇ ਜੀਜਾ ਜੀ ਨੂੰ ਵੀ ਦੋ ਪੈਗ ਲਵਾਓ ਹੁਣ ਠੀਕ ਹੈ ਜੀਜਾ ਜੀ ਜੀਜੇ ਓਏ ਯਾਇਲਾ ਆਪ ਲੋਗ ਐਸੇ ਕਿਉਂ ਦੇਖ ਰਹੇ ਅਗਰ ਡਾਂਸ ਅੱਛਾ ਲਗਾ ਤਾਂ ਤਾਲੀਆਂ ਦੇ ਵਜਾ ਸ਼ੁਕਰੀਆ ਮਿਹਰਬਾਨੀ ਸੋ ਅਸਲੀ ਰਿਤਿਕ ਰੋਸ਼ਨ ਤੋਂ ਵੀ ਵਧੀਆ ਡੁਪਲੀਕੇਟ ਰਿਤਿਕ ਰੋਸ਼ਨ ਤੋਂ ਬਾਅਦ
सिंग इज किंग ते डांस करने सारे तैयार हो जाओ, क्योंकि आ रहे ने बॉलीवुड के सब तो वड्डे स्टार अक्षय कुमार। हां जी भ्राओ ते भैणो, आ रहे ने अक्षय कुमार दे डुप्लीकेट अक्षय कुमार। कोट फट गया तेरा? ओए मामा फट गया ते की होया है? सिंग इज किंग वेले सोया सी, इन्ने सालां च ते फिल्मां दे प्रिंट कास जांदे ने ते फिर भी कोट है ते मामा रफू नहीं कराया जांदा? ओ किथों किथों रफू करावा, सब जगह तो फट गया है। नाले एक व्याज 10 वारी सिंग इज किंग दी आइटम करवा लेने मेरे कोलो। इनू देखो किथे अक्षय कुमार नालो लंडन वाली कैटरीना कैफ है, इत्थे मेरे नाल लांडरा वाली भोली भेज देंदे ने। ए देखो किस तरह चिकन खा रही है, लगदा पूरा पोल्ट्री फार्म खा जाऊगी। जिन्नी तेरी प्रैक्टिस हो गई है ना खान दी, तू दंदा नाल सरिया मोड़न दी आइटम ला कर भोलिए। लाओ जी बना रहे ने अक्षय कुमार तुहानू लुटन। लुटन नू मैं झोणा मोड़ा? ओ साले नू किन्नी वारी समझा स्टेज लुटन कहिदा है ते मामा स्टेज लुट ला जाके हुण मजा ही किरकिरा करता सारे। बख्शी यार बख्शिया, सिंह इस किंग वाली सीढ़ी फंस गई। पहला मेरा कोट फट गया, वो तो मेरी सीढ़ी फंस गई, मेरी तो जिंदगी खराब कर दी तुसी लोकां ने। जा जाके पिंड वाली सीढ़ी ला जल्दी मार। ओ देख मनिंदर, ओ सीढ़ी लाती, 2 मिनट और लगने स्टेज साहब उन तक। मारो एक धरती ते दो मावा, एक मां ने दिल्ली चांदनी चौक पे जमया ओ अक्षय कुमार, दूजी मां ने जग्गू चौक जलंधर विच जमया ए तुहाडा अपना अक्षय कुमार, एक आसमान ते दूजा धरती। परवरदिगार जदों करण ते आउंदा है जमीन आसमान एक कर दिंदा है। किसी दी मां भैन एक करनी ते बहुत सौखा है, पर कोई मर्द ही होंदा है जेड़ा जमीन आसमान एक कर दिंदा है। वैसे तुहाडे अक्षय कुमार दे उत्ते रब दी बड़ी कृपा है। अक्षय कुमार तां फिर भी 50 दिन साल दे विच वेला बैठा होंदा है, पर ए तुहाडा अपना अक्षय कुमार 365 दिन ए पूरा दा पूरा 365 दिन काम करदा है। ਉਹਦੇ ਉੱਤੇ ਤੇ 1 ਰੁਪਿਆ ਕੋਈ ਨਹੀਂ ਸੁੱਟਦਾ। ਤੁਹਾਡੇ ਬੰਦੇ ਉੱਤੇ 10-10 ਦੇ ਨੋਟ ਲੋਕੀ ਮੂੰਹ ਤੇ ਮਾਰਦੇ ਨੇ। ਇੱਕ ਹੋਰ ਮੈਂ ਗੱਲ ਦੱਸਣਾ ਤੁਹਾਨੂੰ ਸਾਰਿਆਂ ਨੂੰ। ਛੱਡੋ ਕੀ ਦੱਸਾਂਗਾ ਮੈਂ ਤੁਹਾਨੂੰ, ਉਹ ਬੁਲਾ ਬਈ ਡਾਂਸਰ ਮੁੰਡਿਆਂ ਨੂੰ ਕੁੜੀਆਂ ਨੂੰ, ਚਲੋ ਲਿਆ ਬਈ ਉਸਤਾਦ ਲਿਆ, ਜਲਦੀ ਜਾਣਾ ਮੈਂ। ਆ ਚੱਕ ਬਖਸ਼ਿਆ 5,000। ਓਏ ਇੰਨੀ ਵੀ ਜਲਦੀ ਨਹੀਂ ਜਾਣਾ, ਪੂਰੀ ਪੇਮੈਂਟ ਦਿਓ ਮੇਰੀ। ਔਰ ਜਿਹੜੇ ਦਸਾਂ ਦਸਾਂ ਨਾਲ ਗੀਜੇ ਭਰਿਆ ਇਹਨੂੰ ਪੂਰੀ ਹੋ ਸਮਝ। ਚੰਕੀ ਪਾਂਡੇ ਦਾ ਡੁਪਲੀਕੇਟ ਸਮਝਿਆ ਤੁਸੀਂ ਮੈਨੂੰ? ਹੈ ਇਹ ਗਲਤ ਗੱਲ ਹੈ, ਤੁਸੀਂ ਮੈਨੂੰ ਕਿਹਾ ਸੀ ਖੁਸ਼ ਕਰਕੇ ਭੇਜੋਗੇ। ਨਾ ਖੁਸ਼ ਕਰਨ ਨੂੰ ਤੈਨੂੰ ਹੁਣ ਚੁਟਕਲੇ ਸੁਣਾਈਏ ਅਸੀਂ? ਓਏ ਜਿੰਨੇ ਅਸੀਂ ਸੋਚੇ ਸੀ ਉਹਨੇ ਸ਼ਗਨ ਪਏ ਨਹੀਂ। ਸਹੀ ਗੱਲ ਹੈ ਬਾਜੀ, ਸ਼ਗਨ ਵਾਲੇ ਲਿਫਾਫੇ ਤਾਂ ਕਾਫੀ ਖਾਲੀ ਨਿਕਲੇ। ਨਾ ਉਹ ਮੇਰੀ ਗਲਤੀ ਹੈ, ਮੈਂ ਪਾਉਣੇ ਸੀ ਸ਼ਗਨ। ਮੈਨੂੰ ਮੇਰੇ 10,000 ਹੱਥੇ ਚ ਰੱਖੋ, ਤੁਸੀਂ ਨਹੀਂ ਜਾਣਦੇ ਮੈਨੂੰ। ਜੇ ਮੈਨੂੰ ਅਕਸ਼ੈ ਕੁਮਾਰ ਵਰਗਾ ਡਾਂਸ ਆਉਂਦਾ ਤੇ ਉਹਦੇ ਵਰਗਾ ਐਕਸ਼ਨ ਵੀ ਆਉਂਦਾ, ਸਮਝੇ ਨਾ? ਐਕਸ਼ਨ ਤੇ ਅਸੀਂ ਕਰਾਇਆ ਹੀ ਨਹੀਂ। ਡਾਂਸ ਮੈਂ ਪੈਸੇ ਮਿਲਣ ਤੇ ਕਰਦਾ, ਐਕਸ਼ਨ ਪੈਸੇ ਨਾ ਮਿਲਣ ਤੇ। ਉਹ ਭਾਜੀ ਸਮਝਾ ਕਰੋ ਮੇਰੀ ਪ੍ਰੋਬਲਮ, ਮੈਂ ਵਿਆਹਿਆ ਹੋਇਆ। ਲੈ ਤੂੰ ਤੇ ਯਾਰ ਇੱਕ ਥਾਂ ਤੇ ਵਿਆਹਿਆ ਹੋਏਗਾ, ਇੱਧਰ ਦੋ ਥਾਵਾਂ ਤੇ ਵਿਆਹੇ ਫਿਰਦੇ ਹਾਂ ਅਸੀਂ। ਉਹ ਤੁਹਾਨੂੰ ਲੋਕਾਂ ਨੂੰ ਕੀ ਪਤਾ ਇੱਕ ਡੁਪਲੀਕੇਟ ਦੀ ਲਾਈਫ ਕੀ ਹੁੰਦੀ ਹੈ। ਸਾਨੂੰ ਨਾ ਦੱਸ ਵੀਰੇ, ਤੂੰ ਤਾਂ ਇੱਕ ਦਾ ਡੁਪਲੀਕੇਟ ਆ, ਮੈਂ ਤਾਂ 3-3 ਦਾ ਡੁਪਲੀਕੇਟ ਆ। ਸਾਲਿਓ ਹਰ ਗੱਲ ਵਧਾ ਵਧਾ ਕੇ ਦੱਸੀ ਜਾਂਦੇ ਹੋ, ਪਰ ਪੈਸੇ ਨਹੀਂ ਵਧਾਉਂਦੇ ਹੋ। ਬੇਸ਼ਰਮੋ ਮੇਰੇ ਨਾਲ ਚੱਲਿਆ ਕਰੋ, ਮੈਂ ਜਦੋਂ ਨੱਚਿਆ ਕਰਾਂ ਤੁਸੀਂ ਪੈਸੇ ਇਕੱਠੇ ਕਰਕੇ ਆਪਣੇ ਕੋਲ ਰੱਖਿਆ ਕਰੋ। ਗਰੀਬ ਬੰਦੇ ਦੀ ਬਦਦੁਆ ਲੱਗੇਗੀ, 2 ਵਾਰੀ ਵਿਆਹ ਕਰਾਣਾ ਤੂੰ, ਤੂੰ 2 ਵਾਰੀ ਫਸੇਗਾ, ਡਬਲ ਫਸੇਗਾ ਤੂੰ। ਤੂੰ ਦੰਦ ਨਾ ਕੱਢ, ਤੂੰ 3 ਬੰਦਿਆਂ ਦਾ ਡੁਪਲੀਕੇਟ ਹੈ ਨਾ, ਤੂੰ ਮਾਮਾ 3 ਵਾਰੀ ਫਸੇਗਾ। ਕੁੱਤਿਓ ਉਹ ਸਾਲੇ ਦੀ ਬਦਦੁਆ ਲੱਗ ਤਾਂ ਨਹੀਂ ਜਾਊਗੀ। ਸਾਲਾ ਆਪ ਡੁਪਲੀਕੇਟ ਹੈ, ਇਹਦੀ ਬਦਦੁਆ ਵੀ ਡੁਪਲੀਕੇਟ ਹੀ ਹੋਣੀ ਹੈ। ਮਨਿੰਦਰ ਤੁਸੀਂ ਵੀ ਵਿਆਹ ਲਈ ਕੁਝ ਲੈ ਲੋ, ਸਾਰਾ ਕੁਝ ਤੇ ਮੈਂ ਲਿਆ। ਮੈਂ ਪੰਗਾ ਲਿਆ ਤਾਂ ਹੋਇਆ ਵਿਆਹ ਵਾਲਾ। ਤੁਸੀਂ ਵਿਆਹ 'ਚ ਪੰਗਾ ਪਾ ਕੇ ਆਓਗੇ? ਮੈਂ ਤਾਂ ਕੀ ਪੰਗਾ ਪਾਉਣਾ, ਰੱਬ ਨਾ ਪੰਗਾ ਪਾਵੇ। ਟੈਟੂ ਆਹ ਬਾਂਹ ਦੇ ਨਾਲ ਲਿਖਾਈਏ ਪ੍ਰੀਤੇ ਮਨਿੰਦਰ। ਪਾਗਲ ਹੋ ਗਈ ਤੂੰ, ਬਾਂਹ ਤੇ ਨਾ ਤਾਂ ਉਹ ਲਿਖਵਾਉਂਦੇ ਨੇ ਜਿਹਨੂੰ ਗੁਆਚਣ ਦਾ ਡਰ ਹੋਵੇ। ਉਹ ਆਪਾਂ ਇੱਕ ਦੂਜੇ ਦਾ ਨਾਂ ਲਿਖਵਾਂਗੇ ਨਾ, ਤੁਸੀਂ ਪ੍ਰੀਤ ਤੇ ਮੈਂ ਮਨਿੰਦਰ, ਪਰਮਾਨੈਂਟ। ਪਾਗਲ ਹੋ ਗਈ ਪਰਮਾਨੈਂਟ, ਜੇ ਕੱਲ ਨੂੰ ਆਪਣਾ ਤਲਾਕ ਹੋ ਗਿਆ ਤੇਰੇ ਦੂਜੇ ਘਰ ਵਾਲੇ ਤੇਰੀ ਬਾਂਹ ਨਹੀਂ ਫੜਨੀ ਹੈਗੀ। ਵਿਆਹ ਤੋਂ ਪਹਿਲੇ ਤੁਸੀਂ ਤਲਾਕ ਦੀਆਂ ਗੱਲਾਂ ਕਰ ਰਹੇ ਹੋ, ਮੈਂ ਤੇ ਲਿਖਾਉਂਗੀ। ਅੱਛਾ ਜਾ
ਕੱਚੇ ਰੰਗ ਨਾਲ ਲਿਖਵਾ ਲਾ। ਕੱਚੇ ਰੰਗ ਨੂੰ ਉਹ ਚੁਨੀਆ ਰੰਗ ਦਾ ਪਿਆ। ਉਹ ਚੱਲ ਜੇ ਲਿਖਾਉਣਾ ਹੀ ਆ ਤਾਂ ਲਿਖਾ ਜੋ ਜੀਤਾ ਉਹੀ ਸਿਕੰਦਰ। ਸਿਕੰਦਰ ਕਿਉਂ? ਜੋ ਜੀਤਾ ਵਹੀ ਮਨਿੰਦਰ। ਉਹ ਜੋ ਜੀਤਾ ਉਹ ਮਨਿੰਦਰ ਨਹੀਂ ਹੈਗਾ। ਲੋਕੀ ਲਿਖਾਉਂਦੇ ਇੱਕ ਦੂਜੇ ਦਾ ਨਾਮ, ਮੈਂ ਵੀ ਲਿਖਾਉਂਗੀ। ਦਿਲ ਤੇ ਲਿਖਾਉਂਦੇ ਨੇ, ਲੜੇ ਲਿਖਾਉਂਦੇ ਕੀ, ਫੀਲਿੰਗਸ ਹੁੰਦੀਆਂ ਨੇ। ਗਾਣੇ ਨਹੀਂ ਸੁਣਿਆ ਕੇ ਦਿਲ ਤੇ ਲਿਖਿਆ ਤਰ੍ਹਾਂ ਨਾ, ਕਦੇ ਸੁਣਿਆ ਬਾਹ ਤੇ ਲਿਖਿਆ ਤਰ੍ਹਾਂ ਨਾ, ਸਾਲਾ ਧੋਣ ਕੇ ਪਿੱਛੇ ਲਿਖਿਆ ਤਰ੍ਹਾਂ ਨਾ। ਚੀਮਾ ਜੀ, ਚੀਮਾ ਜੀ। ਵਾਹ ਪ੍ਰੀਤ, ਚੀਮਾ ਜੀ ਵਾਹ। ਪਹਿਲਾ ਬੰਦਾ ਦੇਖਿਆ ਜਿਹੜਾ ਕੁੜੀ ਨੂੰ ਉਹਦੇ ਗੋਦ ਤੋਂ ਬੁਲਾ ਰਿਹਾ, ਚੀਮਾ ਜੀ ਚੀਮਾ ਜੀ। ਵੈਸੇ ਪ੍ਰੀਤ ਚੀਮਾ ਜੀ ਹੈ ਕੌਣ? ਸਾਡੇ ਕਿਰਾਏਦਾਰ। ਤੁਸੀਂ ਨਾ ਬੋਲਿਓ ਬੇਟਾ ਜੀ, ਪਲੀਜ਼। ਚੀਮਾ ਜੀ, ਭਾਬੀ ਜੀ ਨੂੰ ਪਤਾ ਕਿ ਤੁਸੀਂ ਇੱਥੇ ਹੋ? ਤੁਸੀਂ ਫੇਰ ਵਿੱਚ ਕਿਉਂ ਨਹੀਂ ਬੋਲ ਰਹੇ? ਮੈਂ ਸਿਰਫ ਤੁਹਾਡੇ ਕਰਕੇ ਰਿਸ਼ਤੇ ਨੂੰ ਮੰਨੇ। ਤੁਸੀਂ ਕੌਣ ਹੁੰਦੇ ਹੋ ਮੰਨਣ ਨਾ ਮੰਨਣ ਵਾਲੇ? ਕਿਰਾਏਦਾਰ ਹੋ, ਕਿਰਾਏਦਾਰ ਹੋ। ਐਵੇਂ ਮੇਰੀ ਜ਼ਬਾਨ ਨਾ ਖਿਲਾ, ਕਿਉਂ ਲੱਗੀ ਹੈ ਕਿਸੇ ਦਾ ਘਰ ਪੱਟਣ? ਤੇਰੀ ਮਾਂ ਤੇਰੇ ਵਿਆਹ ਦੀਆਂ ਤਿਆਰੀਆਂ 'ਚ ਲੱਗੀ ਹੋਈ ਹੈ, ਸਬਰ ਕਰ ਲੈ, ਤੇਰਾ ਆਪਦਾ ਆਜੂ। ਹੱਦੇ, ਤੁਹਾਨੂੰ ਕਿਰਾਇਆ ਵਧਾਉਣ ਲਈ ਕੀ ਕਹਿ ਦਿੱਤਾ? ਤੁਸੀਂ ਏਦਾਂ ਦੀਆਂ ਹਰਕਤਾਂ ਦੇ ਉੱਤਰ ਹੈ, ਦੱਸਣੀ ਆਵੇ ਵੀਰ ਜੀ ਨੂੰ, ਛੱਡਣਗੇ ਨਹੀਂ ਤੁਹਾਨੂੰ। ਤੁਸੀਂ ਖੜੇ ਹੋਏ, ਕੁਝ ਬੋਲਦੇ ਕਿਉਂ ਨਹੀਂ? ਮੰਮੀ ਨੇ ਕਿਹਾ ਸੀ ਬਗਾਨਿਆਂ ਦੇ ਮੂੰਹ ਨਹੀਂ ਲੱਗੀਦਾ, ਚੱਲ ਆਪਾਂ ਚੱਲੀਏ। ਬਗਾਨੇ? ਅੱਜ ਆਪਣੇ ਹੋਏ ਬਗਾਨੇ? ਜੇ ਤੈਨੂੰ ਤੇਰੇ ਘਰ ਦੇ ਵਿੱਚ ਹੀ ਬਗਾਨਾ ਨਾ ਨਾ ਕੀਤਾ ਤਾਂ ਮੈਨੂੰ ਕਹੀ। ਮਨਿੰਦਰ ਏ, ਮਨਿੰਦਰ ਏ। ਕੌਣ ਏ? ਬੀਬਾ ਜੀ। ਡੈਡੀ ਜੀ। ਓ ਸਤਿ ਸ਼੍ਰੀ ਅਕਾਲ ਅੰਕਲ। ਹਾਂ ਜੀ, ਸਤਿ ਸ਼੍ਰੀ ਅਕਾਲ। ਗੱਲ ਦੱਸਣ ਵਾਲੀ ਤਾਂ ਨਹੀਂ, ਪਰ ਦੱਸਣੀ ਪੈਣੀ ਹੈ। ਕੀ ਹੋ ਗਿਆ ਅੰਕਲ? ਤੁਹਾਡੇ ਘਰ ਵਾਲੇ ਦਾ ਮੇਰੇ ਦੁਕਾਨ ਮਾਲਕਾਂ ਦੀ ਕੁੜੀ ਨਾਲ ਭੜੀਕਾ ਹੈ। ਭੜੀਕਾ? ਡੈਡੀ, ਕਿੱਦਾਂ ਦੀ ਛੀ ਵਰਡਿੰਗ ਯੂਜ਼ ਕਰ ਰਹੇ ਹੋ ਤੁਸੀਂ? ਦੀਦੀ, ਤੁਹਾਨੂੰ ਮੈਂ ਦੱਸਦੀ ਹਾਂ, ਇਹਨਾਂ ਦੇ ਕਹਿਣ ਦਾ ਮਤਲਬ ਹੈ ਕਿ ਜੀਜਾ ਜੀ ਦਾ ਦੁਕਾਨ ਮਾਲਕਾਂ ਦੀ ਕੁੜੀ ਦੇ ਨਾਲ। ਡੈਡੀ, ਤੁਹਾਡਾ ਦਿਮਾਗ ਤਾਂ ਨਹੀਂ ਖਰਾਬ ਹੋ ਗਿਆ? ਕੀ ਬੋਲ ਰਹੇ ਹੋ ਤੁਸੀਂ? ਅੰਕਲ, ਕਿਹਨੇ ਦੱਸਿਆ ਤੁਹਾਨੂੰ? ਮੈਂ ਆਪ ਹੁਣੇ ਦੋਹਾਂ ਨੂੰ ਇਕੱਠੇ ਦੇਖ ਕੇ ਆਇਆ। ਹੁਣੇ? ਹਾਂ, ਇੱਕ ਮਿੰਟ। ਸਾਰੇ ਬੈਠੇ ਗੱਲ ਕਰੋ ਜਿਹੜੀ ਹੈਗੀ ਆ ਵਿੱਚੋਂ। ਅੰਕਲ, ਹੁਣ ਬੋਲਦੇ ਕਿਉਂ ਨੀ? ਹੁਣੇ ਤੁਸੀਂ ਕਹਿ ਰਹੇ ਸੀ ਮੇਰੇ ਹਸਬੈਂਡ ਦਾ ਇੱਥੇ ਉੱਥੇ ਕੋਈ ਚੱਕਰ, ਪਤਾ ਨੀ ਕੀ। ਇੱਕ ਮਿੰਟ, ਗੱਲ ਕੀ ਵਿੱਚੋਂ? ਮੈਨੂੰ ਲੱਗਦਾ ਡੈਡੀ ਦੇ ਪੈਣਗੇ ਅੱਜ। ਕੁੜੀ ਕੌਣ ਹੈ? ਕਹਿੰਦੇ ਇੱਥੇ ਦੁਕਾਨ ਮਾਲਕਾਂ ਦੀ ਕੁੜੀ ਦੇ ਨਾਲ ਚੱਕਰ ਹੈ। ਡੈਡੀ, ਇੱਥੇ ਵੀ ਕਰਾ ਦੀ ਬੇਇੱਜ਼ਤੀ। ਮੈਂ ਸੌਰੀ ਕਹਿ ਤਾਂ ਦਿੱਤਾ, ਹੋ ਸਕਦਾ ਮੇਰੇ ਤੋਂ ਦੇਖਣ ਵਿੱਚ ਮੈਨੂੰ ਭੁਲੇਖਾ ਲੱਗਿਆ ਹੋਵੇ। ਨਹੀਂ, ਦੇਖਣ ਚ ਭੁਲੇਖਾ ਲੱਗਣ ਦਾ ਕੀ ਮਤਲਬ ਯਾਰ? ਤੁਸੀਂ ਆ ਇਹਨਾਂ, ਤੁਸੀਂ ਕੁਇੰਟਲ ਸੋਨਾ ਪਾਇਆ ਗੱਲ ਦੇ ਵਿੱਚ, ਇਹਦੇ ਚੋਂ ਇੱਕ ਅੱਧਾ ਤੁੜਾ ਕੇ ਅਣਕ ਲਵਾਓ ਅੱਖਾਂ ਤੇ। ਹੈਂ, ਐਦਾਂ ਕੀ? ਇੰਨਾ ਪਸੀਨਾ? ਵੈਸੇ ਤਾਂ ਸਿਰਫ ਘਬਰਾਹਟ ਚ ਹੀ ਪਸੀਨਾ ਆਉਂਦਾ, ਅੱਜ ਦੇਖੋ ਗੁੱਸੇ ਚ ਵੀ। ਅੱਜ ਮੈਨੂੰ ਗੁੱਸੇ ਚ ਹੀ ਘਬਰਾਹਟਾਂ ਹੋ ਰਹੀਆਂ। ਅਨੂ, ਦਾਜ ਦਾ ਤਾਂ ਮੈਨੂੰ ਲੱਗਦਾ ਸਾਰਾ ਸਮਾਨ ਪੈਕ ਹੋ ਗਿਆ ਹੈ ਨਾ? ਹਾਂਜੀ ਮੰਮੀ ਜੀ, ਬਸ ਤੁਸੀਂ ਉਹ ਗੋਦਰੇ ਦੀ ਸੇਫ ਵਿੱਚੋਂ ਨਾ ਜੁਲਰੀ ਲੈ ਲਓ। ਹਾਂ ਸੱਚ, ਉਹ ਤਾਂ ਭੁੱਲ ਹੀ ਗਈ। ਅਨੂ, ਇਹ ਚੂੜੀਆਂ ਕਿੱਥੇ ਨੇ? ਮੰਮੀ ਜੀ, ਸਾਰਾ ਕੁਝ ਇੱਥੇ ਰੱਖਿਆ ਸੀ। ਪਰ ਚੂੜੀਆਂ ਦੇ ਵਿੱਚ ਹੈ ਹੀ ਨਹੀਂ। ਚੋਰੀ ਤਾਂ ਨਹੀਂ ਹੋ ਗਿਆ? ਹਾਏ ਹਾਏ, ਗੋਦਰੇਜ ਦੀ ਸੇਫ ਚੋਂ ਕੋਈ ਭੂਤ ਨਹੀਂ ਚੋਰੀ ਕਰ ਸਕਦਾ, ਬੰਦਾ ਕਿੱਦਾਂ ਕਰ ਲੋ? ਤੁਸੀਂ ਫਿਰ ਮੇਹਰ ਸਿੰਘ ਅੰਕਲ ਨੂੰ ਫੋਨ ਕਰਕੇ ਪੁੱਛੋ, ਚੂੜੀਆਂ ਭੇਜੀਆਂ ਵੀ ਸੀ ਕਿ ਨਹੀਂ ਉਹਨਾਂ ਨੇ। ਹਾਂ, ਉਸੇ ਨੂੰ ਫੋਨ ਕਰਦੀ ਆ।
हेलो मेहर सिंह जी। हाँ जी बोल रहे हैं जी। मैं मिसेज चीमा बोल दिया। एक गहने चो चूड़िया तो मिलिया ही नहीं। भैन जी चूड़िया तो तैयार पई है, शामी दुकान बंद करके देना आ जूंगा। शाम का की फायदा, व्याह तो सवेर दा है। आज है व्याह ते होर की। भैन जी इन्ने महंगे गहने बनवाए, चार कार्ड होर छपवा लेंदे, एक अद्धा मेनू तो मिल जांदा। थानू कार्ड मिलिया ही नहीं। ले किथे, पर थाडा कार्ड तो अट कट के रखा सी। चलो इधर उधर हो गया, हुण असीं तां थोड़ी देर च पैलेस पहुंचण लगे आ। तुसीं इदां करो, चूड़िया लेके सीधा पैलेस पहुंच जाओ। जे मैं शहर दे सारे मैरिज पैलेसां च थानू लभूंगा फिर तो बहुत टाइम लग जू। तुसीं मैनूं पैलेस दा नाम पता दस दो, मैं सीधा उत्थे ही बजूंगा। तुसीं संधू पैलेस पहुंच जाओ। संधू पैलेस ठीक है। मुबारक जी, सिरे चक्को फोटो खिंचनी है जी। अब तू मेरी सिरे चक्क भी फोटो नहीं खिंची हैगी, ऐदां ही खिंच सिरे छा। भाई साहब चूड़ियां तो बहुत सोहनिया बनाईया ने। चलो हुण तुसी ना नाश्ता कर लो। चूड़ियां दे बदले किन्ना क नाश्ता कर लूं मैं, मरना थोड़ी है। तुसी पेमेंट ही कर दो। ओहो भाई साहब पेमेंट तो थोड़ी करनी होई है, आए हो इदां किद्दां जान देंगे नाश्ता कीते बिना। अच्छा होता वैसे नाश्ते दी तो भुख नहीं मैनू, मैं करके आया सीगा, लंच समझ के खा लूं मैं। मामा जी अपना नुकसान हो जाना है। नुकसान मंडी चो गिल्ली कणक चकनी है, सिरा ही चकना है। इन मिनट कुड़िया रिबन कटाने लाई नहीं करा जिन्या चकन लाई करवा रहे। ओ मामा जी जे मैं सिरा चक लिया इन्होंने डांगा चक लेनिया ने। ओ पाजी मैं चका कि तुसी चकदे हो। खिच दे दी फोटो। हां जी रेडी। बैठो भाई साहब मैं वेटर भेज दिया। ठीक है वन मोर। पाजी फिर टक लिया। तू फोटो में खिंचनी है, खिंचनी दफा हो जा। तू सानू बुक किया कसी तेनू बुक किया। सत श्री अकाल जी। मामा मिलाईया। ओ चाह पानी पीछे लग गया भाई, उत्ते जाके ठग ले। माड़ा जा लाड़े दसे रे चकोगे। मामा इनू पै जा। ओए मामा कुत्ता जरा पै जे, मैं बिना गलों कदे मंजे नु नहीं पिया, इनू किवें पै जा। प्लीज एक बारी चकोगे घूंघट। तेरी मां दा घूंघट है सेरा है। जो भी है एक बारी चकोगे। क्यों चक्का। मैं शगन पाना है। शगन तुझे दे मूंछ पाना है। नहीं पर शगन ता लाड़े दा मुंह देख के ही पाना है। नहीं डक डक शगन पाना तुसी जेड़ा सिरा चकाउण नु फिरदे हो। 21 रुपए दा शगन पाना है। यार 21 रुपया दे शगन वाले नु अंदर बाड़दा कौन है। पाजी तुसी मेरी बेइज्जती कर रहे हो। ना बेइज्जती ता तुसी लाड़े दी कर रहे हो। क्यों इन्ने घट पैसे ता कोई लागी नु नहीं दंदा, तुसी लाड़े दे नु फिरदे हो। कड्डो 1100 रुपए हुणे चकाउणा मैं सिरा। चक पर मामे दियां अखां मूहरों पर्दा तां चक। हुण तेनू की दसा मामा की हो रहा, ये सारे जब थोड़े पाए हुए ने। मेरे कहदे जब पाए हुए है। सुनो गल मेरी, ये गल उदों दी है। हेलो। हाँ जी डैडी। पुत मनिंदर तेरा जीजा दूजा ब्याह करवा रहा है। दूजा ब्याह करवा रहा है। कौन दूजा ब्याह करवा रहा है। जीजा जी। जीजा जी हेलो अंकल थानू किने दसिया। मैं आप उसे ब्याह च खड़े संधू पैलेस दे विच, अज आखरी बार मेरा यकीन कर लो। मेरे पिछले रिकॉर्ड ते ना जाया, नहीं थोड़ा पति रिकॉर्ड तोड़ दो। हाँ एक गल होर क्लियर करता, मैं इत्थे चूड़ियां देण आया सीगा, मैनू किसे ने कार्ड दे के नहीं सद्या। कित्ते तुहानू लगे भई मैनू सद लिया, तुहानू सद्या ही नहीं। अंकल सॉरी मैं तुहानू बाद चो फोन करदी आं। हेलो किथे हो। मैं ब्याह च बिजी हां, मैं बाद च गल करां। ओके
ਮਨਿੰਦਰ ਬਰਾਦਰੀ ਇਕੱਠੀ ਕਰ ਲੈ, ਸੰਧੂ ਪੈਲਸ ਚੱਲੀਏ। ਦੀਦੀ ਬਰਾਦਰੀ ਇਕੱਠੀ ਕਰ ਦਿੰਦਾ ਸਾਰਾ ਖਾਣਾ ਮੁੱਕ ਜਾਣਾ। ਸ਼ਰਮ ਨੀ ਆਉਂਦੀ? ਭੈਣ ਦਾ ਘਰ ਉਜੜ ਰਿਹਾ, ਤੈਨੂੰ ਖਾਣ ਨੀ ਪਈ ਹੈ? ਉਹ ਦੀਦੀ ਮੇਰਾ ਮਤਲਬ ਹੈ ਸਾਰੇ ਲੋਕੀ ਖਾਣਾ ਖਾ ਕੇ ਚਲੇ ਜਾਣਗੇ, ਤੂੰ ਛੱਡ ਆਪਣੀ ਬਰਾਦਰੀ, ਉਹਦੀ ਬਰਾਦਰੀ ਅੱਗੇ ਝੱਟ ਕਰਦੇ ਆ। ਚਲੋ ਸ਼ਗਨ ਕੋਈ ਖਾਸ ਨੀ ਪਏ, ਬੰਦੇ ਹੀ ਨੀ ਪਹੁੰਚੇ ਹਾਲੇ। ਉਹ ਗੱਲ ਸੁਣ, ਕੀ ਆ ਪ੍ਰਾਹੁਣਿਆਂ ਨੂੰ ਸ਼ਿਕਾਇਤ ਆ ਵੀ ਲਾੜਾ ਮੂੰਹ ਖਾ ਕੇ ਫੋਟੋ ਨਹੀਂ ਖਿਚਾ ਰਿਹਾ? ਜੇ ਮੈਂ ਮੂੰਹ ਦਿਖਾਤਾ ਨਾ ਤਾਂ ਤੈਂ ਮੂੰਹ ਦਿਖਾਉਣ ਜੋਗਾ ਨਹੀਂ ਰਹਿਣਾ। ਮੇਰੀ ਗੱਲ ਸੁਣ, ਜਦ ਤੈਨੂੰ ਪਤਾ ਸੀ ਵੀ ਆ ਬਹਾਵਲਪੁਰੀ ਦਾ ਸੱਦਣਾ ਉਹ ਖਤਰਨਾਕ ਆ, ਤੂੰ ਉਹਨੂੰ ਸੱਦਿਆ ਕਿਉਂ? ਇਹਦਾ ਸਾਲੇ ਦਾ ਕਾਰਡ ਤੇ ਮੈਂ ਆਪ ਪਾੜ ਕੇ ਗੱਟਰ ਚ ਸੁੱਟਿਆ ਸੀ, ਇਹ ਗੱਟਰ ਚੋਂ ਕੱਢ ਲਿਆ ਕਿ ਕਿਸੇ ਹੋਰ ਦੇ ਕਾਰਡ ਤੇ ਐਂਟਰੀ ਮਾਰ ਗਿਆ। ਪਤਾ ਨੀ ਭਰਾਵਾ, ਮੈਂ ਤਾਂ ਅੱਜ ਤੱਕ ਸੁਣਿਆ ਸੀ ਵੀ ਸਾਲੀ ਬਰਾਤ ਕੁੱਟੀ ਗਈ, ਕਿਤੇ ਹੁਣ ਸੱਚੀ ਉਹਨਾਂ ਕੁੱਟੀ ਜਾਵੇ। ਉਹ ਵੇਟਰ ਪਾਣੀ ਪਿਲਾ ਯਾਰ। ਤੂੰ ਕਿਉਂ ਟੈਨਸ਼ਨ ਲੈਣਾ ਹੈ? ਬਰਾਤ ਤਾਂ ਕੁੜੀ ਵਾਲੇ ਕੁੱਟਦੇ ਨੇ ਨਾ, ਕੁੜੀ ਵਾਲਾ ਆ ਬੈਠਾ, ਬਾਹਰੋਂ ਥੋੜੀ ਕਿਸੇ ਨੇ ਆਉਣਾ ਕੁੱਟਣ। ਹੈਲੋ ਹੈਲੋ, ਪਹਿਲੇ ਭਾਜੀ ਜਗਤਾਰ ਦਾ ਮੁੰਡਾ ਜੀਤਾ ਇੱਥੇ ਸ਼ਹਿਰ ਚ ਵਿਆਹ ਕਰਾ ਰਿਹਾ। ਉਹ ਸੰਗਿਆ, ਆਪਾਂ ਤਾਂ ਕੁੜੀ ਦੇਣੀ ਹੈ, ਸ਼ਹਿਰ ਚ ਵਿਆਹ ਕਰਾਏ ਭਾਵੇਂ ਪਿੰਡ ਚ, ਕੀ ਫਰਕ ਪੈਂਦਾ? ਓਹੋ, ਉਹਦਾ ਵਿਆਹ ਕਿਸੇ ਹੋਰ ਕੁੜੀ ਨਾਲ ਹੋ ਰਿਹਾ, ਸੰਧੂ ਪੈਲਸ, ਮੈਂ ਉੱਥੇ ਹੀ ਖੜਾ। ਓਏ ਦਾਰੂ ਤਾਂ ਨਹੀਂ ਪੀਤੀ ਤੂੰ? ਲੈ ਕੀ ਗੱਲਾਂ ਕਰਦੇ ਭਾਜੀ, ਦਾਰੂ ਤਾਂ ਹਲੇ ਤੱਕ ਸ਼ੁਰੂ ਨਹੀਂ ਹੋਈ। ਤੈਨੂੰ ਪੱਕਾ ਪਤਾ ਜੀਤਾ ਹੀ ਹੈ? ਭਾਜੀ ਜੀਤੇ ਨੂੰ ਮੈਂ ਕਿਵੇਂ ਭੁੱਲ ਸਕਦਾ, ਜੀਤਾ ਤਾਂ ਮੈਨੂੰ ਹਰ ਲੰਘਦੇ ਜਿੱਥੇ ਆਉਂਦਾ ਭਰੇ ਗਲਾਸ ਲੈ ਕੇ ਜਾਂਦਾ ਠੰਡਿਆਂ ਦੇ, ਵਰਤਾਉਣ ਤੱਕ ਤੇਰੇ ਜਾਂਦੇ। ਫੋਨ ਰੱਖ ਤੂੰ। ਡੈਡੀ ਜੀ, ਡੈਡੀ ਜੀ। ਓ ਡੈਡੀ ਜੀ। ਹਾਂ ਬੋਲ। ਉਹ ਜਗਤਾਰ ਦਾ ਮੁੰਡਾ ਵਿਆਹ ਕਰ ਰਿਹਾ, ਚਲੋ। ਮੈਂ ਬਿਨਾਂ ਬੁਲਾਏ ਕਿਸੇ ਦੇ ਵਿਆਹ ਤੇ ਨਹੀਂ ਜਾਂਦਾ। ਉਹ ਡੈਡ ਜੀ, ਉਹ ਆਪਣੀ ਰੂਪ ਨਾਲ ਮੰਗਿਆ ਹੋਇਆ ਪਰ ਵਿਆਹ ਕਿਸੇ ਹੋਰ ਨਾਲ ਕਰ ਰਿਹਾ। ਕੀ ਬਕਵਾਸ ਕਰ ਰਿਹਾ? ਸਵੇਰੇ ਜਗਤਾਰ ਮੈਨੂੰ ਮਿਲਿਆ, ਮੋਟਰ ਤੇ ਬੈਠਾ ਖਰਬੂਜਾ ਖਾ ਰਿਹਾ ਸੀ। ਉਹਨੇ ਤੁਹਾਨੂੰ ਨਾਲ ਖਰਬੂਜਾ ਖਾਣ ਲਈ ਪੁੱਛਿਆ? ਨਾ, ਇੱਥੋਂ ਹੀ ਪਤਾ ਲੱਗਦਾ ਕਿ ਉਹਦੇ ਮਨ 'ਚ ਮਹਿਲ ਸੀ। ਓਏ ਕੱਢੋ, ਮੇਰੀ ਪਿਸਤੌਲ ਕਿੱਥੇ ਹੈ? ਪਰ ਡੈਡੀ, ਤੁਹਾਡੀ ਪਿਸਤੌਲ ਤੇ ਖਰਾਬ ਆ, ਉਹ ਤੇ ਸਰਵਿਸ ਸਟੇਸ਼ਨ ਗਈ ਹੈ ਠੀਕ ਹੋਣ ਲਈ। ਮੇਰੀ ਪਿਸਤੌਲ ਖਰਾਬ ਕਿਵੇਂ ਹੋ ਗਈ? ਮੈਂ ਤਾਂ ਕਦੇ ਚਲਾਈ ਨਹੀਂ। ਤੁਸੀਂ ਵੀ ਤਾਂ ਸਾਨੂੰ ਕਹਿੰਦੇ ਹੋ ਕਿ ਸਾਡਾ ਦਿਮਾਗ ਖਰਾਬ ਹੋਇਆ। ਅਸੀਂ ਕਦੇ ਚਲਾਇਆ? ਓਏ ਸਾਲੇ, ਪਤਾ ਨਹੀਂ ਕਿਹੜੀ ਗੱਲ ਕਿੱਥੇ ਲਾ ਦਿੰਦੇ ਨੇ। ਚਲੋ ਰਹਿਣ ਦੋ ਡੈਡੀ, ਰਹਿਣ ਦੋ, ਤੁਹਾਡੀ ਅੱਖ ਦਾ ਆਪਰੇਸ਼ਨ ਹੋਇਆ। ਜੱਟ ਦੀ ਦੂਜੀ ਅੱਖ ਤਾਂ ਅਜੇ ਤੱਕ ਕਾਇਮ ਹੈ। ਵੈਸੇ ਵੀ ਬੇਟਾ, ਗੋਲੀ ਚਲਾਉਣ ਲਈ ਇੱਕ ਅੱਖ ਤੇ ਬੰਦ ਕਰਨੀ ਪੈਂਦੀ ਹੈ। ਚਲੋ ਸਰਵਾਈ। ਅੰਕਲ ਕਿੱਥੇ ਨੇ? ਆਜੋ ਮੇਰੇ ਨਾਲ। ਡੈਡੀ, ਰੱਬ ਕਰੇ ਤੁਹਾਡੀ ਗੱਲ ਸੱਚੀ ਹੋਵੇ, ਜੇ ਅੱਜ ਵੀ ਝੂਠ ਨਿਕਲੀ ਨਾ ਤਾਂ ਇੱਕ ਗੱਲ ਯਾਦ ਰੱਖਿਓ, ਕੀ ਤੁਹਾਡੀ ਧੀ ਦਾ ਬੈਗ ਮੈਂ ਨਾਲ ਹੀ ਪੈਕ ਕਰਕੇ ਲਿਆ। ਮੇਰੀ ਧੀ ਦਾ ਕਿਉਂ? ਆਪਣੀ ਦੀਦੀ ਦਾ ਬੈਗ ਪੈਕ ਕਰਕੇ ਲਿਆਣਾ ਸੀਗਾ ਪੁੱਤਰ ਜੀ। ਤੁਹਾਡਾ ਜੀਜਾ ਤਾਂ ਗਿਆ ਹੈ, ਤੂੰ ਸਟੇਜ ਤੇ ਬੈਠਾ ਸ਼ਗਨ ਇਕੱਠੇ ਕਰ ਰਿਹਾ ਹੈ। ਕਿੱਥੇ? ਉਹ ਸਾਹਮਣੇ ਸਟੇਜ ਤੇ। ਮੈਂ ਪੁੱਛ ਰਹੀ ਹਾਂ ਇਹ ਕਿੱਥੇ ਨੇ? ਉਹੀ ਤਾਂ ਮੈਂ ਦੱਸ ਰਿਹਾ, ਇਹ ਉਹ ਬੈਠਾ ਲਾੜਾ ਬਣੀ। ਇਹ ਤਾਂ ਜੀਜੇ ਹੈ। ਹੋਰ ਤੂੰ ਫੁੱਫੜ ਲੱਭ ਰਿਹਾ? ਅੰਕਲ ਅਸੀਂ ਇਹਨਾਂ ਨੂੰ ਲੱਭ ਰਹੇ ਹਾਂ। ਹਾਂ ਇਹ ਤਾਂ ਜੀਜੇ ਹੈ। ਤੁਸੀਂ ਤਾਂ ਉਹਨਾਂ ਨੇ ਮੈਨੂੰ ਕਮਲਾ ਕਰ ਦੇਣਾ, ਇੱਕ ਮੰਨ ਰਹੇ ਦੂਜਾ ਮਨਾ ਕਰ ਰਿਹਾ। ਓਕੇ ਰੈਡੀ। ਅੰਕਲ ਇਹ ਉਹ ਨਹੀਂ ਹੈਗੇ, ਇਹ ਜੀਜੇ ਹੈ। ਪਹਿਲਾਂ ਤੁਸੀਂ ਦੋਨੋਂ ਜਾਣੇ ਸਾਈਡ 'ਚ ਜਾ ਕੇ ਸਲਾਹ ਕਰ ਲਓ ਵੀ ਇਹ ਹੈ। ਭਾਜੀ ਕੀ ਹੋ ਗਿਆ? ਅਬ ਨਹੀਂ, ਉਹ ਫੋਟੋ ਖਿੱਚਣ ਲੱਗਿਆ ਤੂੰ ਫਲੈਸ਼ ਮਾਰਨੀ, ਮੈਨੂੰ ਡਰ ਬੜਾ ਲੱਗਦਾ। ਮੈਂ ਕਿਹੜਾ ਫਲੈਸ਼ ਲਾ ਕੇ ਮਾਰਨੀ ਆ? ਨਹੀਂ ਨਹੀਂ, ਮੈਨੂੰ ਕਿਸੇ ਸਿਆਣੇ ਨੇ ਦੱਸਿਆ ਹੋਇਆ ਵੀ ਜੇ ਮੇਰੇ ਤੇ ਫਲੈਸ਼ ਵੱਜ ਗਈ ਨਾ ਮੇਰਾ ਘਰ ਉਜੜ ਜਾਣਾ। ਜਾਣ ਦਿਓ। ਓਹੋ, ਤੁਹਾਨੂੰ ਕੀ ਹੋ ਗਿਆ ਚੰਗੇ ਭਲਿਆਂ ਨੂੰ? ਉਹ ਯਾਰ, ਮੈਂ ਉਹਨਾਂ ਨੇ ਫੋਟੋਆਂ ਕਰਾ ਤੂੰ ਇਹਨਾਂ ਨੂੰ ਜਾਣ ਦਿਓ ਜੀ। ਰੈਡੀ? ਦੀਦੀ ਦੇ ਵਿਆਹ 'ਚ ਜੀਜੇ ਦੇ ਬੂਟ ਮੈਂ ਹੀ ਲੁਕੋਏ ਸੀ, ਹੁਣ ਮੈਨੂੰ ਨਹੀਂ ਪਤਾ ਇਹਨਾਂ ਦੇ ਘਰ ਵਾਲਾ ਕੌਣ ਹੈ। ਪਰ ਹੁਣੇ ਤਾਂ ਤੂੰ ਜੀਜੇ ਲਾਈ ਹੋਈ ਸੀਗੀ। ਜੀਜੇ ਨੂੰ ਜੀਜੇ ਕਹੂੰ? ਹੁਣ ਜੀਜੇ ਹੋਣ ਨਾਲ ਕੋਈ ਦੀਦੀ ਦੇ ਘਰ ਵਾਲਾ ਥੋੜੀ ਬਣ ਗਿਆ। ਕਮਾਲ ਹੈ ਤੁਹਾਡੀ, ਜਦੋਂ ਨਵੇਂ ਮਿਲੇ ਸੀਗੇ ਬੜੇ ਸੰਸਕਾਰਾਂ ਦੀਆਂ ਗੱਲਾਂ ਕਰਦੇ ਸੀਗੇ, ਤੁਸੀਂ ਤਾਂ ਅੰਗਰੇਜ਼ਾਂ ਤੋਂ ਵੀ ਵੱਧ ਉੱਪਰ ਨਿਕਲੇ। ਜੇ ਤੇਰੀ ਭੈਣ ਦਾ ਘਰ ਵਾਲਾ ਨਹੀਂ ਹੈ ਤਾਂ ਬਾਹਰ ਵਾਲਾ ਹੋਣਾ। ਡੈਡੀ ਇਹ ਮਤ ਭੁੱਲੋ ਕਿ ਤੁਹਾਡੀ ਧੀ ਦਾ ਬੈਗ ਪੈਕ ਕੀਤਾ ਹੋਇਆ ਮੈਂ। ਓਏ ਤੇਰੀ ਭੈਣ ਦਾ ਘਰ ਉਜੜ ਰਿਹਾ ਹੈ ਥੋੜਾ, ਆਪਣਾ ਘਰ ਨਾ ਉਜਾੜ। ਡੈਡੀ ਸੱਚੀ ਦੀਦੀ ਦਾ ਘਰ ਵਾਲਾ ਨਹੀਂ ਹੈਗਾ। ਹਾਂ ਮੈਂ 20 ਸਾਲ ਆਪਣੀ ਧੀ ਫੁੱਲਾਂ ਵਾਂਗ ਪਾਣੀ, ਇਹਨਾਂ ਨੇ ਦੋ ਦਿਨਾਂ 'ਚ ਪਾਗਲ ਕਰ ਦਿੱਤੀ। ਓਏ ਜਗਤਾਰਿਆ ਬਾਹਰ ਨਿਕਲੋ। ਓਏ ਕੀ ਗੱਲ ਆ? ਓਏ ਅੱਖਾਂ ਦੇ ਨਾਲ ਨਾਲ ਤੇਰਾ ਦਿਮਾਗ ਵੀ ਖਰਾਬ ਹੋ ਗਿਆ, ਭੁੱਲ ਗਿਆ ਕਿ ਕੁੜਮ ਨੂੰ ਕਿੱਦਾਂ ਸੱਦਾ ਦੇਈਦਾ? ਆ ਗਿਆ। ਓਏ ਤੇਰਾ ਲਫੰਡਰ ਮੁੰਡਾ ਕਿੱਥੇ ਆ? ਮੇਰੇ ਮੁੰਡੇ ਨੂੰ ਲਫੰਡਰ ਦੱਸਦਾ? ਤੇਰੀ ਧੀ ਇੱਥੇ ਸਿਵਲ ਸਰਜਨ ਲੱਗੀ ਆ। ਓਏ ਜੋ ਮਰਜ਼ੀ ਕਹੀ ਜਾ, ਪਰ ਮੇਰੀ ਧੀ ਤੇਰੇ ਮੁੰਡੇ ਵਾਂਗੂ ਧੋਖਾ ਦੇ ਕੇ ਵਿਆਹ ਨਹੀਂ ਕਰਵਾਉਂਦੀ। ਓਏ ਬਕਵਾਸ ਨਾ ਕਰ, ਕੀ ਸਬੂਤ ਹੈ ਤੇਰੇ ਕੋਲ? ਓਏ ਸਬੂਤ ਨੂੰ ਹੁਣ 9 ਮਹੀਨੇ ਬਾਅਦ ਤੇਰਾ ਪੋਤਾ ਲੈ ਕੇ ਆਈਏ, ਚੱਲ ਆਪੇ ਚੱਲ ਕੇ ਦੇਖ ਲੈ ਸੰਧੂ ਪੈਲਸ। ਜੇ ਗੱਲ ਗਲਤ ਹੋਈ ਨਾ ਮੈਂ ਗੋਲੀ ਮਾਰ ਦੂੰਗਾ ਤੈਨੂੰ। ਓਏ ਮੁੰਡੇ ਨੂੰ ਕੀ ਡਰਾਉਣਾ, ਸਿੱਧਾ ਮੇਰੇ ਨਾਲ ਗੱਲ ਕਰ। ਓਏ ਮੈਂ ਤੇਰੇ ਨਾਲ ਹੀ ਗੱਲ ਕਰ ਰਿਹਾ। ਜੇ ਇਹ ਗੱਲ ਗਲਤ ਹੋਈ ਨਾ ਤਾਂ ਮੈਂ ਗੋਲੀ ਮਾਰ ਦੂੰਗਾ ਤੈਨੂੰ। ਜੇ ਇਹ ਗੱਲ ਸੱਚੀ ਹੋਈ, ਇਹੀ ਗੋਲੀ ਆਪਣੇ ਆਪ ਨੂੰ ਮਾਰ ਲਈ। ਚਲੋ ਓਏ ਡੈਡੀ, ਕਿਉਂ ਨਾ ਆਪਾਂ ਛੋਟੀ ਗੱਡੀ ਲੈ ਚੱਲੀਏ? ਕਿਉਂ? ਵਾਪਸ ਆਉਣ ਲੱਗੇ ਤੁਹਾਡੇ ਦੋਵਾਂ 'ਚ ਇੱਕ ਬੰਦਾ ਤਾਂ ਘੱਟ ਹੀ ਜਾਣਾ। ਮੈਂ ਥੱਪੜ ਮਾਰੂ ਸਾਰੇ ਦੇ ਬਕਵਾਸ ਕਰਦਾ। ਚਲੋ ਤੁਰੋ। ਓਏ ਅੰਦਰ। ਓਕੇ।
ਮੇਰਾ ਭਾਜੀ ਹੋਰੀ ਆਇਆ ਸੀ ਤੇ ਨਾਲ ਭੈਣ ਜੀ ਹੋਰੀ। ਇਹ ਤੁਹਾਡੇ ਭਾਬੀ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੈਨੂੰ ਤਾਂ ਸਮਝ ਨਹੀਂ ਆ ਰਿਹਾ ਕਿ ਮੈਂ ਤੁਹਾਡੇ ਹਸਬੈਂਡ ਦਾ ਕਿਵੇਂ ਥੈਂਕਸ ਕਰਾਂ। ਸ਼ੁਕਰ ਹੈ ਰੱਬ ਦਾ, ਯਾਦ ਆਇਆ। ਹੁਣ ਫਿਰ ਵਿਆਹ ਰੁਕਵਾਈਏ ਚੀਚੇ ਦਾ। ਬਿਲਕੁਲ, ਇਹ ਤਾਂ ਰੁਕਣਾ ਪੈਣਾ। ਬੀਬਾ ਜੀ ਫਿਰ ਬੈਂਡ ਪਾਣੇ ਸ਼ੁਰੂ ਕਰੋ। ਮੈਨੂੰ ਨਹੀਂ ਪਤਾ, ਇਹਨਾਂ ਨੂੰ ਪੁੱਛ ਲੋ। ਜੀਜੇ ਦਾ ਹੋ ਰਿਹਾ। ਚਰਨਿਆ ਤੇਰੀ ਗੱਲ ਝੂਠ ਨਿਕਲੀ ਆ, ਗੋਲੀ ਖਾਣ ਨੂੰ ਤਿਆਰ ਹੋ ਜਾ। ਡੈਡੀ ਜਾਇਦਾਦ ਵੰਡ ਕੇ ਮਰਿਓ, ਕੋਠੀ ਮੈਂ ਰੱਖ ਲਾ। ਡੈਡੀ ਔਲਾਦ ਬਾਪ ਨੂੰ ਮਰਵਾ ਕੇ ਜਾਇਦਾਦ ਤੇ ਕਬਜ਼ਾ ਕਰਨਾ ਚਾਹੁੰਦੀ ਹੈ। ਉਹ ਭਾਜੀ ਭਾਜੀ ਸਿਰਾ ਚੱਕੋ, ਫੋਟੋ ਖਿੱਚਣੀ ਹੈ। ਮੈਂ ਇੱਥੇ ਫੋਟੋ ਖਿਚਾਉਣ ਨੂੰ ਆਇਆ। ਉਹ ਕੀ ਗੱਲ ਬੇਟਾ ਜੀ, ਖੜੇ ਕਿਉਂ ਹੋ ਗਏ? ਬਾਬਾ ਕਹੇ ਜੇ ਰਿਸ਼ਤੇਦਾਰ ਸੱਦੇ ਨੇ, ਸਾਲੇ ਨਾਲ ਚਿਪ ਚਿਪ ਫੋਟੋ ਖਿਚਾਉਂਦੇ ਨੇ, ਸੈਂਟ ਕਿਸੇ ਨੇ ਲਾਇਆ। ਬੇਟਾ ਜੀ ਏਦਾਂ ਕਿਸੇ ਨੂੰ ਰੋਕਦੇ ਚੰਗੇ ਨਹੀਂ ਲੱਗਦੇ, ਸਾਡੇ ਕਰਕੇ ਨੱਕ ਬੰਦ ਕਰਕੇ ਫੋਟੋਆਂ ਖਿਚਵਾਈ ਜਾਓ ਨਾ। ਹਾਂਜੀ ਆਇਆ ਜੀ। ਸਿਹਰਾ ਚੱਕੋ ਭਾਜੀ, ਫੋਟੋ ਖਿੱਚਣੀ ਹੈ। ਜੇ ਦੁਬਾਰਾ ਸਿਹਰਾ ਚੱਕਣ ਨੂੰ ਕਿਹਾ ਮੈਂ ਜੁੱਤੀ ਚੱਕ ਲੈਣੀ ਆ। ਉਹ ਮੈਂ ਸੱਚੀ ਕਹਿ ਰਿਹਾ, ਇਹਨਾਂ ਦਾ ਮੁੰਡਾ ਵਿਆਹ ਕਰਾ ਰਿਹਾ। ਸੁਣ ਲਓ, ਉਹ ਮੇਰਾ ਘਰ ਵਾਲਾ ਨਹੀਂ। ਨਾ ਇਹ ਕਮਲਾ ਜਿਹੜਾ ਕਹਿ ਰਿਹਾ ਤੇਰਾ ਘਰ ਵਾਲਾ ਦੂਜਾ ਵਿਆਹ ਕਰਾ ਰਿਹਾ, ਕਿਉਂ ਜੀ? ਮੈਨੂੰ ਤਾਂ ਕੁਝ ਸਮਝ ਨਹੀਂ ਆ ਰਹੀ, ਦਾਲ ਤਰੀ ਸੀ ਖਿਚੜੀ ਬਣ ਗਈ। ਨਹੀਂ ਠੀਕ ਹਾਂ ਓਕੇ ਮਾਮਾ ਮੈਂ। ਅੱਛਾ ਗੱਲ ਸੁਣ, ਉਹ ਕਾਲੀ ਪੱਗ ਵਾਲਾ ਆ ਜਿਹੜਾ ਪਿਸਤੌਲ ਪਾਈ ਗਾਲਾ ਫੁਕਰਾ ਜਿਹਾ, ਤੇਰਾ ਪਿਓ ਨੀ ਹੈ? ਕਿਉਂ ਨੀ ਹੈ? ਓਏ ਲਾੜੇ ਨੂੰ ਸਾਹਮਣੇ ਲਿਆਓ, ਸਾਰੀ ਗੱਲ ਕਲੀਅਰ ਹੋ ਜਾਏਗੀ। ਕਲੀਅਰ ਤੂੰ ਸੁੰਘ ਕੇ ਕਰੇਗਾ? ਜੀਨਾ ਤਾਂ ਤੈਨੂੰ ਹੈ ਨੀ। ਮਾਮਾ ਮੈਂ ਤਾਂ ਕਹਿੰਦਾ ਜਾ ਤੂੰ ਵੀ ਮੇਰੇ ਵਾਂਗੂ ਸਿਹਰਾ ਲਾ ਲਾ, ਨਹੀਂ ਤਾਂ ਮਾਮੀ ਨੂੰ ਲੈ ਕੇ ਇੱਥੋਂ ਡੈਂਟਰ ਹੋ ਜਾ। ਅੱਜ ਬਹੁਤ ਪੈੜੀ ਆ। ਓ ਪਰ ਤੂੰ ਕਿਹਾ ਸੀ ਕਿ ਅੱਜ ਵਿਆਹ ਤੇਰਾ ਪਿਓ ਮੈਂ, ਤੂੰ ਸਾਲਾ ਅਸਲੀ ਪਿਓ ਕਿਉਂ ਸਾਧ ਲਿਆ? ਓ ਮੈਨੂੰ ਤਾਂ ਆਪ ਨੀ ਪਤਾ ਬਾਬਾ ਇਹ ਕਿੱਥੋਂ ਆ ਗਏ। ਤੂੰ ਕਹਿੰਦਾ ਸੀ ਸੀਕਰਟ ਵਿਆਹ ਕਰਾਉਣਾ, ਸੀਕਰਟ ਵਿਆਹ ਕਰਾਉਣਾ, ਇਹ ਸਾਰਾ ਸੀਕਰਟ ਵਿਆਹ ਪੂਰੀ ਦੁਨੀਆ ਦੁਨੀ ਫਿਰਦੀ ਹੈ। ਹਾਂਜੀ ਟੱਟੂ ਸੀਕਰਟ ਵਿਆਹ ਹੈ, ਪਰ ਮੈਂ ਵੀ ਦੇ ਦਾਂ ਕੌਣ ਮੈਨੂੰ ਤੇਰੇ ਪਿਓ ਦੀ ਕੁਰਸੀ ਤੇ ਉਠਾਉਂਦਾ। ਓ ਮਾਮਾ ਆਪਣੇ ਇੰਨੀਆਂ ਪੈਣੀਆਂ ਨੇ, ਇਹਨਾਂ ਨੇ ਕਿਸੇ ਕੁਰਸੀ ਤੇ ਬਹਿਣ ਜੋਗਾ ਨੀ ਚੜਣਾ। ਓ ਮੈਂ ਕਹਿੰਦਾ ਤੂੰ ਮਾਮੀ ਨੂੰ ਲੈ ਕੇ ਫਟਾਫਟ ਤੇ ਤਰੋ, ਵੇਟਰ ਨੂੰ ਕਹਿਣਾ ਵਾ ਇਹਨਾਂ ਨੂੰ 5 ਮਿੰਟ ਸਾਂਭ ਕੇ ਰੱਖਦਾ ਵਾ, ਨਿਕਲ ਤੋਂ ਮਾਮਾ ਛੇਤੀ ਡੀਜੇ ਵਾਲੇ ਪਾਸੇ ਹੋਣੀ ਆ ਮਾਮੀ। ਨਿਕਲ ਸਰ, ਗਜਰੇਲਾ ਲੋ। ਅੱਛਾ ਗਜਰੇਲਾ ਖਾਣ ਲਿਆ? ਓ ਚੜ ਚੱਲੇਗੀ? ਓਏ ਪੁੱਛ ਪੁੱਛ ਕੇ ਮੇਰਾ ਖਾਣ ਦਾ ਮੂਡ ਨਾ ਬਣਾ, ਮੇਰੀ ਕੁੜੀ ਦਾ ਘਰ ਬਰਬਾਦ ਹੋ ਰਿਹਾ। ਹੱਡੇ ਗੋਪਰੇ ਜੇ ਜਿੱਤਣਾ ਨਾ ਹੋਇਆ ਚੁੱਪ ਕਰਕੇ ਬਾਹਰ ਆ ਜੀ। ਕਿਉਂ? ਸਾਹਮਣੇ ਲਿਖਿਆ ਹੋਇਆ ਪਹਿਲੇ ਅੰਦਰ ਗੋਲੀ ਚਲਾਉਣਾ ਮਨਾ ਹੈ। ਓ ਡੈਡ ਜੀ ਚਲੋ ਅੱਗੇ ਚਲੀਏ, ਜਾਂ ਤੇ ਅੰਕਲ ਤੁਹਾਨੂੰ ਗੋਲੀ ਮਾਰੋ ਜਾਂ ਤੁਸੀਂ ਅੰਕਲ ਨੂੰ ਗੋਲੀ ਮਾਰੋ ਤਾਂ ਕੰਮ ਮੁੱਕੇ। ਕਿਉਂ ਜੀ? ਲੈਣੀ ਔਲਾਦ ਚੁੱਪ ਕਰ। ਇਹੋ ਜੇ ਘਰ ਚ ਮੁੰਡਾ ਵਿਆਹ ਨਾਲ ਤਾਂ ਮੈਂ ਆਪਣੀ ਜਾਨ ਦੇ ਦਾ। ਓ ਚਲੋ ਚਲੋ ਸਿਹਰਾ ਚੱਕ। ਅਬਾ ਮੈਂ ਨੀ ਚੱਕਣਾ, ਮੇਰੇ ਮਾਤਾ ਨਿਕਲੀ ਹੋਈ ਆ। ਤੇਰੇ ਮਾਤਾ ਨਿਕਲੀ ਹੋਈ ਹੈ? ਇੱਥੇ ਦੋ ਦੋ ਪਿਤਾ ਨਿਕਲੇ ਹੋਏ ਨੇ, ਜੇ ਸਿਹਰਾ ਪਾਇਆ ਤਾਂ ਚੱਕ ਚੱਕ। ਅਸੀਂ ਮੂੰਹ ਦੇਖ ਕੇ ਚਲੇ ਜਾਣਾ, ਸਿਹਰਾ ਚੱਕ ਚੱਕ। ਸਿਹਰਾ ਦੇਖਿਆ ਜੀਤਾ ਹੀ ਹੈ। ਡੈਡੀ ਹਾਲੇ ਸਿਹਰਾ ਚੱਕਿਆ ਨਹੀਂ ਚੱਕਿਆ। ਮਨਿੰਦਰ ਕੌਣ ਨੇ ਇਹ? ਮੈਨੂੰ ਕੀ ਪਤਾ, ਅਬਾ ਕਿਤੇ ਦੇਖੇ ਦੇਖੇ ਨੀ ਲੱਗਦੇ। ਕੌਣ ਤੁਸੀਂ? ਕੌਣ? ਮੈਂ ਚਰਨ ਸਿੰਘ। ਤੇ ਜੀਤੇ ਦਾ ਵਿਆਹ ਮੇਰੀ ਕੁੜੀ ਨਾਲ ਪੱਕਾ ਹੋਇਆ। ਓਹੋ ਪੱਕਾ ਹੋਇਆ ਤੇ ਫਿਰ ਇਹ ਕੀ ਤਰੀਕਾ ਹੋਇਆ ਦੱਸਣ ਦਾ? ਹੋਰ ਕਿਵੇਂ ਦੱਸਾਂ, ਮੇਰੀ ਕੁੜੀ ਨੂੰ ਛੱਡ ਕੇ ਤੇਰੇ ਨਾਲ ਵਿਆਹ ਕਰਾ ਰਿਹਾ। ਤੁਹਾਡੀ ਕੁੜੀ ਦਾ ਦੋ ਨਾਲ ਰਿਸ਼ਤਾ ਹੋਇਆ, ਨਾਲੇ ਜੀਤਾ ਕਹੀ ਜਾਂਦੇ ਹੋ ਨਾਲੇ ਅਨੂ ਕਹੀ ਜਾਂਦੇ ਹੋ। ਇਹ ਜੀਤਾ ਹੀ ਹੈ ਤਾਂ ਹੋਊਗਾ, ਅਸੀਂ ਕੀ ਲੈਣਾ? ਇਹ ਲਾੜੇ ਦੀ ਗੱਲ ਕਰ ਰਿਹਾ। ਇਹ ਮਨਿੰਦਰ ਹੈ। ਓਏ ਮਨਿੰਦਰ ਤਾਂ ਮੈਂ ਹਾਂ। ਪੰਜ ਮਨਿੰਦਰ ਬਾਹਰ ਵੀ ਹੋਣੇ, ਮੈਂ ਕੀ ਲੈਣਾ? ਇਹ ਮਨਿੰਦਰ ਮੇਰਾ ਹੈ। ਇਹ ਤਾਂ ਵਿਆਹ ਹੋਇਆ, ਤੂੰ ਤਾਂ ਲੁੱਟੀ ਗਈ ਭੈਣੇ। ਲੁੱਟੀ ਤਾਂ ਤੂੰ ਗਈ ਅੱਛ ਤੈਣੇ। ਇਹ ਮੇਰਾ ਘਰ ਵਾਲਾ ਨਹੀਂ ਹੈ। ਇਹ ਤਾਂ ਚੀਚੇ ਆ। ਓਏ ਉਹ ਗਜਰੀ ਚੋਗਨ ਜਾਂ 15 ਮਿੰਟਾਂ ਬਾਅਦ ਭੁੱਲ ਜਾਂਦਾ ਸੀ। ਇਹ ਸਾਲੀ ਕਿਹੜੀ ਬਿਮਾਰੀ ਹੈ ਭਈ ਬੰਦਾ 15 ਸਕਿੰਟਾਂ ਬਾਅਦ ਹੀ ਭੁੱਲ ਜਾਂਦਾ। ਤੂੰ ਮੂੰਹ ਲੁਕੋਈ ਖੜਾ, ਜਰਾ ਚੱਕ। ਮਨਿੰਦਰ ਤੁਸੀਂ ਵਿਖਾ ਦਿਓ ਨਾ ਮੂੰਹ। ਅਬੇ ਅਬੇ ਨਹੀਂ ਨਹੀਂ, ਮੈਂ ਬਹੁਤ ਸੋਹਣਾ ਲੱਗ ਰਿਹਾ, ਮੈਂ ਨਜ਼ਰ ਬੁੱਟੀ ਸਾਲੇ ਨਜ਼ਰ ਲਾ ਲੈਣਗੇ। ਨਹੀਂ ਹੈ ਮਨਿੰਦਰ ਹੈ। ਨਹੀਂ ਨਹੀਂ ਨਹੀਂ, ਇਹ ਸੰਦੀਪ ਹੈ, ਪੁੱਛ ਲਓ। ਨਹੀਂ ਹੈ ਮਨਿੰਦਰ ਹੈ। ਮੈਨੂੰ ਲੱਗਦਾ ਗੁੰਗਾ ਹੈ। ਬੋਲਣਾ ਤੂੰ ਕੌਣ ਹੈ? ਮੈਂ ਲਾੜਾ ਹੈ ਜੀ। ਨਾ ਤੂੰ ਲਾਰਾ ਦਿੱਤਾ, ਸਿੱਧਾ ਨਾਮ ਦੱਸ। ਆਪ ਹੀ ਕਹੀ ਤੂੰ ਨਾ ਦੱਸ, ਉਹਨੂੰ ਕੋ ਦੱਸ। ਮਤਲਬ ਕਿ ਨਾਮ ਦੱਸ ਤੂੰ ਜੀਤਾ। ਓਏ ਮੈਂ ਬੰਦਰ ਹੈ ਜਿਹੜਾ ਪੌਂਖ ਰਿਹਾ ਭਈਆ ਸੰਦੀਪ ਜੀ।
ਕਮਾਲ ਆ ਭਾਈ ਸਾਹਿਬ, ਤੁਹਾਡਾ ਹੀ ਮੁੰਡਾ, ਤੁਹਾਨੂੰ ਹੀ ਨੀ ਪਤਾ ਇਹ ਹੋ ਕੀ ਰਿਹਾ। ਭੈਣ ਤੇ ਭਰਾਵੋ, ਮੈਨੂੰ ਤਾਂ ਬਾਅਦ ਵੀਡੀਓ ਦੇਖਣਾ ਪੈਣਾ, ਮੇਰੇ ਤਾਂ ਕੋਈ ਸਮਝ ਨਹੀਂ ਆ ਰਿਹਾ ਕੀ ਹੋ ਰਿਹਾ। ਤੂੰ ਲਾੜਾ ਬਣ ਕੇ ਸੁਣੋਗੇ, ਬੋਲਣਾ ਤੂੰ ਮੇਰਾ ਮੁੰਡਾ, ਉਹ ਕੀ ਪਕਾਈ ਮਾਰੀ ਜਾਂਦੇ ਹੋ, ਇਹ ਤਾਂ ਇਹਨਾਂ ਦਾ ਮੁੰਡਾ, ਓਏ ਇਹ ਤਾਂ ਮਾਮਾ ਤੇ ਮੈਂ ਮਾਸੜ ਹੈ, ਓਏ ਉਹ ਜਗ੍ਹਾ ਕੋ ਡਾ ਕੇ ਦਿਓ, ਮੈਂ ਬੇਹੋਸ਼ ਹੋ ਕੇ ਡਿੱਗਣਾ ਹੈ। ਆ ਦੇਖ ਲੈ ਤੇਰੇ ਪਿਓ ਨੂੰ, ਹੁਣ ਇਹਦੇ ਡਿੱਗਣ ਵਾਸਤੇ ਭਰਾਂਡਾ ਪਾ ਦਈਏ। ਮੈਨੂੰ ਕੁਝ ਸਮਝ ਨਹੀਂ ਲੱਗ ਰਿਹਾ, ਕੌਣ ਕਿਦਾਂ ਕੀ ਆ। ਭੈਣ ਜੀ ਤੁਸੀਂ ਕੁਝ ਬੋਲਦੇ ਕਿਉਂ ਨਹੀਂ ਕਿ ਤੁਹਾਡਾ ਹਸਬੰਡ ਹੈ, ਸਾਰਾ ਚੰਪ ਮੁੱਕੇ ਕਿਉਂ ਬੋਲਾਂ ਜੇ ਮੇਰਾ ਹਸਬੰਡ ਹੈ। ਉਹ ਤੇਰਾ ਖਸਮ ਹੈ, ਇਹ ਮੇਰੇ ਹਸਬੰਡ ਨੇ, ਉਹ ਤਾਂ ਨਹੀਂ ਇਹਨਾਂ ਦੇ ਘਰ ਦਾ, ਇਹਨੂੰ ਆਪਣਾ ਖਸਮ ਦੱਸਦੀ ਸੀ, ਇਹਨੇ ਛੇਤੀ ਖਸਮ ਬਦਲ ਲੈਣੀ ਹੈ। ਮੈਂ ਤੇਰੇ ਵੱਟ ਕੇ ਰੈਂਟਾ ਮਾਰਨਾ, ਇਹ ਮੇਰੇ ਘਰ ਵਾਲਾ ਤੇ ਉਹਦਾ ਭਰਾ ਹੈ। ਡੈਡੀ ਤੁਸੀਂ ਕੁਝ ਕਿਉਂ ਨਹੀਂ ਬੋਲਦੇ? ਮੈਂ ਕੁਝ ਨਹੀਂ ਬੋਲਣਾ, ਜਿਹਦਾ ਜਿਹਦਾ ਜੋ ਜੋ ਹੈ ਛੱਡ ਕੇ ਲੈ ਜਾਓ। ਮੰਮੀ ਮੈਨੂੰ ਕੁਝ ਸਮਝ ਨਹੀਂ ਆ ਰਿਹਾ। ਮੈਂ ਦੱਸਦਾ, ਇਹ ਮੇਰਾ ਮੁੰਡਾ ਤੇ ਇਹਦਾ ਰਿਸ਼ਤਾ ਇਹਦੇ ਨਾਲ ਹੋਇਆ। ਹਾਏ ਹਾਏ ਕਾਕਾ, ਤੇਰੇ ਦੋ ਪਿਓ ਨੇ? ਹਾਂ ਹਾਂ ਜੀ, ਹੈ ਤਾਂ ਦੋ ਪਰ ਕੰਮ ਦਾ ਇੱਕ ਵੀ ਨਹੀਂ। ਓਏ ਪਤੰਦਰਾ, ਸੰਗ ਨਹੀਂ ਆਉਂਦੀ ਦੋ ਕਹਿੰਦੇ ਨੂੰ? ਇੱਥੇ ਸਭ ਤੋਂ ਦੋ ਹੋਏ ਪਏ ਐ। ਓਏ ਪਿਓ ਨੂੰ ਮਾਰ ਗੋਲੀ। ਐ ਦੱਸ, ਮੇਰੀ ਧੀ ਲਈ ਮਨਿੰਦਰ ਦਾ ਰਿਸ਼ਤਾ ਲੈ ਕੇ ਤੂੰ ਹੀ ਆਇਆ ਸੀਗਾ ਨਾ? ਹਾਏ ਤੁਸੀਂ ਆਪਣਾ ਰਿਸ਼ਤਾ ਲੈ ਕੇ ਕਿਤੇ ਹੋਰ ਵੀ ਗਏ ਸੀ ਮਨਿੰਦਰ? ਮਨਿੰਦਰ ਨਹੀਂ ਹੈ, ਮਨਿੰਦਰ ਹੈ, ਇਹ ਤਾਂ ਜੀਜੇ ਹੈ। ਹੁਣ ਵੀ ਕਿਉਂ ਮੰਨੇ? ਹੁਣ ਤੂੰ ਬੋਲ ਕੇ ਮੇਰਾ ਮੁੰਡਾ, ਇਹ ਇਹਨਾਂ ਦਾ ਮੁੰਡਾ ਹੈ। ਇਹ ਬੜਾ ਮੁੰਡਾ ਜੀਦਾ ਮਰਜ਼ੀ ਹੈ, ਪਰ ਇਹ ਘਰ ਵਾਲਾ ਇਦਾਂ ਹੈ। ਉਹ ਮੇਰਾ ਘਰ ਵਾਲਾ ਨਹੀਂ, ਇਦਾਂ ਘਰ ਵਾਲਾ ਹੈ। ਪਰਚੀ ਹੈ ਮਾਲੋ, ਜਿਹਦਾ ਨਿਕਲ ਆਇਆ ਲੈ ਜਿਓ। ਦੇਖਿਆ ਜਗਤਾਰ, ਮੇਰੀ ਗੱਲ ਸੱਚੀ ਨਿਕਲੀ, ਹੁਣ ਤੂੰ ਆਪਣੇ ਆਪ ਨੂੰ ਆਪ ਗੋਲੀ ਮਾਰੇਗਾ ਜਾਂ ਮੈਂ ਮਾਰਾਂ। ਖਬਰਦਾਰ ਜੇ ਮੇਰੇ ਡੈਡੀ ਨੂੰ ਕੁਝ ਬੋਲਿਆ। ਡੈਡੀ ਆ ਗਈ ਅਕਲ ਟਿਕਾਣੇ, ਨੱਕ ਵਡਾ ਤਾ ਮੇਰਾ। ਕੀ ਕਰਦਾ ਮੈਂ, ਜਦੋਂ ਦਾ ਜੰਮਿਆ ਤੁਹਾਡੀਆਂ ਲੜਾਈਆਂ ਹੀ ਦੇਖਦਾ ਆ ਰਿਹਾ। ਛੋਟੇ ਹੁੰਦਿਆਂ ਜਦੋਂ ਮੈਂ ਚਰਨ ਦੇ ਜਵਾਕਾਂ ਨੂੰ ਕੁੱਟ ਕੇ ਘਰੇ ਆਉਂਦਾ ਸੀ, ਆਪਣੀਆਂ ਸੱਟਾਂ ਤੇ ਪੱਟੀ ਕਰ ਲੈਂਦਾ ਸੀ, ਤਾਂ ਤੁਸੀਂ ਟੁੱਟੀ ਜੀ ਹਿੰਦੀ 'ਚ ਮੈਨੂੰ ਕਹਿੰਦੇ ਸੀ ਜੱਟ ਕੋ ਸੱਟ ਨਹੀਂ ਲੱਗਦੀ। ਇੱਕ ਵਾਰੀ ਚੁਬਾਰੇ ਤੁਹਾਡੇ ਪਿਆ ਤੁਹਾਡੀਆਂ ਅੱਖਾਂ ਸਾਹਮਣੇ, ਆਂਢ ਗੁਆਂਢ ਦੇ ਲੋਕਾਂ ਨੇ ਪੁੱਛਿਆ ਕੀ ਹੋ ਗਿਆ, ਸਿਰਫ ਤੁਹਾਡੀ ਇੱਜ਼ਤ ਬਚਾਉਣ ਕਰਕੇ ਮੈਂ ਕਹਿਤਾ, ਮੈਨੂੰ ਤਾਂ ਆਪ ਨਹੀਂ ਪਤਾ ਮੈਂ ਤਾਂ ਹੁਣੇ ਆਇਆ ਵਾਂ। ਤੇ ਜੇ ਤੁਹਾਡੀਆਂ ਲੜਾਈਆਂ ਖਤਮ ਹੋਈਆਂ, ਸਿੱਧਰ ਕੁੜਮੇ ਬਣ ਗਏ, ਕਦੇ ਸਾਨੂੰ ਵੀ ਪੁੱਛਿਆ ਕਿ ਅਸੀਂ ਕੀ ਚਾਹੁੰਦੇ ਹਾਂ? ਮੈਂ ਰੂਪ ਨੂੰ ਪਿਆਰ ਨਹੀਂ ਸੀ ਕਰਦਾ, ਸ਼ਹਿਰ ਆਇਆ ਤੇ ਪ੍ਰੀਤ ਨਾਲ ਪਿਆਰ ਹੋ ਗਿਆ, ਪਰ ਇਹ ਸੱਚ ਦੱਸਣ ਤੋਂ ਮੈਂ ਤੁਹਾਡੇ ਤੋਂ ਡਰਦਾ ਸੀ, ਬਸ ਇਹ ਸੱਚਾਈ ਹੈ। ਸੱਚ ਹਾਲੇ ਹੋਰ ਵੀ ਹੈ ਪਾਪਾ, ਪਰ ਮੈਂ ਤੁਹਾਨੂੰ ਕਦੀ ਕਹਿ ਨਹੀਂ ਸਕੀ, ਮੈਂ ਜੀਤੇ ਨਾਲ ਨਹੀਂ ਹਰਭਜਨ ਨਾਲ ਵਿਆਹ ਕਰਾਉਣਾ ਚਾਹੁੰਦੀ ਹਾਂ, ਪਰ ਫਰਕ ਸਿਰਫ ਇੰਨਾ ਹੈ ਕਿ ਜੀਤਾ ਨਾ ਸਹੀ ਫੈਸਲਾ ਲੈ ਕੇ ਉੱਥੋਂ ਨਿਕਲ ਗਿਆ ਤੇ ਮੈਂ ਚੁੱਪ ਰਹੀ। ਜੇ ਕੋਈ ਹੋਰ ਸੱਚ ਹੈ ਤਾਂ ਉਹ ਵੀ ਦੱਸ ਲੈ, ਇਹੀ ਥਾਂ ਹੈ ਸਾਰੇ ਸੱਚ ਦੱਸਣ ਵਾਲੀ। ਸੱਚ ਤਾਂ ਸਾਹਮਣੇ ਆ ਹੀ ਗਿਆ। ਭਈਆ ਮੇਰੀ ਗੱਲ ਤੇ ਸੁਣੋ ਤੁਸੀਂ, ਕੀ ਪਹਿਲਾਂ ਤਾਂ ਮੈਂ ਤੁਹਾਡੇ ਪੈਰ ਤੋੜਨੇ ਨੇ ਜਿਹੜੇ ਹਫਤੇ 'ਚ ਤਿੰਨ ਦਿਨ ਨਾ, ਤੁਹਾਨੂੰ ਇਹਦੇ ਘਰ ਲੈ ਕੇ ਜਾਂਦੇ ਸੀ। ਯਾਰ ਮੈਂ ਪੈਦਲ ਤੁਰ ਕੇ ਜਾਂਦਾ ਸੀ, ਜਿਹੜੇ ਮੇਰੇ ਪੈਰ ਤੋੜਨੇ ਤੋੜਨੇ ਤਾਂ ਮੇਰੇ ਪੈਰ ਨਹੀਂ, ਗੱਡੀ ਦੇ ਟਾਇਰ ਤੋੜ ਜਿਹੜੀ ਮੈਨੂੰ ਇਹਦੇ ਘਰ ਲੈ ਕੇ ਜਾਂਦੀ ਸੀ। ਬਦਤਮੀਜ਼ ਕਾਰ, ਹਾਏ ਤੁਸੀਂ ਤੋੜ ਕੇ ਤਾਂ ਦੇਖੋ ਮੇਰੀ ਦਾਜ ਵਾਲੀ ਕਾਰ ਨੂੰ, ਜਿਹੜਾ ਦੂਜਾ ਵਿਆਹ ਕਰਾ ਕੇ ਮੇਰਾ ਦਿਲ ਤੋੜਿਆ ਉਹ ਘੱਟ ਹੈ। ਮੈਨੂੰ ਸ਼ਰਮ ਆ ਰਹੀ ਹੈ ਤੇਰੀ ਇਸ ਕਰਤੂਤ ਤੇ। ਤੂੰ ਤਾਂ ਆਪਣੀ ਮਾਂ ਦੇ ਦੁੱਧ ਦੀ ਵੀ ਲਾਜ ਨਹੀਂ ਰੱਖੀ। ਮਾਂ ਦੇ ਦੁੱਧ ਦੀ ਲਾਜ ਰੱਖਦਾ ਹੀ ਤਾਂ ਮੈਂ ਇਸ ਮੁਸੀਬਤ ਦੇ ਵਿੱਚ ਫਸਿਆ। ਦੁੱਧ ਨਾਲੋਂ ਚੰਗਾ ਸੀ ਮੈਨੂੰ ਸਹਿਰੇ ਲੈ ਕੇ ਪਾਲਿਆ ਹੁੰਦਾ, ਆ ਮੁਸੀਬਤ ਤੇ ਨਾ ਪੈਂਦੀ। ਤੂੰ ਵੀ ਯਾਦ ਕਰ ਜਿੱਦਣ ਅਸੀਂ ਚੋਰੀ ਵਿਆਹ ਕਰਾਉਣ ਲੱਗੇ ਸੀ, ਮੈਨੂੰ ਘਰੋਂ ਐਮਰਜੈਂਸੀ ਕਾਲ ਆ ਗਈ ਸੀ, ਮੈਨੂੰ ਜਾਂਦੇ ਨੂੰ ਤੂੰ ਵਾਰਨਿੰਗ ਦਿੱਤੀ ਸੀ ਬਈ ਇੱਕ ਹੱਥ 'ਚ ਜ਼ਹਿਰ ਫੜਿਆ ਤੇ ਇੱਕ ਹੱਥ 'ਚ ਸੰਦੂਰ, ਜਾਂ ਤੇ ਦੋ ਘੰਟੇ ਬਾਅਦ ਆ ਕੇ ਮੇਰੇ ਸਿਰ 'ਚ ਸੰਦੂਰ ਪਾ ਦੇ ਤੇ ਜਾਂ ਫਿਰ ਮੇਰਾ ਭੋਗ ਪਵਾ ਦੇਈਂ।
ਉਧਰ ਮੈਂ ਘਰ ਗਿਆ, ਡੈਡੀ ਦਿਲ ਫੜ ਕੇ ਬੈਠੇ ਹੋਏ ਸੀ, ਦਵਾਈਆਂ ਚੁੱਕ ਚੁੱਕ ਕੇ ਮਾਰ ਰਹੇ ਸੀ। ਕਹਿੰਦੇ ਮੈਂ ਇਹਦੇ ਪਿਓ ਨੂੰ ਤੁਹਾਡੇ ਵਿਆਹ ਦਾ ਵਾਅਦਾ ਕੀਤਾ ਹੋਇਆ, ਅਨੂ ਦਾ ਹੱਥ ਫੜ ਲੈ ਪੁੱਤਰ, ਮੈਂ ਦਿਲ ਤੇ ਬੋਝ ਲੈ ਕੇ ਨਹੀਂ ਮਰਨਾ ਚਾਹੁੰਦਾ। ਮੰਮੀ ਜੀ ਉਧਰ ਵੀ ਤੁਸੀਂ ਸਾਈਡ ਤੇ ਲਿਜਾ ਕੇ ਮੈਨੂੰ ਇਹੀ ਕਿਹਾ ਸੀ, ਪੁੱਤਰ ਅਨੂ ਦਾ ਸੁਹਾਗ ਬਣ ਜਾਣੀ ਤੇ ਮੇਰਾ ਸੁਹਾਗ ਉੱਜੜ ਜਾਣਾ, ਮੇਰੇ ਦੁੱਧ ਦੀ ਇਲਾਜ ਰੱਖ ਲੈ ਪੁੱਤਰ। ਉਹ ਕਿੰਨਾ ਕੁ ਦੁੱਧ ਪੀ ਲਿਆ ਸੀ ਯਾਰ, ਮੈਂ ਸਾਰਾ ਦੁੱਧ ਮੈਂ ਇਕੱਲੇ ਨੇ ਪੀ ਲਿਆ, ਭੈਣ ਭਰਾ ਭੁੱਖੇ ਮਾਰਦੇ ਸੀ ਮੈਂ ਆਪਣੇ। ਅਨੂ ਪੁੱਤਰ ਕਸੂਰ ਮੇਰਾ ਹੀ ਹੈ, ਅਸੀਂ ਰਿਸ਼ਤਿਆਂ ਦੇ ਇਮੋਸ਼ਨਸ ਨੂੰ ਲੈ ਕੇ ਇਹਨੂੰ ਬਲੈਕਮੇਲ ਕਰਦੇ ਰਹੇ ਹਾਂ। ਤੇ ਹੋਰ ਇੱਧਰ ਮੈਂ ਅਨੂ ਦਾ ਹੱਥ ਫੜਿਆ, ਉਧਰੋਂ ਡੈਡੀ ਛਾਲ ਮਾਰ ਕੇ ਉੱਠ ਪਏ। ਮੰਗਾਓ ਬਈ ਬੰਗਾਲੀ ਤੋਂ ਕਲਾਕੰਦ, ਸ਼ੂਗਰ ਹਾਈ ਹੋਣ ਕਰਕੇ ਹਾਰਟ ਅਟੈਕ ਹੋਇਆ ਸੀ, ਅੱਧਾ ਡੱਬਾ ਕਲਾਕੰਦ ਦਾ ਫੇਰ ਖਾ ਗਏ। ਸਾਰਾ ਕਸੂਰ ਸਾਡਾ ਹੀ ਆ ਬੇਟੇ। ਨਹੀਂ ਕਸੂਰ ਤਾਂ ਮੇਰਾ ਵੀ ਹੈ, ਮੈਂ ਤਾਂ ਮੁਹੱਬਤ ਤੇ ਕੰਡੀਸ਼ਨ ਲਾਤੀ, ਸੁਸਾਈਡ ਦੀ ਧਮਕੀ ਉਹ ਗਲਤ ਗੱਲ ਸੀ, ਆਮ ਸੌਰੀ। ਤੁਸੀਂ ਆਪਣੇ ਪੇਰੈਂਟਸ ਦੇ ਇਮੋਸ਼ਨਸ ਨੂੰ ਵੀ ਹਰਟ ਨਹੀਂ ਹੋਣ ਦਿੱਤਾ ਤੇ ਆਪਣੇ ਪਿਆਰ ਦੀ ਵੀ ਲਾਜ ਰੱਖੀ, ਤੁਸੀਂ ਇਹਨਾਂ ਦੋਨਾਂ ਨੂੰ ਮਾਫ ਕਰ ਦਿਓ, ਮੈਂ ਤੁਹਾਨੂੰ ਮਾਫ ਕਰ ਦਾਂਗੀ। ਪਰ ਮੈਂ ਸਟਾਲ ਨੂੰ ਕਦੀ ਮਾਫ ਨਹੀਂ ਕਰਾਂਗੀ ਜਿਹੜਾ ਮਨਿੰਦਰ ਬਣ ਕੇ ਮੇਰੇ ਨਾਲ ਵਿਆਹ ਕਰਾ ਰਿਹਾ ਸੀ। ਉਹ ਮਨਿੰਦਰ ਮਨਿੰਦਰ ਲਾਈਆ, ਇੱਕ ਵਾਰੀ ਮਨਿੰਦਰ ਦੇਖਤਾ ਲੈ ਹੈ ਕਹਿ ਜਿਆ, ਜੇ ਨਾ ਸਾਰੀ ਜ਼ਿੰਦਗੀ ਇੱਕ ਵਾਰੀ ਬੈਠੀ ਰਹੀ ਤਾਂ ਕਹੀਂ। ਮੂੰਹ ਸਵਾਲ ਕੇ ਗੱਲ ਕਰੋ, ਮੈਨੂੰ ਮਿਲ ਕੀ ਪੈਂਦੀ ਹੈ। ਉਹ ਤੂੰ ਤਾਂ ਚੁੱਪ ਕਰ ਯਾਰ, ਤੇਰੇ ਤੇ ਮੇਹਰ ਸਿੰਘ ਨੇ ਮੇਹਰ ਕਰਤੀ, ਨਹੀਂ ਤੂੰ ਤਾਂ ਛੜਿਆਂ ਦਾ ਬ੍ਰਾਂਡ ਐਂਬੈਸਡਰ ਹੋਣਾ ਸੀ। ਚਲੋ ਛੱਡੋ ਜੀ, ਮੇਰੀ ਧੀ ਦਾ ਜੋ ਵਿਗੜਨਾ ਸੀ ਵਿਗੜ ਗਿਆ, ਹੁਣ ਯਾਦ ਨਾ ਕਰਾਂ। ਨਹੀਂ ਨਹੀਂ ਜੀ, ਤੁਹਾਡੀ ਧੀ ਦੇ ਹਿਸਾਬ ਨਾਲ ਤਾਂ ਬਿਲਕੁਲ ਸਹੀ ਮੁੰਡਾ ਮਨਿੰਦਰ। ਆ ਸੰਦੀਪ ਦਾ ਸਾਥ ਦੇਣ ਦੇ ਚੱਕਰ 'ਚ ਮੈਨੂੰ ਵੀ ਪਤਾ ਨਹੀਂ ਕੀ ਬਣਨਾ ਪਿਆ, ਸਾਲੀ ਫੋਨ ਚੱਕਣ ਵੇਲੇ ਵੀ ਇਹੀ ਕਨਫਿਊਜ਼ਨ ਰਹਿੰਦੀ ਸੀ ਕਿ ਮੈਂ ਕੌਣ ਬੋਲਦਾ, ਜੀਤਾ ਮਨਿੰਦਰ ਜਾਂ ਚੀਮਾ। ਮੈਨੂੰ ਝੂਠ ਤੋਂ ਸਖਤ ਨਫ਼ਰਤ ਹੈ। ਨਾ ਮੈਂ ਝੂਠ 'ਚ ਬੀਏ ਕੀਤੀ ਆ, ਤੇਰੇ ਭਰਾ ਦੇ ਦੋਨੋਂ ਘਰ ਬੱਚੇ ਰਹਿਣੇ ਇਸ ਚੱਕਰ ਦੇ ਵਿੱਚ ਤੁਹਾਡੇ ਘਰ ਆਇਆ ਸੀ ਮਨਿੰਦਰ ਬਣ ਕੇ, ਬੈਡ ਇੰਪ੍ਰੈਸ਼ਨ ਪਾਉਣ ਦੇ ਲਈ, ਪਰ ਤੈਨੂੰ ਦੇਖਦੇ ਹੀ ਐਸਾ ਗੁੱਡ ਇੰਪ੍ਰੈਸ਼ਨ ਪਿਆ ਤੇਰਾ, ਮੈਂ ਪਲਟੀ ਮਾਰ ਗਿਆ। ਫੈਸਲਾ ਕੀਤਾ ਵੀ ਤੇਰੇ ਭਰਾ ਦੇ ਭਾਵੇਂ ਦੋਨੇ ਘਰ ਉੱਜੜ ਜਾਣ, ਮੇਰਾ ਘਰ ਵਸਣਾ ਚਾਹੀਦਾ ਤੇਰੇ ਨਾਲ। ਚਲੋ ਬਈ, ਸਾਰੇ ਖੁਸ਼ੀ ਖੁਸ਼ੀ ਵਿਆਹ ਨਿਬੇੜ ਗਏ, ਆਪਦੇ ਆਪਦੇ ਘਰ ਚੱਲੋ। ਹੈ ਮੈਨੂੰ ਤਾਂ ਫਿਰ ਦੱਸ ਦਿੰਦੇ ਜੀ ਮੈਂ ਕਿਹੜੇ ਘਰ ਜਾਣਾ ਜੀ। ਬਈ ਚੀਮਾ ਜੀ, ਤੁਸੀਂ ਤਾਂ ਹੁਣ ਸਾਂਝੀ ਟਰਾਫੀ ਵਾਂਗੂ 6 ਮਹੀਨੇ ਇਸ ਟੀਮ ਕੋਲੇ, 6 ਮਹੀਨੇ ਉਸ ਟੀਮ ਕੋਲੇ, ਕਿਉਂ ਜੀ? ਚੱਲ ਇੱਕ ਗੱਲ ਦੱਸ, ਇੰਨੀ ਨਾਰਾਜ਼ ਹੋਣ ਵਾਲੀ ਕੀ ਗੱਲ ਸੀ? ਮੈਂ ਦੋ ਪਿਓ ਬਣਾਏ ਸੀ, ਤੇਰੇ ਭਰਾ ਵਾਂਗੂ ਦੋ ਦੋ ਵੋਟੀਆਂ ਤਾਂ ਨਹੀਂ ਰੱਖੀਆਂ।